ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁੱਪੈ ਸਵਾਮੀ ਮਾਨਸ ਕੀ ਗਤ ਇਹੀ ਗੁਰਦਾਤਾ ਗੁਰ ਹਿਮੈ ਘਰ ਗੁਰ ਦੀਪਕ ਤਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁੱਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਹਾਵ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਆਧਾਰਾ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਿੱਖੀ ਲਹਿਰ ਦੇ ਚੱਲ ਰਹੇ ਸਮਾਗਮਾਂ ਦੀ ਲੜੀ ਦੇ ਵਿੱਚ ਅੱਜ ਸ਼ਾਮਾਂ ਦਾ ਦੀਵਾਨ ਆਪ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਦਾ ਸਮਾਗਮ ਆਪ ਜੀ ਦੇ ਨਗਰ ਵਿੱਚ ਰੱਖਿਆ ਹੈ। ਦੂਰਾਂ ਨੇੜਿਆਂ ਤੋਂ ਆਪਣੀ ਰਜੀਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਕੇ ਬੈਠੇ ਹਾਂ। ਦੀਵਾਨ ਦੀ ਅਰਵਤਾ ਤੋਂ ਲੈ ਕੇ ਹੁਣ ਤੱਕ ਸੋਧਾ ਰਹਿਰਾਸ ਦੀ ਪਾਵਨ ਬਾਣੀ ਦਾ ਪਾਠ ਭਾਈ ਸਾਹਿਬ ਹੁਣਾਂ ਪਾਸੋਂ ਅਤੇ ਪਿਆਰੇ ਬੱਚਿਆਂ ਪਾਸੋਂ ਆਪਾਂ ਸਤਿਗੁਰ ਦੀ ਬਾਣੀ ਦਾ ਕੀਰਤਨ ਸ਼੍ਰਵਣ ਕੀਤਾ ਹੈ। ਭੈਣ ਜੀ ਹੁਣਾਂ ਪਾਸੋਂ ਵਿਚਾਰਾਂ ਸੁਣੀਆਂ ਨੇ ਅਤੇ ਉਸ ਤੋਂ ਉਪਰੰਤ ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ ਅਤੇ ਭਾਈ ਹਰਜਿੰਦਰ ਸਿੰਘ ਜੀ ਸਵਰਾਤ ਤਿੰਨਾਂ ਪਾਸੋਂ ਬੜੀਆਂ ਹੀ ਸੁੰਦਰ ਅਤੇ ਸਿੱਖ ਕੌਮ ਦਾ ਜੋ ਵਡਮੁੱਲਾ ਇਤਿਹਾਸ ਹੈ
ਉਹ ਬੜੇ ਪਿਆਰੇ ਤਰੀਕੇ ਨਾਲ ਆਪ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਆਓ ਸ਼ਹੀਦਾਂ ਦੇ ਸਿਰ ਤਾਜ ਤਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਦਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਜਿਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਇਹ ਪਾਵਨ ਸ਼ਬਦ ਰਾਗ ਸੁਰਠ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 618 ਉੱਪਰ ਸੁਭਾਇਮਾਨ ਹੈ। ਇਹ ਸਾਰਾ ਸਮਾਗਮ ਕੇਵਲ ਆਪ ਨਗਰ ਵਿੱਚ ਹੀ ਨਹੀਂ ਸਰਵਣ ਕਰ ਰਹੇ, ਸਿੱਖੀ ਲਹਿਰ ਰੇਡੀਓ ਇਹ ਸਾਰਾ ਸਮਾਗਮ ਲਾਈਵ ਜਾ ਰਿਹਾ ਹੈ। ਇੰਟਰਨੈਟ ਮਾਧਿਅਮ ਦੇ ਰਾਹੀਂ ਸਿੱਖੀ ਲਹਿਰ ਰੇਡੀਓ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤ ਸਫ਼ਰ ਕਰਦੇ ਹਾਂ, ਘਰਾਂ ਵਿੱਚ ਬੈਠੇ ਹਾਂ, ਇਹ ਸਾਰਾ ਸਮਾਗਮ ਸਰਵਣ ਕੀਤਾ ਜਾ ਰਿਹਾ ਹੈ। ਆਓ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਪਾਈਏ ਸਾਂਝ। ਅਤੇ ਬੇਨਤੀ ਹੈ ਜਿੱਥੋਂ ਤੱਕ ਵੀ ਆਵਾਜ਼ ਆ ਰਹੀ ਹੈ, ਭਾਈ ਸਾਹਿਬ ਨੇ ਦੱਸ ਦਿੱਤਾ ਹੈ ਕਿ ਥੋੜ੍ਹੀ ਜਿਹੀ ਬਾਰਿਸ਼ ਦੇ ਕਾਰਨ ਹਿਲਜੁਲ ਹੋਈ ਹੈ, ਪਰ ਆਓ ਸਾਰੇ ਜਾਣੇ ਸਿਰਫ ਸੇਵਾਦਾਰ ਬਾਹਰ ਰਹਿਣ, ਬਾਕੀ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਅੰਦਰ ਆਣ ਕੇ ਪੰਡਾਲ ਵਿੱਚ ਬੈਠੀਏ ਅਤੇ ਕੁਛ ਸਮਾਂ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ। ਆਓ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਪਾਈਏ ਸਾਂਝ ਤੇ ਬੁਲੰਦ ਆਵਾਜ਼ ਵਿੱਚ ਬੁਲਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਇਹ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਆਓ ਪਾਤਸ਼ਾਹ ਦੇ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਜੋ ਬਚਨ ਨੇ ਰਲ ਕੇ ਪੜ੍ਹੀਏ ਅਤੇ ਅੱਜ ਮਨ ਕਰਕੇ ਸਵੀਕਾਰ ਕਰਕੇ ਜਾਈਏ। ਮਹਾਰਾਜ ਜਿਹੜੀਆਂ ਦੁੱਖਾਂ ਤੋਂ ਅਸੀਂ ਪੀੜਿਤ ਹਾਂ, ਉਹਨਾਂ ਦੁੱਖਾਂ ਦਾ ਇਲਾਜ ਜੇ ਕੋਈ ਕਰ ਸਕਦਾ ਹੈ ਤੇ ਉਹ ਸਿਰਫ ਤੁਸੀਂ ਕਰ ਸਕਦੇ ਹੋ, ਕਿਉਂਕਿ ਜਿਹੜਾ ਖੁਦ ਆਪ ਰੋਗੀ ਹੈ ਉਹ ਸਾਨੂੰ ਰੋਗਾਂ ਤੋਂ ਮੁਕਤ ਨਹੀਂ ਕਰਾ ਸਕਦਾ। ਆਓ ਸਾਰੀ ਸੰਗਤ ਰਲ ਕੇ ਪੜ੍ਹੋ ਜੀ ਕੋਈ ਵੀ ਰਸਨਾ, ਕਿਉਂਕਿ ਮੈਂ ਤਾਂ ਬੇਨਤੀ ਕਰ ਰਿਹਾ, ਮੇਰੀ ਆਵਾਜ਼ ਤਾਂ ਇਸ ਮਾਇਕ ਰਾਹੀਂ ਰੇਡੀਓ ਤੇ ਘਰਾਂ ਵਿੱਚ ਸੰਗਤ ਨੇ ਸਰਵਣ ਕਰ ਹੀ ਲੈਣੀ ਹੈ, ਤੁਹਾਡੀ ਆਵਾਜ਼ ਵੀ ਜਾਣੀ ਚਾਹੀਦੀ ਹੈ, ਪਤਾ ਲੱਗੇ ਕਿ ਪਿੰਡਾਂ ਵਿੱਚ ਸਿੱਖ ਸੰਗਤ ਹੁਣ ਬਾਣੀ ਪੜ੍ਹਨ ਲੱਗ ਪਈ ਹੈ, ਕਿਉਂਕਿ ਬਹੁਤ ਸਮਾਂ ਆਪਾਂ ਕੱਚਾ ਚੂਨੇ ਵਾਲਾ ਪਾਣੀ ਪੀ ਲਿਆ, ਹੁਣ ਥੋੜ੍ਹਾ ਜਿਹਾ ਪਿਓਰ ਦੁੱਧ ਸਤਿਗੁਰ ਦੀ ਬਾਣੀ ਦਾ ਪੀ ਕੇ ਵੇਖੀਏ ਤਾਂ ਕਿ ਸਾਨੂੰ ਬਾਣੀ ਦੀਆਂ ਵਿਚਾਰਾਂ ਦੀ ਸਮਝ ਆ ਸਕੇ। ਬੜਾ ਸਮਾਂ ਚਿਮਟਿਆਂ ਦੇ ਨਾਲ ਆਪਣੇ ਆਪਣੇ ਗੀਤ ਬਾਬੇ ਸਾਨੂੰ ਗਵਾ ਗਏ ਅਤੇ ਅਸੀਂ ਸੁਣ ਕੇ ਘਰਾਂ ਨੂੰ ਚਲੇ ਗਏ ਅਤੇ ਜਾਂਦਿਆਂ ਨੂੰ ਟਰਾਲੀਆਂ ਟਰੱਕਾਂ ਵਿੱਚ ਬੈਠ ਕੇ ਕਿਹਾ ਬੜਾ ਵਧੀਆ ਦੀਵਾਨ ਲੱਗਾ ਸੀ, ਪਰ ਅਸੀਂ ਇੰਨੇ ਭੋਲੇ ਹਾਂ ਸਾਨੂੰ ਇਹ ਨਹੀਂ ਪਤਾ ਕਿ ਪ੍ਰਕਾਸ਼ ਮਹਾਰਾਜ ਦਾ ਕੀਤਾ ਸੀ ਪਰ ਬਾਣੀ ਮਹਾਰਾਜ ਦੀ ਨਹੀਂ ਪੜ੍ਹੀ ਗਈ। ਉਹਨਾਂ ਨੇ ਆਪਣੇ ਹੀ ਗਾਣੇ ਗਾ ਕੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਾਨੂੰ ਥੋੜ੍ਹਾ ਸਮਾਂ ਮਨੋਰੰਜਨ ਕਰਤਾ। ਜਦੋਂ ਮਿਊਜ਼ਿਕ ਵੱਜਦਾ ਚਿਮਟੇ ਦੇ ਨਾਲ ਉਹ ਬੜਾ ਸਿਰ ਜਿਹਾ ਧੇਲਦਾ ਹੈ, ਪਰ ਆਉਂਦਾ ਆਉਂਦਾ ਕੁਝ ਨਹੀਂ, ਜਿਵੇਂ ਬੱਚਾ ਰੋਂਦਾ ਹੋਵੇ ਨਾ, ਅਤੇ ਕਈ ਵਾਰੀ ਇੰਝ ਹੁੰਦਾ ਹੈ ਕਿ ਬੱਚਾ ਜਿਹੜਾ ਦੁੱਧ ਪੀਣ ਦਾ ਆਦੀ ਹੋਵੇ ਅਤੇ ਮਾਵਾਂ ਨਿੱਪਲ ਲਿਆ ਕੇ ਉਸ ਬੱਚੇ ਨੂੰ ਦਿੰਦੀਆਂ ਨੇ, ਇੱਕ ਤਾਂ ਨਿੱਪਲ ਵਿੱਚ ਸ਼ਹਿਦ ਹੁੰਦਾ ਹੈ, ਉਹ ਜਦੋਂ ਬੱਚੇ ਦੇ ਮੂੰਹ 'ਚ ਪਾਇਆ ਜਾਵੇ ਤਾਂ ਕੁਝ ਨਾ ਕੁਝ ਤਾਂ ਅੰਦਰ ਜਾਂਦਾ ਹੀ ਹੈ, ਪਰ ਕਈ ਨਿੱਪਲ ਇੱਦਾਂ ਦੇ ਵੀ ਹੁੰਦੇ ਜਿਨ੍ਹਾਂ ਵਿੱਚ ਸ਼ਹਿਦ ਨਹੀਂ ਹੁੰਦਾ, ਉੱਦਾਂ ਹੀ ਫੋਕਾ ਹੀ ਹੁੰਦਾ ਹੈ। ਹੁਣ ਬੱਚੇ ਦੇ ਹੁਣ ਜਿਹੜਾ ਬੱਚਾ ਜ਼ਿਆਦਾ ਦੁੱਧ ਪੀਣ ਦਾ ਆਦੀ ਹੋਵੇ ਉਹਦੇ ਮੂੰਹ 'ਚ ਕਈ ਵਾਰੀ ਉਹ ਨਿੱਪਲ ਪਾ ਤਾ ਜਾਂਦਾ ਹੈ, ਉਹ ਮੂੰਹ ਦੇ ਮਾਰੀ ਜਾਂਦਾ ਵਿਚਾਰੇ ਦੀਆਂ ਬਾਚੀਆਂ 'ਤੇ ਥੱਕ ਜਾਂਦੀਆਂ, ਪਰ ਉਹਦੇ ਅੰਦਰ ਜਾਂਦਾ ਕੁਝ ਨਹੀਂ। ਸਿੱਖ ਕੌਮ ਦੇ ਨਾਲ ਬੜਾ ਲੰਮਾ ਸਮਾਂ ਇੰਝ ਹੋਇਆ, ਮੂੰਹ ਬਹੁਤ ਹਿਲਾਏ, ਬਾਚੀਆਂ ਬਹੁਤ ਮਾਰੀਆਂ, ਜ਼ੋਰ ਬਹੁਤ ਲੱਗਾ, ਵੱਖੀਆਂ ਵੀ ਤਾਂ ਚੜ੍ਹ ਗਈਆਂ, ਪਰ ਫਿਰ ਜਾ ਕੇ ਡਿੱਗੇ ਅਤੇ ਕਬਰਾਂ 'ਤੇ ਡਿੱਗੇ, ਕਿਉਂਕਿ ਅੰਦਰ ਗਿਆ ਹੀ ਕੁਝ ਨਹੀਂ। ਜੇ ਗਿਆ ਹੁੰਦਾ ਅੰਦਰ
ਫਿਰ ਸਾਨੂੰ ਮੜੀਆਂ 'ਤੇ ਜਾਣ ਦੀ ਲੋੜ ਨਾ ਪੈਂਦੀ, ਸਾਧਾਂ ਦੀਆਂ ਜੁੱਤੀਆਂ ਦੇ ਅੱਗੇ ਮੱਥਾ ਟੇਕਣ ਦੀ ਲੋੜ ਨਾ ਪੈਂਦੀ, ਖੁੰਡੀਆਂ ਅਤੇ ਬਾਬਿਆਂ ਦੀਆਂ ਗੱਡੀਆਂ ਦੇ ਸਿੱਖ ਨਾ ਬਣਦੇ, ਅਸੀਂ ਸਿੱਖ ਬਣਦੇ ਕਲਗੀਧਰ ਪਾਤਸ਼ਾਹ ਦੇ ਉਸ ਸਿੱਖੀ ਰੂਪ ਨੇ। ਦੱਸ ਰਿਹਾ ਸਰ ਨਾ ਲਖਪਤ ਰਾਏ ਦੀ ਗੱਲ ਵੀ ਉਹਨੇ ਗੁੜ ਬਹਿਣ 'ਤੇ ਵੀ ਪਾਬੰਦੀ ਲਾ ਤੀ, ਅੱਜ ਲਖਪਤ ਰਾਏ ਨੂੰ ਬਾਹਰੋਂ ਆਉਣ ਦੀ ਲੋੜ ਨਹੀਂ, ਉਹ ਕੰਮ ਸਾਡੇ ਸੁੱਖ ਨਾਲ ਬਾਬੇ ਕਰੀ ਜਾਂਦੇ ਨੇ। ਪਰ ਦੁੱਖ ਇਹ ਹੁੰਦਾ ਉਹ ਵੀ ਕਹਿੰਦੇ ਤੁਹਾਨੂੰ ਗੁਰੂ ਨਹੀਂ ਕਹਿਣ ਦੇਣਾ ਸੀ, ਜੇ ਗੁਰੂ ਕਹਿ ਤਾਂ ਫਿਰ ਸਾਡੇ ਡੇਰੇ ਤੁਸੀਂ ਕੀ ਲੈਣ ਆਉਣਾ ਹੈ। ਹੁਣ ਲਖਪਤ ਰਾਏ ਨੂੰ ਬਾਹਰੋਂ ਆਉਣ ਦੀ ਲੋੜ ਨਹੀਂ, ਸੁੱਖ ਨਾਲ ਇੱਥੇ ਹੀ ਲਖਪਤ ਰਾਏ ਆਪਣਾ ਰੋਲ ਅਦਾ ਕਰੀ ਜਾਂਦਾ ਹੈ। ਬਹੁਤ ਰੂਹਾਂ ਲਖਪਤ ਰਾਏ ਦੀਆਂ, ਹੁਣ ਉਦੋਂ ਤਾਂ ਇੱਕ ਲਖਪਤ ਰਾਏ ਸੀ, ਹੁਣ ਤਾਂ ਲਖਪਤ ਰਾਏ ਵੀ ਇੰਨੇ ਨੇ, ਉਹ ਤਾਂ ਪਹਿਚਾਨਣਾ ਵੀ ਬੜਾ ਸੌਖਾ ਸੀ। ਇਹ ਜਿਹੜੇ ਅੱਜ ਦੇ ਲਖਪਤ ਰਾਏ ਨੇ ਇਹ ਪਹਿਚਾਨਣੇ ਵੀ ਔਖੇ ਨੇ, ਕਿਉਂਕਿ ਇਹਨਾਂ ਨੇ ਪਹਿਰਾਵਾ ਪਾ ਲਿਆ ਸਿੱਖਾਂ ਵਾਲਾ। ਯਾਦ ਰੱਖਣਾ, ਜਦੋਂ ਵੀ ਕਿਸੇ ਨੂੰ ਬਦਨਾਮ ਕਰਨਾ ਹੋਵੇ ਨਾ, ਉਹਦੇ ਵਰਗੀ ਵਰਦੀ ਪਾਉਣੀ ਪੈਂਦੀ ਹੈ। ਡਾਕਟਰ ਨੂੰ ਵਕੀਲ ਬਦਨਾਮ ਨਹੀਂ ਕਰ ਸਕਦਾ, ਕਿਉਂਕਿ ਦੋਵਾਂ ਦਾ ਕਿੱਤਾ ਅਲੱਗ ਅਲੱਗ ਹੈ। ਪੁਲਿਸ ਅਫਸਰ ਨੂੰ ਵਕੀਲ ਬਦਨਾਮ ਨਹੀਂ ਕਰ ਸਕਦਾ, ਡਾਕਟਰ ਨੂੰ ਬਦਨਾਮ ਵੀ ਕੌਣ ਕਰ ਸਕਦਾ? ਡਾਕਟਰ ਵਰਗੀ ਵਰਦੀ ਪਾ ਕੇ ਡਾਕਟਰ ਨਹੀਂ ਹੋਏਗਾ, ਨਕਲੀ ਡਾਕਟਰ ਹੀ ਡਾਕਟਰ ਕਿੱਤੇ ਨੂੰ ਬਦਨਾਮ ਕਰ ਸਕਦਾ ਹੈ। ਹੁਣ ਦੋਵਾਂ ਦੇ ਕਿੱਤੇ ਅਲੱਗ ਅਲੱਗ ਹੈ, ਵਕੀਲ ਦਾ ਕਿੱਤਾ ਆਪਣਾ ਹੈ, ਡਾਕਟਰ ਦਾ ਕਿੱਤਾ ਆਪਣਾ ਹੈ। ਬਦਨਾਮ ਵੀ ਉਸੇ ਨੂੰ ਕੀਤਾ, ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਉੱਦਾਂ ਦੀ। ਹੁਣ ਕੋਈ ਬੰਦਾ ਮੱਥੇ 'ਤੇ ਤਿਲਕ ਲਾ ਕੇ, ਕੋਈ ਬੰਦਾ ਸਿਰ 'ਤੇ ਬੋਦੀ ਲਾ ਕੇ, ਤੇੜ ਧੋਤੀ ਬੰਨ ਕੇ ਜਨੇਊ ਪਾਈ ਜਾਵੇ, ਤਿਲਕ ਲਾਈ ਜਾਵੇ, ਸਾਨੂੰ ਕੀ ਸਮੱਸਿਆ ਹੈ? ਪਰ ਜਦੋਂ ਅਗਲਾ ਪੱਗ ਬੰਨ ਕੇ ਗਲ ਵਿੱਚ ਜਨੇਊ ਪਾਉਂਦਾ ਹੈ, ਜਦੋਂ ਪੂਰੇ ਕਕਾਰ ਪਾ ਕੇ ਸਾਬਤ ਸੂਰ ਧੋ ਕੇ ਮੱਥੇ 'ਤੇ ਤਿਲਕ ਲਾਉਂਦਾ ਹੈ, ਉਦੋਂ ਕਲੇਜੇ ਨੂੰ ਧੂਪ ਜੀ ਪੈਂਦੀ, ਕਿਉਂਕਿ ਉਦੋਂ ਤੁਹਾਡਾ ਰੂਪ ਧਾਰਨ ਕਰ ਚੁੱਕਾ ਹੁੰਦਾ ਹੈ, ਉਦੋਂ ਸਮੱਸਿਆ ਆਉਂਦੀ। ਕੋਈ ਬੋਧੀ ਧੋਤੀ ਲਾ ਕੇ ਜੋ ਮਰਜ਼ੀ ਕਰੀ ਜਾਵੇ, ਜਿਹਨੂੰ ਮਰਜ਼ੀ ਪੁੱਜੇ, ਸਾਨੂੰ ਕੀ ਸਮੱਸਿਆ ਹੈ? ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਗਲੇ ਨੇ ਰੂਪ ਤੁਹਾਡਾ ਪਾਇਆ ਅਤੇ ਕੰਮ ਬਿਪਰਾਂ ਵਾਲੇ ਕਰ ਰਿਹਾ। ਉਦੋਂ ਕਿਹਾ ਜਾਂਦਾ ਪਿਆਰਿਆ, ਇਹੋ ਤਾਂ ਗੱਲ ਬਾਬੇ ਕਬੀਰ ਨੇ ਕਹੀ ਸੀ, ਸੁਰਾਂ ਕੇ ਜੈਸੀ ਤੇਰੀ ਚਾਲ, ਤੇਰੀ ਪੁੰਛਟੀ ਉੱਪਰ ਝਮਕ ਵਾਲ, ਕਹਿਣ ਲੱਗੇ ਤੇਰੀ ਬਾਹਰਲਾ ਰੂਪ ਹੈ ਗਾਂ ਵਰਗਾ ਅਤੇ ਕਰਤੂਤਾਂ ਤੇਰੀਆਂ ਕੁੱਤੇ ਵਰਗੀਆਂ ਨੇ। ਸੁਰਾਂ ਕੀ ਜੈਸੀ ਤੇਰੀ ਚਾਲ, ਤੇਰੀ ਚਾਲ ਜਿਹੜੀ ਆ, ਬਾਹਰਲਾ ਰੂਪ ਤੇਰਾ ਉਹ ਗਾਂ ਵਰਗਾ, ਪਰ ਜਿਹੜਾ ਤੇਰਾ ਅੰਦਰ ਦਾ ਕੰਮ ਹੈ ਉਹ ਕੂਕਰ ਵਰਗਾ ਹੈ। ਕਹਿਣ ਲੱਗੇ ਮੈਂ ਤੇਰਾ ਕੋਈ ਦੁਸ਼ਮਣ ਨਹੀਂ ਬਾਬਾ ਕਬੀਰ ਜੀ, ਕਹਿੰਦੇ ਫਿਰ ਇੱਕ ਕੰਮ ਕਰ, ਜਾਂ ਤਾਂ ਜੇ ਤੂੰ ਦਿਸਦਾ ਗਾਂ ਹੈ ਤਾਂ ਅੰਦਰੋਂ ਵੀ ਗਾਂ ਬਣ ਜਾ। ਕੋਈ ਗਾਂ ਸ਼ਬਦ ਅਸੀਂ ਆਮ ਹੀ ਬੋਲਦੇ ਹਾਂ, ਫਲਾਣਾ ਲੜਕਾ ਅਤੇ ਗਊ ਵਰਗਾ ਹੈ, ਭਾਵ ਜਿਹੜਾ ਬੜਾ ਸਰੀਫ ਜਿਹਾ ਹੋਵੇ, ਅਸੀਂ ਆਮ ਹੀ ਇੱਕ ਸ਼ਬਦ ਬੋਲਦੇ, ਗਊ ਵਰਗਾ ਹੈ ਅਤੇ ਬਿਲਕੁਲ ਸਰੀਫ ਜਿਹਾ ਹੈ। ਹੁਣ ਇਹਦਾ ਅਰਥ ਕਹਿਣਗੇ ਵੀ ਜੇ ਤੂੰ ਬਾਹਰੋਂ ਦਿਸਦਾ ਸਰੀਫ ਹੈ ਨਾ, ਅੰਦਰੋਂ ਵੀ ਉੱਦਾਂ ਦਾ ਬਣ ਜਾ। ਕੰਮ ਤਾਂ ਤੇਰੇ ਕੂਕਰਾਂ ਵਾਲੇ ਨੇ, ਬਾਹਰੋਂ ਵੇਖਣ ਨੂੰ ਤੂੰ ਬਹੁਤ ਸਾਊ ਜਿਹਾ ਲੱਗਦਾ, ਮਿੱਠੇ ਜਿਹੇ ਸੁਭਾਅ ਵਾਲਾ ਲੱਗਦਾ। ਕਹਿੰਦੇ ਫਿਰ ਇੰਝ ਕਰ, ਜੇ ਅੰਦਰੋਂ ਕੂਕਰ ਹੈ ਤਾਂ ਬਾਹਰੋਂ ਵੀ ਕੂਕਰ ਦਿਸ, ਜੇ ਬਾਹਰੋਂ ਗਊ ਹੈ ਤਾਂ ਅੰਦਰੋਂ ਵੀ ਗਊ ਵਾਲਾ ਸੁਭਾਅ, ਪਾਵਰ ਨਿਮਰਤਾ ਵਾਲਾ ਸੁਭਾਅ ਲੈ ਕੇ ਆ, ਚੰਗੀ ਵਿਚਾਰ ਲੈ ਕੇ ਆ, ਪਰ ਹੁੰਦਾ ਨਹੀਂ। ਸੁਣਾ ਕੇ ਜੈਸੀ ਤੇਰੀ ਚਾਲ, ਤੇਰੀ ਪੂੰਛਟੀ ਉੱਪਰ ਝਮਕ ਬਾਲ, ਇਸ ਘਰ ਮੇ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ, ਨਾ ਜਾ ਪਾਸੇ ਸ਼ੀਕੇ ਪਰ ਤੇਰੀ ਬਹੁਤ ਡੀਠ। ਕਹਿੰਦੇ ਐਵੇਂ ਦੂਜਿਆਂ ਦੇ ਸ਼ਿਕਿਆਂ ਵੱਲ ਵੇਖੀ ਜਾਂਦਾ, ਦੂਜਿਆਂ ਦੇ ਘਰਾਂ ਵੱਲ ਤੱਕੀ ਜਾਂਦਾ, ਪਹਿਰਾਵਾ ਤੇਰਾ ਗਊ ਵਰਗਾ। ਅਤੇ ਅੱਜ ਸਿੱਖੀ ਦੇ ਇਸ ਵਿਹੜੇ ਵਿੱਚ ਜਿਨ੍ਹਾਂ ਦੇ ਰੂਪ ਬਾਹਰਲੇ ਗਊ ਵਰਗੇ ਅਤੇ ਕਰਤੂਤਾਂ ਕੁੱਤਿਆਂ ਵਾਲੀਆਂ ਇਸ ਸਿੱਖੀ ਦੇ ਵਿਹੜੇ ਵਿੱਚ ਆਉਣ ਵੜੇ ਨੇ, ਬਚਾ ਲਓ। ਜੇ ਆਤਮਕ ਭੋਜਨ ਬਚਦਾ ਹੈ, ਇਹ ਤਾਂ ਹੀ ਦਿਨ ਰਾਤ ਸਮਾਗਮ ਹੋ ਰਹੇ ਨੇ ਕਿ ਜਾਗ ਜਾਓ, ਆਪਣੇ ਘਰ ਦਾ ਭੋਜਨ ਬਚਾ ਲਓ, ਨਹੀਂ ਤਾਂ ਅਗਲੇ ਰਲਾ ਪਾਉਣ ਲਈ ਪੂਰੀ ਤਿਆਰੀ ਵਿੱਚ ਬੈਠੇ ਹੋਏ ਨੇ। ਇਹੋ ਹੀ ਤਾਂ ਸਾਡੇ ਕੋਈ ਇੱਕ ਵਿਚਾਰਧਾਰਾ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਆਓ ਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੀਏ। ਦੁਬਾਰਾ ਨਾ ਕਹਿਣਾ ਪਵੇ, ਬੜੀਆਂ ਸੌਖੀਆਂ ਤੁਕਾਂ ਨੇ। ਰਹਾਉ ਦਾ ਬੰਦ ਹੈ ਮੇਰਾ ਵੈਦ ਗੁਰੂ ਗੋਬਿੰਦਾ,
ਹਰ ਹਰ ਨਾਮ ਔ ਖੁਦ ਮੁਖ ਦੇਵੇ ਕਾਟੇ ਜਮ ਕੀ ਸੰਧਾ। ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਖੁਦ ਮੁਖ ਦੇਵੈ, ਹਰ ਹਰ ਨਾਮ ਔ ਖੁਦ ਮੁਖ ਦੇਵੈ, ਹਰ ਹਰ ਨਾਮ ਔ ਖੁਦ ਮੁਖ ਦੇਵੈ, ਹਰ ਹਰ ਨਾਮ ਔ ਖੁਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਕਾਟੈ ਜਮ ਕੀ ਫੰਦਾ, ਕਾਟੈ ਜਮ ਕੀ ਫੰਦਾ, ਜਨਮ ਜਨਮ ਕੇ ਦੁੱਖ ਨਿਵਾਰੇ, ਜਨਮ ਜਨਮ ਕੇ ਦੁੱਖ ਨਿਵਾਰੈ, ਜਨਮ ਜਨਮ ਕੇ ਦੁੱਖ ਨਿਵਾਰੈ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਸੂਕਾ ਮਨ ਸਾਧਾਰੈ, ਸੂਕਾ ਮਨ ਸਾਧਾਰ, ਬੈਦ ਗੁਰੂ ਗੋਬਿੰਦਾ, ਮੇਰਾ 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 ਬੈਦ ਗੁਰੂ ਗੋਬਿੰਦਾ, ਜੋ ਜੋ ਦੀਸੈ ਸੋ ਸੋ ਰੋਗੀ, 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 ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ,
ਮੇਰਾ ਬੈਦ ਗੁਰੂ ਗੋਬਿੰਦਾ, 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 ਮੇਰਾ ਬੈਦ ਗੁਰੂ ਗੋਬਿੰਦਾ। ਕਿੰਨੇ ਪਿਆਰੇ ਸ਼ਬਦ ਵਰਤੇ, ਮੇਰਾ ਬੈਦ ਗੁਰੂ ਗੋਬਿੰਦਾ। ਜੇ ਸਾਰਿਆਂ ਨੇ ਆਪਣਾ, ਕਿਉਂਕਿ ਡਾਕਟਰ ਤੋਂ ਬਿਨਾਂ ਤਾਂ ਸਰਦਾ ਹੀ ਨਹੀਂ, ਵੈਦ ਤੋਂ ਬਿਨਾਂ ਤਾਂ, ਵੈਸੇ ਵੀ ਆਪਾਂ ਜੇ ਸੰਸਾਰੀ ਤੌਰ 'ਤੇ ਵੀ ਲਾਈਏ ਤਾਂ ਹਰ ਇੱਕ ਮਨੁੱਖ ਨੇ ਕੋਈ ਨਾ ਕੋਈ ਡਾਕਟਰ ਤਾਂ ਰੱਖਿਆ ਹੁੰਦਾ। ਆਪਾਂ ਪਿੰਡਾਂ 'ਚ ਵੀ ਜਦੋਂ ਲੋੜ ਪੈਂਦੀ ਹੈ ਸਵੇਰੇ ਸ਼ਾਮ, ਜ਼ਿਆਦਾ ਬਿਮਾਰੀ ਵੱਧ ਜਾਏ ਤਾਂ ਸ਼ਹਿਰ ਜਾਣਾ ਪੈਂਦਾ, ਨਹੀਂ ਤਾਂ ਮਾੜੇ ਮੋਟੇ ਇਲਾਜ ਵਾਸਤੇ ਪਿੰਡਾਂ ਵਿੱਚ ਉਹ ਜਿੰਨੀ ਕੁ ਉਹਨਾਂ ਕੋਲ ਸਮਰੱਥਾ ਹੁੰਦੀ ਇਲਾਜ ਪੂਰਾ ਕਰਦੇ ਨੇ। ਬੁਖਾਰ ਚੜ੍ਹ ਜਾਏ, ਕੋਈ ਜ਼ਿਆਦਾ ਸਮੱਸਿਆ ਹੋਵੇ ਤਾਂ ਫਿਰ ਸ਼ਹਿਰ ਭੇਜ ਦਿੰਦੇ ਨੇ, ਪਰ ਹਰ ਇੱਕ ਬੰਦਾ ਬੁਖਾਰ ਚੜ੍ਹਦਾ ਹੈ, ਖਾਂਸੀ ਹੈ, ਕੋਈ ਵੀ ਸਮੱਸਿਆ ਆ ਜਾਏ ਡਾਕਟਰ ਕੋਲ ਜਾਂਦਾ। ਅਤੇ ਜੇ ਅਧਿਆਤਮਿਕ ਤੌਰ 'ਤੇ ਜਿਹੜੇ ਅੰਦਰ ਸਾਨੂੰ ਜਮ ਤੰਗ ਕਰਦੇ ਨੇ, ਵਿਸ਼ੇ ਵਿਕਾਰ ਤੰਗ ਕਰਦੇ ਨੇ, ਜੇ ਕਿਤੇ ਇਸ ਸੰਬੰਧ ਵਿੱਚ ਵੀ ਅਸੀਂ ਆਪਣਾ ਵੈਦ ਚੁਣਿਆ ਹੁੰਦਾ ਅਤੇ ਅੱਜ ਸਾਨੂੰ ਆਹ ਦਿਨ ਵੇਖਣੇ ਨਾ ਪੈਂਦੇ ਜਿਨ੍ਹਾਂ ਦਿਨਾਂ ਦਾ ਅੱਜ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਯਾਦ ਰੱਖਣਾ, ਵੈਦ ਬਹੁਤ ਨੇ, ਸੜਕ ਸਾਫ ਨੇ, ਕੱਚੇ ਨੇ, ਕੱਚਿਆਂ ਵੈਦਾਂ ਕੋਲ ਅਸੀਂ ਤੁਰੇ ਫਿਰਦੇ ਹਾਂ, ਜਿਹੜੇ ਵਿਚਾਰੇ ਆਪ ਰੋਗੀ ਨੇ। ਵੇਖੋ ਗੁਰੂ ਅਰਜਨ ਸਾਹਿਬ ਨੇ ਕਿੱਡੀ ਕੀਮਤੀ ਗੱਲ ਕਹੀ ਹੈ, ਕਹਿੰਦੇ ਵੀ ਮੇਰਾ ਵੈਦ ਗੁਰੂ ਗੋਬਿੰਦਾ, ਉਹ ਦਿੰਦਾ ਕੀ ਹੈ ਮੈਨੂੰ, ਹਰ ਹਰ ਨਾਮ ਔਖਧ ਮੁਖ ਦੇਵੈ, ਉਹ ਪਰਮਾਤਮਾ ਦੇ ਨਾਮ ਦੀ ਦਵਾਈ ਮੇਰੇ ਮੁਖ ਵਿੱਚ ਪਾਉਂਦਾ, ਮੇਰੀ ਸੁਰਤ ਵਿੱਚ ਟਿਕਾਉਂਦਾ। ਅਤੇ ਕਾਟੇ ਜਮ ਕੀ, ਇਹਦਾ ਮਤਲਬ ਜਮ ਤੰਗ ਕਰਦੇ ਨੇ, ਜਮ ਦੁਖੀ ਦੋ ਕਰਦੇ ਨੇ। ਆਹ ਬੁਖਾਰ ਦੀ ਗੱਲ ਨਹੀਂ ਹੋ ਰਹੀ ਉੱਥੇ, ਆਹ ਟਾਈਫਾਇਡ ਦੀ ਗੱਲ ਨਹੀਂ ਹੋ ਰਹੀ, ਆਹ ਬਾਕੀ ਬਿਮਾਰੀਆਂ ਦੀ ਗੱਲ ਨਹੀਂ ਹੋ ਰਹੀ, ਗੱਲ ਜਮਾਂ ਦੇ ਦੁੱਖ ਦੀ ਹੋ ਰਹੀ ਹੈ। ਜਮ ਕਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਦੁੱਖਾਂ ਤੋਂ ਜਿਹੜਾ ਮਨੁੱਖ, ਇਹ ਇਹੋ ਹੀ ਦੁੱਖ ਨੇ, ਇਹੋ ਦੁੱਖ ਉਤਰਦੇ ਨੇ ਕਦੋਂ, ਦੁੱਖ, ਰੋਗ, ਸੰਤਾਪ ਉਤਰੇ ਸੁਣੀ ਸੱਚੀ। ਜਦੋਂ ਸਾਨੂੰ ਦੁੱਖਾਂ ਦਾ ਪਤਾ ਲੱਗ ਗਿਆ ਨਾ, ਫਿਰ ਸਾਨੂੰ ਸਮਝ ਵੀ ਆ ਜਾਣੀ ਵੀ ਕਿਹੜੇ ਦੁੱਖਾਂ ਤੋਂ ਅੱਜ ਮਨੁੱਖ ਪੀੜਿਤ ਹੈ। ਇਹਨਾਂ ਦੁੱਖਾਂ ਤੋਂ ਸਾਨੂੰ ਕੋਈ ਮੁਕਤ ਕਰਦਾ ਹੈ ਤੇ ਗੁਰੂ ਜੀ ਕਰਦੇ ਹਨ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਧ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਅੱਜ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਕਿ ਮਰਨ ਤੋਂ ਬਾਅਦ ਨਾ ਮੈਨੂੰ ਜਮ ਘੇਰੀ ਫਿਰਨ। ਮਰ ਕਹਿੰਦੇ ਆਹ ਜਮ ਦੁਖੀ ਕਰਦੇ ਨੇ ਤੈਨੂੰ, ਕਿਸੇ ਨੂੰ ਕਾਮ ਰੂਪੀ ਜਮ ਨੇ ਤੰਗ ਕੀਤਾ, ਕਿਸੇ ਦੇ ਟੱਬਰ ਵਿੱਚ ਕਾਮ ਰੂਪੀ ਜਮ ਨੇ ਲੜਾਈ ਦਾ ਕਾਰਨ ਬਣਿਆ। ਕਾਮ ਜੇ ਬਾਪ ਦੇ ਸਿਰ 'ਤੇ ਸਵਾਰ ਹੈ ਤਾਂ ਬੱਚੇ ਵਿਚਾਰੇ ਰੁੜਦੇ ਫਿਰਦੇ ਨੇ, ਜੇ ਮਾਂ ਦੇ ਸਿਰ 'ਤੇ ਸਵਾਰ ਹੈ ਤਾਂ ਵੀ ਬੱਚੇ ਰੁੜਦੇ ਫਿਰਦੇ ਨੇ, ਇਹ ਜਮ ਨਹੀਂ ਹੈ। ਦਿਨੇ ਦਿਨ ਸਾਨੂੰ ਜਿਸ ਕਿਸੇ ਦੇ ਸਿਰ 'ਤੇ ਲੋਭ ਰੂਪੀ ਜਮ ਸਵਾਰ ਹੋਇਆ ਪਿਆ, ਉਹ ਜੇਲ੍ਹਾਂ ਵਿੱਚ ਬੈਠੇ ਨੇ, ਕਿੱਦਾਂ ਲੋਕ ਦੁਖੀ ਹੋਏ ਨੇ। ਕਿਸੇ ਦੇ ਸਿਰ 'ਤੇ ਕ੍ਰੋਧ ਰੂਪੀ ਜਮ ਸਵਾਰ, ਇਹ ਤੰਗ ਕਰ ਰਿਹਾ ਬੰਦੇ ਨੂੰ। ਇਹ ਸਾਰੇ ਜਮਾਂ ਦੀਆਂ ਫਾਹੀਆਂ ਗੁਰੂ ਜੀ ਕੱਟ ਦਿੰਦੇ ਨੇ, ਕਿਉਂਕਿ ਗੁਰੂ ਨੂੰ ਬੰਧਨਾਂ ਦਾ ਪਤਾ ਹੈ। ਪੜ੍ਹੋ ਪਾਤਸ਼ਾਹ ਦੀ ਬਾਣੀ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਆਪੇ ਗੱਲ ਆ ਗਈ ਨਾ, ਮਰਨ ਤੋਂ ਬਾਅਦ ਮੁਕਤੀ ਮੰਗੀ ਵੀ ਤਾਂ ਨਹੀਂ ਨਾ, ਮੁਕਤੀ ਜਿਉਂਦਿਆਂ ਮੰਗੀ ਵੀ ਤਾਂ ਹੈ ਕਿ ਸਾਰੇ ਬੰਧਨ ਦੇ ਜਿਉਂਦਿਆਂ, ਕਾਮ ਦਾ ਬੰਧਨ ਜਿਉਂਦਿਆਂ, ਕ੍ਰੋਧ ਦਾ ਬੰਧਨ ਜਿਉਂਦਿਆਂ, ਲੋਭ ਦਾ ਬੰਧਨ ਜਿਉਂਦਿਆਂ, ਤੇ ਮੈਂ ਜਿਉਂਦੇ ਜੀ ਮੁਕਤ ਹੋਣਾ ਨਾ, ਜਿਉਂਦੇ ਜੀ ਲੋਭ ਵਸ ਹੋ ਕੇ ਮੈਨੂੰ ਅਗਲੇ ਖੱਜਲ ਖੁਆਰ ਕਰਦੇ ਫਿਰਦੇ, ਮਗਰੋਂ ਮੇਰੀ ਅਰਦਾਸ ਕੀਤੀ ਜਾਂਦੀ ਹੈ। ਡੈਥ ਵੀ ਨਸ਼ਾ ਪੀ ਕੇ ਹੁੰਦੀ ਹੈ,
ਮਨੁੱਖ ਦੀ ਮੌਤ ਵੀ ਵਿਸ਼ੇ ਵਿਕਾਰ ਭੋਗਦੇ ਹੁੰਦੀ ਹੈ ਅਤੇ ਮਗਰੋਂ ਅਸੀਂ ਕਹਿੰਦੇ ਮਹਾਰਾਜ ਨੂੰ ਜੰਮਣ ਮਰਨ ਤੋਂ ਮੁਕਤ ਕਰਕੇ ਆਪਣੇ ਚਰਨਾਂ ਦੇ ਨਿਵਾਸ ਪੁੱਛੋ। ਮਹਾਰਾਜ ਕਹਿੰਦੇ ਸਾਰਾ ਤਾਂ ਜੰਮਣ ਮਰਨੇ ਨੇ ਪਹਿਲਾਂ ਭੋਗ ਲਿਆ, ਸਾਰੀਆਂ ਜੂਨਾਂ 'ਤੇ ਭੋਗ ਬੈਠਾ, ਸਾਰੇ ਜੰਮਣ ਮਰਨ ਕਰਨ ਵਾਲੀ ਕਿਰਿਆ ਵਿੱਚੋਂ ਤਾਂ ਲੰਘ ਚੁੱਕਾ ਹੈ, ਕਿਹੜੀ ਜੂਨ ਇਹਨੇ ਨਹੀਂ ਭੋਗੀ, ਸਾਰੀਆਂ ਜੂਨਾਂ 'ਤੇ ਭੋਗ ਚੁੱਕਾ ਹੈ। ਪਹਿਲਾਂ ਸਾਨੂੰ ਇਹ ਜੰਮ ਸਮਝਣੇ ਪੈਣੇ ਨੇ। ਖੈਰ ਹੁਣ ਜਦੋਂ ਸਾਨੂੰ ਬਿਮਾਰੀ ਦਾ ਪਤਾ ਲੱਗ ਗਿਆ ਫਿਰ ਇਲਾਜ ਦਾ ਪਤਾ ਲੱਗੂ। ਹੁਣ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੋਰ ਪੜ੍ਹੋ, ਹਉਮੈ ਰੋਗ ਮਨੁੱਖ ਕੋ ਦੀਨਾ, ਹਉਮੈ ਦਾ ਰੋਗ ਮਨੁੱਖ ਦੇ ਕੋਲ ਹੈ, ਕਾਮ ਰੋਗ ਮੈਂ ਗਲ ਬਸ ਲੀਨਾ, ਹਉਮੈ ਦਾ ਰੋਗ ਬੰਦੇ ਕੋਲ ਹੀ ਹੈ, ਇਹ ਮੈਂ ਕੀਤਾ ਮੈਂ ਹੀ ਕਰ ਸਕਦਾ ਕਿਸੇ ਕੰਮ। ਹੁਣ ਕਈ ਵਾਰੀ ਨਾ ਤੁਸੀਂ ਕਦੀ ਵੇਖੋ ਹਉਮੈ, ਹੁਣ ਜਿਵੇਂ ਮੰਨ ਲਓ ਵੀ ਪੁੱਤ ਪੱਠੇ ਲੈ ਕੇ ਆਇਆ ਅਤੇ ਬਾਪ ਪੁੱਛੇ ਪੱਠੇ ਕੌਣ ਲੈ ਕੇ ਆਇਆ, ਅਤੇ ਕੀ ਕਹੂਗਾ, ਮੈਂ ਹੀ ਲੈ ਕੇ ਆਇਆ ਨਾ। ਮੰਨ ਲਓ ਬੱਚੇ ਦੋ ਨੇ ਅਤੇ ਬਾਪ ਪੁੱਛਦਾ ਅੱਜ ਪੱਠੇ ਖੇਤਾਂ 'ਚ ਚੱਕਰ ਮਾਰਨ ਕੌਣ ਗਿਆ ਸੀ, ਜਿਹੜਾ ਕਹੂਗਾ ਮੈਂ ਗਿਆ ਸੀ ਚੱਕਰ, ਇਹ ਹਉਮੈ, ਇਹ ਹਉਮੈ ਨਹੀਂ ਹੈ। ਜਦੋਂ ਚੱਕਰ ਮਾਰਨ ਉਹ ਗਿਆ ਖੇਤਾਂ ਨੂੰ ਤਾਂ ਉਹਨੇ ਹੀ ਕਹਿਣਾ, ਹਉਮੈ ਉਦੋਂ ਬਣਦੀ ਹੈ ਵੀ ਇਹ ਕੰਮ ਮੈਂ ਕੀਤਾ ਅਤੇ ਮੈਂ ਹੀ ਕਰ ਸਕਦਾ, ਦੂਜੇ ਹੋਰ ਕੋਈ ਨਹੀਂ ਕਰ ਸਕਦਾ, ਹੋਰ ਕਿਸੇ ਕੋਲ ਹੋਣਾ ਹੀ ਨਹੀਂ। ਕਈ ਕਹਿਣਗੇ ਜੀ ਆਹ ਕੰਮ ਕਿਹਨੇ ਕੀਤਾ, ਦਾਸ ਨੇ ਕੀਤਾ ਜੀ, ਜਾਂ ਗੁਰੂ ਘਰ ਦਾ ਗੁਲਾਮ, ਦਾਸ, ਇਹ ਲਫਜ਼ੀ ਨਿਮਰਤਾ ਹੈ, ਲਫਜ਼ਾਂ ਦੇ ਨਾਲ ਤੇ ਨਿਮਰਤਾ ਇਸੇ ਨੂੰ ਤੇ ਗੁਰੂ ਬਾਬੇ ਫਰੀਦ ਨੇ ਆਖਿਆ ਸੀ, ਕੰਨ ਮੁਸੱਲਾ ਸੂਫ ਗਲ ਦਿਲ ਕਾਤੀ, ਪੜੋ ਜੀ ਇਹ ਗੁੜ, ਜਿਹੜੇ ਸ਼ਬਦ ਗੁੜ ਵਰਗੇ ਮਿੱਠੇ ਨੇ ਅੰਦਰ ਕੈਂਚੀ ਹੈ, ਇਹ ਖਤਰਨਾਕ ਇਨਸਾਨ ਅੰਦਰ ਕੈਂਚੀ ਹੈ, ਜ਼ੁਬਾਨ ਬੜੀ ਮਿੱਠੀ ਹੈ, ਜ਼ੁਬਾਨ ਕਰਕੇ ਹਾਂਜੀ ਗੁਰੂ ਘਰ ਦੇ ਗੁਲਾਮ ਹਾਂ ਜੀ, ਸੇਵਾਦਾਰ ਹਾਂ ਜੀ, ਦਾਸ ਹਾਂ ਜੀ, ਆਪਦੀ ਸੇਵਾ ਵਿੱਚ ਜੁੜੇ ਹੋਏ ਹਾਂ ਜੀ। ਕਈ ਤੁਹਾਨੂੰ ਕਹਿਣਗੇ ਕਦੀ ਗਰੀਬਾਂ ਘਰ ਵੀ ਚਰਨ ਪਾਓ, ਤੁਸੀਂ ਮਾੜਾ ਜਿਹਾ ਕਹੋ ਅਸੀਂ ਗਰੀਬਾਂ ਘਰ ਨਹੀਂ ਜਾਂਦੇ, ਉਸ ਵੇਲੇ ਗਿਣਾ ਦੇਣਗੇ 15 ਕਿੱਲੇ ਜ਼ਮੀਨਾਂ, 2 ਕੋਠੀਆਂ ਸ਼ਹਿਰ ਵੀ ਹੈਗੀਆਂ ਕਿਰਾਏ 'ਤੇ ਚਾੜੀਆਂ, 5 ਮਿੰਟ ਪਹਿਲਾਂ ਕਹਿੰਦਾ ਸੀ ਗਰੀਬ ਹਾਂ ਮੈਂ। ਇਹ ਲਫਜ਼ੀ ਨਿਮਰਤਾ, ਇਹਨੂੰ ਆਖਿਆ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ, ਬਾਹਰੋਂ ਵੇਖਣ ਨੂੰ ਬੜੀ ਨਿਮਰਤਾ, ਦਿਲ ਅੰਧਿਆਰੀ, ਅੰਦਰ ਹਨੇਰਾ ਹੈ, ਅੰਦਰ ਬੜੀ ਖਤਰਨਾਕ ਜ਼ਿੰਦਗੀ ਜੂ ਰਿਹਾ ਮਨੁੱਖ। ਖੈਰ ਹਉਮੈ, ਹੁਣ ਮੱਝਾਂ 4 ਨੇ, ਦੁੱਧ 2 ਹੀ ਦਿੰਦੀਆਂ ਨੇ, ਉਹ ਹਉਮੈ ਥੋੜ੍ਹਾ ਕਰਦੀਆਂ, ਉਹਨਾਂ ਨੂੰ ਕਰਦੀ ਜਾਨਵਰ 'ਚ ਕਾਹਦੀ ਹਉਮੈ, ਹਉਮੈ ਬੰਦੇ 'ਚ ਹੀ ਹੈ, ਜੇ ਇੱਕ ਜੀ ਕਮਾਉਂਦਾ, ਜੇ ਇੱਕ ਟੱਬਰ ਦਾ ਜੀ ਕਮਾਉਂਦਾ ਤਾਂ ਸਾਰਿਆਂ ਨੂੰ ਟਾਟਾ ਮਾਰਦਾ, ਮੈਂ ਕਰਦਾ, ਮੈਂ ਹੀ ਆਹ ਕੀਤਾ, ਮੇਰੇ ਤੋਂ ਬਿਨਾਂ ਤਾਂ ਹੋ ਹੀ ਨਹੀਂ ਸੀ ਸਕਦਾ ਨਾ। ਯਾਦ ਰੱਖਣਾ ਮੈਂ ਅਤੇ ਅਸੀਂ 'ਚ ਇੱਕ ਫਰਕ ਹੈ, ਤੁਸੀਂ ਕੋਈ ਕੰਮ ਕਰੋ ਕਹੋ ਅਸੀਂ ਕੀਤਾ ਅਤੇ ਉਹਦੇ ਵਿੱਚ ਸਾਰੇ ਆ ਜਾਂਦੇ ਆ, ਅਸੀਂ ਕੀਤਾ ਸੀ ਵਿੱਚ। ਹੁਣ ਜਿਵੇਂ ਇੱਕ ਘਰ ਸਾਂਝਾ, ਉੱਥੇ ਬੰਦਾ ਕਹੇ ਅਸੀਂ ਕੀਤਾ, ਉਹ 'ਚ ਮਾਂ ਵੀ ਆ ਜਾਣੀ ਹੈ, ਉਹ 'ਚ ਭਰਾ ਵੀ ਆ ਜਾਣੇ ਆ, ਬਾਪੂ ਵੀ ਆ ਜਾਣਾ, ਘਰ ਦਾ ਨੂੰ ਜਿਹੜਾ ਤੁਹਾਡੇ ਖੇਤਾਂ 'ਚ ਕੰਮ ਕਰਦਾ ਉਹ ਵੀ ਆ ਜਾਣਾ। ਤੁਸੀਂ ਕਹਿੰਦਾ ਆਹ ਕੰਮ ਅਸੀਂ ਕੀਤਾ, ਆਹ 4 ਕਿੱਲੇ ਜ਼ਮੀਨ ਖਰੀਦੀ ਅਸੀਂ ਖਰੀਦੀਏ, ਉਹ ਜਿਹੜਾ ਤੁਹਾਡੀਆਂ ਮੱਝਾਂ ਨੂੰ ਪੱਠੇ ਪਾਉਂਦਾ ਨਾ ਉਹਦਾ ਨਾਮ ਵੀ ਤੁਸੀਂ ਆਪੇ ਲੈ ਲਿਆ। ਜੇ ਤੁਸੀਂ ਕਹੋਗੇ ਇਹ ਕੰਮ ਮੈਂ ਕੀਤਾ ਤਾਂ ਫਿਰ ਉਹਦੇ ਵਿੱਚ ਬਾਕੀ ਸਾਰੇ ਟੱਬਰ ਨੂੰ ਪਾਸੇ ਕਰਤਾ, ਤੁਸੀਂ ਕੀਤਾ ਵੀ ਆਹ ਇਕੱਲਾ ਮੈਂ ਹੀ ਕਰਨ ਵਾਲਾ, ਜੇ ਮੈਂ ਨਾ ਹੁੰਦਾ ਤਾਂ ਰੋਟੀ ਨਹੀਂ, ਭੁੱਖੇ ਮਰ ਜਾਣੇ ਸੀ ਇਹ ਤਾਂ ਸਾਰੇ। ਕਈ ਤੁਹਾਨੂੰ ਵੇਖਿਆ ਬੀਬੀਆਂ ਪੇਕਿਆਂ ਤੋਂ ਆਣ ਕਹਿਣਗੀਆਂ ਜੇ ਮੈਂ ਨਾ ਹੁੰਦੀ ਤੁਸੀਂ ਸਾਰੇ ਭੁੱਖੇ ਮਰਨਾ ਸੀ, ਮੈਂ ਆਈ ਤਾਂ ਤੁਹਾਡੇ ਚੁੱਲ੍ਹੇ 'ਚ ਰੋਟੀ ਪੱਕਣ ਲੱਗੀ, ਤੁਹਾਡੇ ਘਰ 4। ਹੁਣ ਉੱਥੇ ਜੇ ਕਵੇ ਵੀ ਆਪਾਂ ਕੀਤਾ, ਸਹਿਯੋਗ ਦਿੱਤਾ, ਪਤੀ ਨੇ ਕਮਾਈ ਕੀਤੀ ਹੈ, ਪਤਨੀ ਨੇ ਘਰ ਸਾਂਭਿਆ, ਸਾਰੇ ਇਕੱਠ ਵਿੱਚ ਬੜਾ, ਇਕੱਠ ਵਿੱਚ ਬੜਾ ਫਾਇਦਾ ਹੈ। ਹੁਣ ਗੁਰੂ ਪਾਤਸ਼ਾਹ ਕਿੱਡੀ ਕੀਮਤੀ ਗੱਲ ਦੱਸਦੇ ਨੇ, ਕਹਿੰਦੇ ਮੈਂ ਅਤੇ ਅਸੀਂ 'ਚ ਇਹੋ ਫਰਕ ਹੈ, ਕੋਈ ਕੰਮ ਕਹੋ ਕਹੋ ਅਸੀਂ ਕੀਤਾ, ਸਾਰੇ ਨੇ ਉਹਦੇ ਵਿੱਚ। ਯਾਦ ਰੱਖਣਾ ਜਦੋਂ ਮਨੁੱਖ ਮੈਂ ਕਰਦਾ ਹੈ, ਭਗਤ ਨਾਮ ਰਵਿਦਾਸ ਜੀ ਦਾ ਸ਼ਬਦ ਪੜ੍ਹ ਕੇ ਵੇਖੋ, ਜਬ ਹਮ ਹੋਤੇ ਤਬ ਤੂੰ ਅਬ ਤੂੰ ਹੀ। ਆ ਹੁਣ ਰਿਵਾਜ਼ ਥੋੜ੍ਹਾ ਜਿਹਾ ਘੱਟ ਗਿਆ ਵੈਸੇ,
ਹੁਣ ਜਦੋਂ ਕਿ ਲੋਕ ਪੱਖੇ ਹੁਣ ਵੈਸੇ ਜਾਤ ਦਾ ਕੋਈ ਫਰਕ ਪੈ ਗਿਆ ਜਾਂ ਲੋਕਾਂ ਨੂੰ ਸ਼ਰਮ ਆਉਣ ਲੱਗ ਪਈ ਹੈ, ਨਹੀਂ ਤਾਂ ਗੁਰਦੁਆਰੇ ਵਿੱਚ ਕੋਈ ਪੱਖਾ ਚੜਾਉਣਾ, ਕੋਈ ਥਾਲੀ ਦੇਣੀ, ਕੋਈ ਕੂਲਰ ਚੜਾਉਣਾ, ਕੀ ਕਰਦੇ ਜੀ ਭਲਾ ਦੱਸਿਓ ਬੋਲ ਕੇ ਉਹਦੇ 'ਤੇ ਨਾਂ ਲਿਖਾਉਂਦੇ ਉੱਤੇ ਪੱਖਾ ਚਿੱਟਾ ਅਤੇ ਲਾਲ ਅੱਖਰਾਂ 'ਚ ਨਾਂ ਲਿਖਿਆ। ਉਹ ਦਾਦਾ ਘੁੰਮੀ ਜਾਂਦਾ ਫਰਾਂ ਦੇ ਨਾਲ ਨਾਲ, ਦਾਦੇ ਦਾ ਨਾਂ ਘੁੰਮੀ ਜਾਂਦਾ ਉੱਤੇ, ਅਤੇ ਜਿਹੜੇ ਥੱਲੇ ਬਹਿਣ ਵਾਲੇ ਨਾ ਉਹਨਾਂ ਦਾ ਧਿਆਨ ਪੱਖੇ ਵੱਲ ਨਹੀਂ ਹੈਗਾ ਵੀ ਠੰਡ ਹਵਾ ਦਿੰਦਾ ਕਿ ਨਹੀਂ, ਉਹ ਨਾਂ ਵੀ ਦੇ ਪਾਲਕੀਆਂ 'ਤੇ ਵੀ ਨਾਂ ਲਿਖਾਇਆ ਵੀ ਮਹਾਰਾਜ ਜੇ ਪਾਲਕੀ ਨਾ ਦਿੰਦੇ ਸੀ ਤੁਹਾਡਾ ਤਾਂ ਪ੍ਰਕਾਸ਼ ਕਿੱਥੇ ਹੋਣਾ ਸੀ, ਤੁਸੀਂ ਜੇ ਪੀੜ੍ਹੀ 'ਤੇ ਰਹਿਣਾ ਸੀ ਸਾਡੀ ਬਦੌਲਤ, ਤੁਸੀਂ ਪ੍ਰਕਾਸ਼, ਤੁਸੀਂ ਇੱਥੇ ਪ੍ਰਕਾਸ਼ ਨੂੰ ਸਾਡੀ ਬਦੌਲਤ ਹੋਏ ਜੇ ਪੱਖਿਆਂ 'ਤੇ ਟਿਊਬਾਂ 'ਤੇ ਥਾਲੀਆਂ 'ਤੇ ਕਿੰਨੀ ਕਿੰਨੇ ਬੰਦੇ ਅੰਦਰ ਵੀ ਮੈਂ ਕੀਤਾ ਮੈਂ। ਹੁਣ ਜਿਹੜੇ ਬੰਦੇ ਗਰੀਬ ਨੇ ਸਧਾਰਨ ਬੰਦੇ, ਉਹ ਵਿਚਾਰਿਆਂ ਕੋਲ ਪੈਸਾ ਨਹੀਂ, ਉਹ ਤਾਂ ਵਿਚਾਰੇ ਸਾਰੀ ਜ਼ਿੰਦਗੀ ਸ਼ਸ਼ੂ ਪੰਚ ਰਹਿੰਦੇ ਨੇ ਵੀ ਅਸੀਂ ਤਾਂ ਚੀਜ਼ਾਂ ਦੇਵਾਂਗੇ ਨਹੀਂ, ਆਹ ਜਿਹੜੇ ਸਰੋਪੇ ਮਿਲਦੇ ਨੇ ਧਾਰਮਿਕ ਅਸਥਾਨਾਂ 'ਤੇ ਪੈਸੇ ਦੇ ਕੇ। ਜਿਹੜੇ ਗਰੀਬ ਬੰਦੇ ਨੇ, ਹੁਣ ਰਿਕਸ਼ਾ ਚਲਾਉਣ ਵਾਲਾ ਦਿਹਾੜੀਦਾਰ ਬੰਦਾ ਜਿਹੜਾ ਵਿਚਾਰਾ ਕਮਾਉਂਦਾ 200 ਰੁਪਏ, ਉਹ ਵੇਖੀ ਜਾ ਰਿਹਾ ਵੀ ਮੇਰੀ ਜੇਬ 'ਚ ਵੀ ਕਿਤੇ 100-200 ਹੋਏਗਾ, ਮੈਂ ਵੀ ਸਰੋਪਾ ਲੈ ਕੇ ਆਵਾਂਗਾ। ਹੁਣ ਇੱਥੇ ਬੰਦਾ ਜੁਆਰੀਆ ਬੇਈਮਾਨੀ ਠੱਗ ਜਿੱਥੇ ਮਰਜ਼ੀ ਪੈਸੇ ਦੇ ਕੇ ਉੱਥੋਂ ਸਰੋਪਾ ਲੈ, ਇਹ ਥੋੜ੍ਹਾ ਗੱਲ ਹੈਗੀ ਹੈ। ਇੱਥੇ ਗੁਰੂ ਪਾਤਸ਼ਾਹ ਨੇ ਸਧਾਰਨ ਬੰਦਿਆਂ ਨੂੰ ਵੀ ਪਿਆਰ ਕੀਤਾ, ਸਧਾਰਨ ਬੰਦਿਆਂ ਦੇ ਅੰਦਰ ਵੀ ਗੁਰੂ ਦੀ ਵਿਚਾਰ ਵਸਾਈ ਹੈ। ਗੁਰੂ ਨੇ ਆਪਣੀ ਕਲਾ ਹਰ ਬੰਦੇ ਦੇ ਅੰਦਰ ਵਸਾਈ ਹੈ ਕਿ ਹਰ ਬੰਦਾ ਗੁਰੂ ਦੀ ਬਾਣੀ ਦੀ ਵਿਚਾਰ ਦੇ ਨਾਲ ਸਮਝ ਕੇ ਆਪਣੀ ਜ਼ਿੰਦਗੀ ਨੂੰ ਠੀਕ ਕਰ ਸਕਦਾ ਹੈ। ਹੁਣ ਧੰਨ ਗੁਰੂ ਅਰਜਨ ਸਾਹਿਬ ਨੇ ਕਿੱਡੀ ਕੀਮਤੀ ਗੱਲ ਕਹੀ ਹੈ, ਹਉ ਮੈਂ ਰੋਗ ਮਾਨੁਖ ਕਉ ਦੀਨਾ, ਕਾਮ ਰੋਗ ਮੈਂ ਗਲ ਬਸ ਲੀਨਾ। ਹੁਣ ਹਾਥੀ ਦਾ, ਹਾਥੀ ਵਿੱਚ ਕਾਮ ਦਾ ਰੋਗ ਹੈ, ਕਾਮ ਵਾਸ਼ਨਾ ਕਰਕੇ ਫੜ, ਏਡਾ ਤਾਕਤਵਰ ਹਾਥੀ ਕਿੱਦਾਂ ਫੜਿਆ ਜਾਵੇ, ਉਹਦੇ ਅੰਦਰ ਇੱਕ ਰੋਗ ਹੈ। ਕਾਲ ਭੂਤ ਕੀ ਹਸਤਨੀ ਮਨ ਬੌਰਾਰੇ, ਕਹਿਣ ਲੱਗੇ ਕਾਲ ਭੂਤ ਕੀ ਹਸਤਨੀ ਮਨ ਬੌਰਾਰੇ। ਕਿੱਡੀ ਕੀਮਤੀ ਗੱਲ ਕਹੀ ਭਗਤ ਕਬੀਰ ਜੀ ਨੇ, ਹਾਥੀ ਨੂੰ ਫੜਨ ਵਾਸਤੇ ਨਕਲੀ ਹਥਨੀ ਦਾ ਢਾਂਚਾ ਤਿਆਰ ਕੀਤਾ ਜਾਂਦਾ, ਭੱਜਾ ਆਉਂਦਾ ਕਾਮ ਵਾਸ਼ਨਾ ਵਿੱਚ ਅੰਨਾ ਹੋਇਆ, ਖੱਡੇ ਵਿੱਚ ਸੁੱਟ ਲੈਂਦੇ ਨੇ ਉਹਨੂੰ, ਭੁੱਖਾ ਪਿਆਸਾ ਰੱਖ ਕੇ ਇੱਕ ਮਹਾਵਤ ਉਹਦੇ ਸਿਰ 'ਤੇ ਆਣ ਬੈਠਦਾ ਹੈ। ਜੇ ਉਹਦੇ ਅੰਦਰ ਉਹ ਐਬ ਨਾ ਹੁੰਦਾ ਤਾਂ ਉਹਦੇ ਉੱਤੇ ਕੋਈ ਸਵਾਰੀ ਕਰ ਸਕਦਾ ਸੀ। ਹੁਣ ਇਹ ਕਾਮ ਹਾਥੀ ਵਿੱਚ ਹੈ, ਬੰਦੇ ਵਿੱਚ ਨਹੀਂ। ਹੁਣ ਉੱਧਰ ਤਾਂ ਸਿਰਫ ਇੱਕ ਸੀ, ਬੰਦੇ ਵਿੱਚ ਸਾਰੇ ਰੋਗ ਆਣ ਕੇ ਬੈਠ ਗਏ। ਹੁਣ ਕਿਹੜੀ ਕੀਮਤੀ ਗੱਲ ਭਗਤ ਕਬੀਰ ਜੀ ਨੇ ਕਹੀ, ਕਾਲ ਭੂਤ ਕੀ ਹਸਤਨੀ ਮਨ ਬੌਰਾਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾਰੇ, ਅੰਕਸ ਸਹਿਓ ਸੀਸ। ਇਸ ਰੋਗ ਦੇ ਕਾਰਨ ਨੂੰ ਅੰਕ ਸਹਿਣਾ ਪੈਂਦਾ। ਹਉ ਮੈਂ ਰੋਗ ਮਾਨੁਖ ਕਉ ਦੀਨਾ, ਕਾਮ ਰੋਗ ਮੈਂ ਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ। ਹੁਣ ਪਤੰਗੇ ਨੂੰ ਵੇਖਣ ਦਾ ਰੋਗ ਹੈ, ਲਾਈਟ ਜਗਾਓ ਭੱਜ ਕੇ ਉੱਤੇ ਆਣ ਬਹਿੰਦਾ, ਭਾਵੇਂ ਸੜ ਕੇ ਮਰ ਜਾਏ। ਨਾਦ ਰੋਗ ਖਪ ਗਏ ਕੁਰੰਗਾ, ਫਿਰ ਨੂੰ ਸੁਣਦਾ ਰੋਗ ਲੱਗਾ ਹੋਇਆ, ਉਹਦੇ ਵਿੱਚ ਇੰਨਾ ਮਸਤ ਹੁੰਦਾ ਹੈ ਅਗਲਾ ਜਾਲ ਪਾ ਕੇ ਲੈ ਜਾਂਦਾ ਉਸ ਨੂੰ। ਕੀ ਇਹ ਸਾਰੇ ਰੋਗ ਬੰਦੇ ਵਿੱਚ ਨਹੀਂ? ਸਾਰੇ ਰੋਗ ਬੰਦੇ ਵਿੱਚ, ਕਾਂ ਵਾਸ਼ਨਾ ਦਾ ਰੋਗ ਬੰਦੇ 'ਚ, ਅੱਖਾਂ ਨਾਲ ਵੇਖਣ ਦਾ ਰੋਗ ਬੰਦੇ 'ਚ, ਸੁਣਨ ਦਾ ਰੋਗ। ਹੁਣ ਇੱਕ ਬੰਦੇ ਗੁਰਦੁਆਰੇ ਆਨੰਦ ਕਾਰਜ ਹੋ ਰਿਹਾ ਹੁੰਦਾ ਅਤੇ ਕੰਨਾਂ ਨਾਲ ਗਾਣੇ ਸੁਣਨ ਵਾਲੇ ਕਿੱਥੇ ਬੈਠੇ ਹੁੰਦੇ ਭਲਾ ਜੀ? ਪੈਲਸ 'ਚ। ਹੁਣ ਉਹ ਕਹਿਣ ਜੀ ਆਣ ਕੇ ਭਾਵੇਂ ਗਿਆਨੀ ਜੀ ਹਿਰਨ ਦੀ ਜੂਨ ਹੁੰਦੀ ਹੈ, ਉਹਨਾਂ ਨੂੰ ਕਹਿਣਾ ਪਊਗਾ ਹਾਂਜੀ ਹੁੰਦੀ ਹੈ। ਬਸ ਉਹ ਹਿਰਨ ਦੇ 4 ਪੈਰ, ਇਸ ਹਿਰਨ ਦੀਆਂ 2 ਲੱਤਾਂ, ਇਹ ਹਿਰਨ ਗੱਡੀ ਚੜ੍ਹ ਕੇ ਆਇਆ, ਖਿੱਚ ਕੇ ਲੈ ਗਏ ਨਾ ਅਗਲੇ।
ਗਾਣੇ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਸੁਣਦਾ ਅਤੇ ਕੀਰਤਨ ਅੱਧਾ ਘੰਟਾ ਸੁਣਦਾ ਅਤੇ ਵਾਸੀਆਂ ਆਇਆ ਰਹਿੰਦਾ ਜਿਵੇਂ ਸਾਰੀ ਨੀਂਦ ਆਣ ਕੇ ਇੱਥੇ ਲਾਉਣੀ ਹੈ। ਇੱਥੇ ਗੁਰਦੁਆਰੇ ਢੋਆ ਲੱਭਦਾ ਵੀ ਮੈਂ ਢੋ ਲਾ ਕੇ ਬਹਿ ਜਾਵਾਂ ਦਸ ਮਿੰਟ, ਉੱਥੇ ਆਣ ਕੇ ਅੱਗੇ ਬਹਿੰਦਾ। ਹੁਣ ਗੁਰੂ ਸਾਹਿਬ ਨੇ ਕਿੱਡੀ ਕੀਮਤੀ ਗੱਲ ਕਹਿ ਦਿੱਤੀ, ਦ੍ਰਿਸ਼ਟ ਰੋਗ ਪਚਨ ਹੋਏ ਪਤੰਗਾ, ਨਾ ਦਾ ਰੋਗ ਖਬ ਖੈ ਕੁਰੰਗਾ, ਜੋ ਜੋ ਦਿਸੈ ਜੋ ਜੋ ਦਿਸ ਰਿਹਾ ਸੋ ਸੋ ਰੋਗੀ ਰੋਗ ਆ ਨੇ, ਆ ਰੋਗ ਨੇ, ਕਾਮ ਦਾ ਰੋਗ, ਲੋਭ ਦਾ ਰੋਗ, ਹਉਮੈ ਦਾ ਰੋਗ, ਕ੍ਰੋਧ ਦਾ ਰੋਗ, ਜੋ ਜੋ ਦਿਸੈ ਸੋ ਸੋ ਰੋਗੀ। ਅੱਛਾ, ਜਿੰਨਾ ਅਸੀਂ ਬਾਬਿਆਂ ਕੋਲ ਜਾਂਦੇ, ਬਾਬਾ ਜੀ ਮੈਨੂੰ ਰੋਗ ਮੁਕਤ ਕਰੋ, ਤੇ ਬਾਣੀ ਦੇ ਮੁਤਾਬਕ ਤੇ ਉਹ ਵੀ ਰੋਗੀ ਨੇ। ਜਿਹੜੇ ਆਪ ਰੋਗੀ ਨੇ ਉਹਨਾਂ ਕੋਲ ਜਾਣ ਦਾ ਫਾਇਦਾ ਹੈ ਜੀ, ਸਾਨੂੰ ਲਾਭ ਹੈ। ਮਹਾਰਾਜ ਨੇ ਤਾਂ ਕਹਿ ਦਿੱਤੀ, ਜਾਂ ਤਾਂ ਇਸ ਤੁਕ ਦੇ ਤੁਸੀਂ ਅਰਥ ਕਰਕੇ ਸਾਨੂੰ ਸੁਣਾ ਦਿਓ। ਮਹਾਰਾਜ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਜੇ ਕੋਈ ਰੋਗ ਤੋਂ ਰਹਿਤ ਹੈ ਤਾਂ ਮੇਰਾ ਸਤਿਗੁਰ ਹੈ। ਇੱਕ ਵਾਰ ਕਹੋ ਧੰਨ ਸ੍ਰੀ ਗੁਰੂ ਸਾਹਿਬ ਜੀ। ਗੁਰੂ ਰੋਗ ਤੋਂ ਸਾਨੂੰ ਰਹਿਤ ਕਰਦਾ ਹੈ। ਆਪ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਦੀ ਗੱਲ ਤਾਂ ਹੀ ਕਹੀ ਸੀ ਭੱਟਾ ਨੇ ਵੀ ਨਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ। ਪਹਿਲਾਂ ਆਪ ਮੁਕਤ ਨੇ ਤੇ ਮੈਨੂੰ ਮੁਕਤ ਕਰਨ ਦੀ ਤਾਕਤ ਮਹਾਰਾਜ ਆਪ ਰੱਖਦੇ ਨੇ। ਆਪ ਮੁਕਤ ਨੇ ਤੇ ਮੈਨੂੰ ਮੁਕਤੀ ਦੇਣ ਦੀ ਸਮਰੱਥਾ ਰੱਖਦੇ ਨੇ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜੇਵਾ ਰੋਗ ਮੀਨ ਗ੍ਰਸਿਆਨੋ, ਜ਼ਬਾਨ ਦਾ ਰੋਗ ਮੱਛੀ ਨੂੰ ਹੈ, ਕਿੱਡੀ ਕਿੰਨੇ ਸਮੁੰਦਰ 'ਚ ਉਹਨੂੰ ਕੌਣ ਫੜੇ ਜੀ, ਕੀਤੇ ਕਾਰਨ ਪਾਕੜੀ। ਅੱਤ ਸਿਆਣੀ ਸੋਹਣੀ ਹੈਗੀ ਵੀ ਸੋਹਣੀ ਸੀ, ਪਰ ਕੀਤੇ ਕਾਰਨ ਜ਼ਬਾਨ ਦਾ ਚਸਕਾ। ਉਹਨੇ ਮਾਸ ਦੀ ਬੋਟੀ ਵੇਖੀ ਪਰ ਕੁੰਡੀ ਨਹੀਂ ਨਾ ਵੇਖੀ ਉਸ ਬੋਟੀ ਦੇ ਅੰਦਰ। ਉਹ ਭੱਜ ਕੇ ਮਾਸ ਦੀ ਬੋਟੀ ਨੂੰ ਪੈਂਦੀ ਹੈ ਪਰ ਉਹਦੇ ਅੰਦਰ ਕੁੰਡੀ ਵੀ ਹੈ। ਜਦੋਂ ਬੋਟੀ ਮੂੰਹ 'ਚ ਪਾਉਂਦੀ ਅਗਲਾ ਜ਼ੋਰ ਨਾਲ ਖਿੱਚਦਾ ਅਤੇ ਚਵਾੜਾ ਪਾੜ ਕੇ ਖਿੱਚ ਕੇ ਬਾਹਰ ਲੈ ਆਉਂਦਾ ਉਹਨੂੰ। ਹੁਣ ਖੈਰ ਚਸਕਾ ਸੀ ਉਹਦਾ, ਕੀ ਬੰਦੇ ਅੰਦਰ ਇਹ ਚਸਕਾ ਨਹੀਂ? ਕਿੰਨੇ ਕਿੰਨੇ ਬੰਦੇ ਚਸਕਿਆਂ ਦੇ ਕਾਰਨ ਜੇਲ੍ਹਾਂ ਵਿੱਚ ਬੈਠੇ ਨੇ, ਕਿੰਨੇ ਕਿੰਨੇ ਚਸਕਿਆਂ ਦੇ ਕਾਰਨ ਗੁਰਦੇ ਫੇਲ ਕਰਾ ਲੈਂਦੇ ਨੇ, ਚਸਕਿਆਂ ਦੇ ਕਾਰਨ ਆਪਣੀ ਜ਼ਿੰਦਗੀ ਸਤਿਆ ਨਾਸ ਮਰਾ ਲਈ ਉਹਨਾਂ ਨੇ ਜ਼ਿੰਦਗੀ ਦੀ। ਹੁਣ ਐਸੇ ਬੰਦੇ ਆਣ ਕਹਿਣ ਜੀ ਮੱਛੀ ਦੀ ਜੂਨ ਹੁੰਦੀ ਹੈ, ਬੰਦਾ ਮੱਛੀ ਦੀ ਜੂਨ ਵੀ ਭੋਗ ਰਿਹਾ ਚਸਕੇ। ਜੇ ਵਾ ਰੋਗ ਮੀਨ ਗ੍ਰਸਿਆਨੋ, ਬਾਸਨ ਰੋਗ ਪਵਰ ਬਿਨਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰੇਵਿਧ ਰੋਗ ਮੈਂ ਬਧੇ ਬਿਕਾਰਾ। ਮੋਹ ਦਾ ਰੋਗ ਸਾਰੇ ਸੰਸਾਰ ਨੂੰ ਕਿੱਦਾਂ ਜੀ, ਜਦੋਂ ਪਹਿਲਾਂ ਮਾਂ ਬਾਪ ਹੁੰਦੇ ਨੇ ਉਦੋਂ ਮੋਹ ਮਾਂ ਬਾਪ ਤੱਕ ਸੀਮਤ ਹੈ, ਵਿਆਹਿਆ ਜਾਂਦਾ ਮੁੜ ਕੇ ਬੱਚਿਆਂ ਤੱਕ ਆ ਜਾਂਦਾ, ਫਿਰ ਭਰਾਵਾਂ ਦੇ ਬੱਚਿਆਂ ਦੇ ਮੂੰਹ 'ਚ ਖੋ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਉਂਦਾ। ਹੇਤ ਰੋਗ ਕਾ ਸਗਲ ਸੰਸਾਰਾ, ਮੋਹ ਦਾ ਰੋਗ ਸਾਰੇ ਸੰਸਾਰ ਨੂੰ ਹੈ। ਗੁਰੂ ਨੇ ਆਖਿਆ ਸੀ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਮੋਹ ਨੂੰ ਸਾੜ ਕੇ ਇਹਦੇ ਵਿੱਚ ਪ੍ਰੇਮ ਪੈਦਾ ਕਰ, ਪਿਆਰ ਪਿਆਰ ਹੋਏਗਾ ਤੇ ਤੂੰ ਕਿਸੇ ਨਾਲ ਠੱਗੀ ਨਹੀਂ ਮਾਰੇਗਾ ਤੇਰੇ ਅੰਦਰ। ਹੁਣ ਜੇ ਕਿਸਾਨ ਦੇ ਅੰਦਰ ਪਿਆਰ ਹੋਵੇ ਤੇ ਉਹ ਕਦੀ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦਾ ਹੱਕ ਨਹੀਂ ਮਾਰੇਗਾ। ਜੇ 9 ਕਿੱਲੇ 9 ਕਨਾਲਾ ਝੋਨਾ ਲਵਾਇਆ ਨਾ ਉਹਨੇ ਤੇ ਉਹ 9 ਕਨਾਲਾ ਨਹੀਂ ਦੱਸੇਗਾ, 8 ਨਹੀਂ ਦੱਸੇਗਾ, 8.5 ਨਹੀਂ ਦੱਸੇਗਾ, ਵੀ ਇਹ 2 ਮਰਲੇ ਵੀ ਘੱਟ ਨਹੀਂ ਦੱਸਣੇ ਮੈਂ ਨਾ। ਕਈ ਵਾਰੀ ਆਪਣੇ ਜਿਨ੍ਹਾਂ ਦੇ ਆਪਣੇ ਸਾਧਨ ਹੁੰਦੇ ਕਿਸੇ ਕੋਲੋਂ ਟਰੈਕਟਰ 'ਤੇ ਪੈਲੀ ਪਾਉਂਦੇ ਨੇ, ਕਦੀ ਨੋਟ ਕਰਕੇ ਵੇਖਣਾ। ਮੰਨ ਲਓ ਜੇ 9.5 ਕਨਾਲਾ ਵੀ ਜ਼ਮੀਨ ਹੈ, 8.5 ਕਨਾਲਾ ਵੀ ਜ਼ਮੀਨ ਹੈ, ਕਈ ਵਾਰੀ ਬੰਦਾ ਉੱਥੇ ਝੂਠ ਬੋਲਦਾ ਥੋੜ੍ਹਾ ਜਿਹਾ, ਵੇਚਣ ਲੱਗਿਆ ਉਦੋਂ 9.25 ਕਨਾਲਾ ਕਹਿਣੀ ਹੈ, ਅਤੇ ਟਰੈਕਟਰ 'ਤੇ ਕਿਰਾਇਆ ਹੋਣ ਲੱਗਿਆ ਉਦੋਂ ਥੋੜ੍ਹੀ ਜਿਹੀ ਘੱਟ ਹੀ ਕਹਿਣੀ ਜੀ, 1 ਕਿੱਲਾ ਵੀ ਨਹੀਂ ਪੂਰਾ ਹੈਗਾ ਜੀ, ਘੱਟ ਹੀ ਆ ਉਹਦਾ। ਅਤੇ ਗੁਰਦੁਆਰੇ ਆਣ ਕਹਿਣਾ ਨਾਨਕ ਨਾਮ ਚੜ੍ਹ, ਉਹ ਤੱਕ ਆਪਾਂ ਕਦੀ ਕਿਸੇ ਦਾ ਹੱਕ
ਬੋਲੋ ਸਾਸਕ ਜੀ, ਉੱਦਾਂ ਆਪਾਂ ਕਿਸੇ ਦਾ ਹੱਕ ਨਹੀਂ ਖਾਧਾ, ਏਦਾਂ ਹੱਕ ਖਾ ਰਹੇ ਹਾਂ ਆਪਾਂ ਕਿਸੇ ਦਾ, ਏਦਾਂ ਹੱਕ ਖਾਧਾ ਜਾ ਰਿਹਾ ਹੈ। ਹੁਣ ਇਹ ਰੋਗ ਨੇ, ਇਹਨਾਂ ਰੋਗਾਂ ਤੋਂ ਗੁਰੂ ਜੀ ਮੁਕਤ ਕਰਦੇ ਨੇ। ਹੁਣ ਇਹਨਾਂ ਰੋਗਾਂ ਦੇ ਵਾਸਤੇ, ਇਹਨਾਂ ਰੋਗਾਂ ਤੋਂ ਮੁਕਤੀ ਦਵਾਉਣ ਵਾਸਤੇ ਕੋਈ ਬੰਦਾ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕਿੰਨਿਆਂ ਥਾਵਾਂ 'ਤੇ ਲੋਕ ਮੱਥੇ ਟੇਕ ਰਹੇ ਨੇ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੀ ਕੀਮਤੀ ਗੱਲ ਕਹੀ ਹੈ। ਕਹਿਣ ਲੱਗੇ, ਰੋਗੀ ਮਾਨਸ ਹੋਏ ਕਹਿ ਫਿਰਦਾ ਬਾਲੇ ਵੈਦ ਪੁੱਛਦਾ। ਜਦੋਂ ਬੰਦੇ ਨੂੰ ਰੋਗ ਜ਼ਿਆਦਾ ਲੱਗ ਜਾਣ ਨਾ, ਫਿਰ ਵੈਦ ਵੀ ਬੜੇ ਬਦਲਦਾ। ਅੱਜ ਰੋਗ ਜ਼ਿਆਦਾ ਲੱਗ ਗਏ ਨੇ ਅਤੇ ਵੈਦ ਵੇਖੋ ਕਿੰਨੇ ਬਦਲੇ ਨੇ, ਕਿੰਨਿਆਂ ਵੈਦਾਂ ਕੋਲ ਜਾਂਦਾ। ਗੁਰਦੁਆਰੇ ਮੱਥਾ ਟੇਕਣ ਨਹੀਂ ਆਉਣਾ ਅਤੇ ਪਖੰਡੀ ਵੈਦਾਂ ਕੋਲ ਤੁਰਿਆ ਫਿਰਦਾ। ਫਲਾਣੇ ਬਾਬਾ ਜੀ ਸ਼ਬਦ ਦਿੰਦੇ ਨੇ, ਸ਼ਬਦ ਨਾਲ ਹੀ ਬਿਮਾਰੀ ਠੀਕ ਕਰ ਦਿੰਦੇ ਨੇ, ਸ਼ਬਦ ਦਿੰਦੇ ਨੇ ਉਹ ਬਾਬਾ ਜੀ, ਜਲ ਦਿੰਦੇ ਨੇ, ਲਾਚੀਆਂ ਦਿੰਦੇ ਨੇ, ਲੌਂਗ ਦਿੰਦੇ ਨੇ ਅਤੇ ਸਾਰਾ ਕੁਝ ਠੀਕ ਹੋ ਜਾਂਦਾ ਹੈ। ਅਸਲ ਵਿੱਚ ਅਸੀਂ ਰੋਗੀ ਹਾਂ ਤਾਂ ਜ਼ਿਆਦਿਆਂ ਵੈਦਾਂ ਕੋਲ ਤੁਰੇ। ਆਹ ਸੁਣੀ ਜਾਇਓ ਕੱਚੇ ਵੈਦ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ। ਰੋਗੀ ਮਾਨਸ ਹੋਏ ਕਹਿ ਫਿਰਦਾ ਬਾਲੇ ਵੈਦ ਪੁੱਛਦਾ, ਕੱਚੇ ਵੈਦ ਨਾ ਜਾਣਨੀ ਵੇਦਨ ਦਾਰੂ ਰੋਗੀ ਸੰਦਾ। ਜਦੋਂ ਬੰਦਾ ਜ਼ਿਆਦਾ ਰੋਗੀ ਹੋ ਜਾਏ ਫਿਰ ਜ਼ਿਆਦਾ ਵੈਦ ਬਦਲਦਾ ਅਤੇ ਜ਼ਿਆਦਿਆਂ ਵੈਦਾਂ ਵਿੱਚ ਨਾ ਕਈ ਵਾਰੀ ਕੱਚੇ ਵੈਦ ਦੇ ਕੋਲ ਵੀ ਪਹੁੰਚ ਜਾਂਦਾ ਅਤੇ ਕੱਚਾ ਵੈਦ ਕੀ ਕਰਦਾ ਫਿਰ, ਹੋਰੋਂ ਦਾਰੂ ਰੋਗ ਹੋਰ, ਹੋਰੋਂ ਦਾਰੂ ਰੋਗ ਹੋਰ, ਦਾਰੂ ਹੋਰ ਅਤੇ ਰੋਗ। ਹੁਣ ਦਰਦ ਤੁਹਾਡੇ ਹੁੰਦੀ ਹੋਵੇ ਲੱਤ 'ਤੇ ਅਤੇ ਇਲਾਜ ਕਰੀ ਜਾਵੇ ਪੇਟ ਦਾ, ਕੱਚਾ ਹੀ ਵੈਦ ਹੋਇਆ ਨਾ, ਬਿਮਾਰੀ ਕਿਤੇ ਹੋਰ ਵਾ ਅਤੇ ਇਲਾਜ ਕਿਤੇ ਹੋਰ ਹੋ ਰਿਹਾ। ਨਿਆਣਾ ਪੜ੍ਹਦਾ ਨਹੀਂ, ਮਾਵਾਂ ਜਾ ਕਹਿੰਦੀ ਬਾਬਾ ਜੀ ਬਾਬਾ ਜੀ ਨਿਆਣਾ ਪੜ੍ਹਦਾ ਨਹੀਂ। ਉਹ ਆਉਂਦੇ ਆ ਤਾਂ ਸ਼ਬਦ ਲੈ ਜਾਓ ਆਪਣੇ ਦੇ ਡੌਲੇ ਨਾਲ ਬੰਨ੍ਹ ਦਿਓ। ਹੁਣ ਪੜ੍ਹਾਈ ਤਾਂ ਆਉਣੀ ਦਿਮਾਗ ਨਾਲ, ਡੌਲੇ ਦਾ ਕੀ ਸੰਬੰਧ ਹੈ ਜੀ ਇੱਥੇ, ਜਿੱਥੇ ਡੌਲੇ ਦਾ ਕੀ ਸੰਬੰਧ ਹੈ ਉੱਥੇ ਇਹ ਕਹੋ ਵੀ ਉਹ ਪੁੱਛੋ ਜੀ ਨਿਆਣਾ ਪੜ੍ਹਦਾ ਕਿਉਂ ਨਹੀਂ, ਕਿਤੇ ਖੇਡਾਂ 'ਚ ਨਹੀਂ ਜ਼ਿਆਦਾ ਲੱਗਾ, ਹੋਰਦਾ ਮਾਂ ਬਾਪ ਟਾਈਮ ਨਾ ਦਿੰਦੇ ਹੋਣ, ਸਕੂਲੇ ਛੱਡ ਆਉਂਦੇ ਹੋਣ, ਘਰ ਆ ਜਾਂਦਾ ਟਿਊਸ਼ਨ 'ਤੇ ਨਾਲ, ਜੇ ਕਿਸੇ ਸਬਜੈਕਟ 'ਚ ਪਿੱਛੇ ਆ ਉਹਦਾ ਇਲਾਜ ਕਰਨ ਨਾ। ਪਰ ਸਾਡੇ ਲੋਕ ਕੀ ਕਰਦੇ ਆ ਜੀ, ਕੱਚਿਆਂ ਵੈਦਾਂ ਕੋਲ ਮੱਝ ਨਹੀਂ ਮਿਲਦੀ, ਮੱਝ ਨਹੀਂ ਮਿਲਦੀ, ਲਵੇਰਾ ਨਹੀਂ ਘਰ ਟਿਕਦਾ, ਬਾਬਾ ਜੀ ਕੋਲ ਪਹੁੰਚ ਜਾਓ। ਪੁੱਤ ਦੇ ਵਿਆਹ ਨੂੰ 4 ਸਾਲ ਹੋ ਗਏ, ਬਾਬਾ ਜੀ ਔਲਾਦ ਨਹੀਂ ਹੁੰਦੀ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ, ਲੋਕ ਹਮੇਸ਼ਾ ਸਲਾਹ ਉਹਦੇ ਕੋਲ ਲੈਣ ਜਾਂਦੇ ਆ ਜਿਹਨੂੰ ਉਸ ਬਾਰੇ ਗਿਆਨ ਹੋਵੇ। ਜਿਵੇਂ ਮੰਨ ਲਓ ਕਿਸੇ ਬੰਦੇ ਨੇ ਹੌਲੀ ਹੌਲੀ ਕੰਮ ਸਿੱਖਿਆ, ਇੱਟਾਂ ਲਾਉਣੀਆਂ ਸਿੱਖੀਆਂ, ਪਲਸਤਰ ਕਰਨਾ ਸਿੱਖਿਆ, ਉਹ ਇੰਨਾ ਗਿਆਨਵਾਨ ਹੋ ਗਿਆ, ਉਹਦੇ ਕੋਲ 4 ਪੈਸੇ ਆ ਗਏ, ਹੌਲੀ ਹੌਲੀ ਬਿਲਡਰ ਬਣ ਗਿਆ, ਉਹਨੇ 4 ਮਿਸਤਰੀ ਥੱਲੇ ਰੱਖ ਲਏ, ਠੇਕੇਦਾਰ ਬਣ ਗਿਆ। ਹੌਲੀ ਹੌਲੀ ਉਹਨੇ ਘਰਾਂ ਤੋਂ ਕੰਮ ਸ਼ੁਰੂ ਕੀਤਾ, ਕੋਠੀਆਂ 'ਤੇ ਆ ਗਿਆ, ਕੋਠੀਆਂ ਤੋਂ ਹੌਲੀ ਹੌਲੀ ਸਕੂਲ ਬਣਾਉਣ ਲੱਗ ਪਿਆ, ਵੱਡਾ ਬਿਲਡਰ ਬਣ ਗਿਆ, ਉਹਦੇ ਥੱਲੇ 50, 100, 200 ਕਾਰੀਗਰ ਕੰਮ ਕਰਦਾ। ਉਹ ਤਾਂ ਕਰਦਾ ਕਿ ਉਹਨੂੰ ਪਤਾ ਵੀ ਜਦੋਂ ਚੜਾਈ ਕਰਨੀ ਇੱਟਾਂ ਦੀ ਉਦੋਂ ਸੀਮਿੰਟ ਕਿੰਨੇ ਇੱਕ ਦਾ ਲੱਗਣਾ, ਪਲਸਤਰ 'ਤੇ ਕਿੰਨੇ ਇੱਕ ਦਾ ਲੱਗਣਾ, ਅਤੇ ਲੈਂਟਰ ਵੇਲੇ ਕਿੰਨਾ ਸਰੀਆ ਪੈਣਾ, ਕਿੰਨਾ ਬੱਜਰ ਪੈਣਾ, ਕਿੰਨਾ ਉਹਨੂੰ ਸਾਰਾ ਪਤਾ ਹੈ ਨਾ, ਤਾਂ ਹੀ ਉਹ ਬਿਲਡਰ ਬਣਿਆ। ਹੁਣ ਕੱਲ੍ਹ ਨੂੰ ਜੇ ਇੱਦਾਂ ਬਿਲਡਰ ਬਣਿਆ ਜਾਂਦਾ ਹੋਵੇ ਤਾਂ ਜਿਸ ਬੰਦੇ ਕੋਲ ਪੈਸੇ, ਹਰ ਬੰਦਾ ਕਹੇ ਮੈਂ ਵੀ ਇਹ ਕੰਮ ਕਰ ਲਵਾਂ, ਹਰ ਬੰਦਾ ਵੀ ਜੇ ਇੱਦਾਂ ਦਾ ਕੋਈ ਬੰਦਾ ਬਣ ਜਾ ਉਹਨੂੰ ਕੋਈ ਵੀ ਠੱਗ ਸਕਦਾ, ਕਿਉਂਕਿ ਉਹਨੂੰ ਮਟੀਰੀਅਲ ਬਾਰੇ ਗਿਆਨ ਹੀ ਨਹੀਂ ਹੈਗਾ। ਜੇ ਕਿਸੇ ਨੇ ਆਪਣਾ ਸਕੂਲ ਖੋਲ੍ਹਣਾ ਤਾਂ ਪਰਿਵਾਰ ਵਿੱਚ ਇੱਕ ਅੱਧਾ ਬੰਦਾ ਪੜ੍ਹਿਆ ਲਿਖਿਆ ਹੁੰਦਾ, ਕਈ ਵਾਰੀ ਨੌਂ ਪੜ੍ਹੀ ਲਿਖੀ ਆ ਜਾਂਦੀ ਹੈ, ਆਪਾਂ ਕਹਿੰਦੇ ਆਪਾਂ ਆਪਣਾ ਸਕੂਲ ਖੋਲ੼ ਲਈਏ, ਵੀ ਨੌਂ ਪੜ੍ਹੀ ਲਿਖੀ ਹੈ ਨਾ, ਉਹਨੂੰ ਪਤਾ, ਉਹਨੂੰ ਪੜ੍ਹਾਈ ਦਾ ਪਤਾ, ਪੁੱਛਦੇ ਹਾਂ ਬੇਟਾ ਤੂੰ ਕੋਈ ਪਿੱਛੋਂ ਪੜ੍ਹਾਉਂਦੀ ਆਈ ਹੈ, ਪੇਕਿਆਂ ਤੋਂ ਪੜ੍ਹਾਉਂਦੀ ਆਈ ਹੈ, ਆਪਾਂ ਸਕੂਲ ਖੋਲ੍ਹ ਲਈਏ, ਜਾਂ ਕੋਈ ਇੱਦਾਂ ਦਾ ਨਿਗਾਹ ਜਾਂ ਕੋਈ ਟਿਊਸ਼ਨ ਸੈਂਟਰ ਖੋਲ੍ਹ ਲਈਏ, ਤੈਨੂੰ ਪਤਾ ਹੈ। ਹਮੇਸ਼ਾ ਉਹ ਮਨੋ ਕਾਮਯਾਬ ਹੁੰਦਾ ਜਿਹਨੂੰ ਥੋੜ੍ਹਾ ਬਹੁਤਾ ਗਿਆਨ ਹੁੰਦਾ, ਅਸੀਂ ਉਹਦੇ ਕੋਲ ਸਲਾਹ ਲੈਣ ਜਾਂਦੇ ਹਾਂ। ਹੁਣ ਸਾਡਾ ਪੁੱਤ ਨਹੀਂ ਆਖੇ ਲੱਗਦਾ, ਅਸੀਂ ਸਲਾਹ ਕਿਹਦੇ ਕੋਲ ਲੈਣ ਜਾਂਦੇ ਜੀ ਭਲਾ, ਉਹਦੇ ਕੋਲ।
ਜਿਹੜੇ ਵਿਚਾਰੇ ਆਪ ਘਰੋਂ ਭੱਜੇ ਹੋਏ ਨੇ, ਜੇ ਉਹ ਪੁੱਤਾਂ ਨੂੰ ਔਖੇ ਆਖੇ ਲਾਉਣ ਜੋਗੇ ਹੁੰਦੇ ਫਿਰ ਉਹਨੂੰ ਆਪਣੇ ਘਰ ਛੱਡਣ ਦੀ ਲੋੜ ਨਹੀਂ ਸੀ ਪੈਣੀ। ਜੇ ਉਹ ਘਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਜਾਣਦੇ ਹੁੰਦੇ ਉਹਨਾਂ ਨੂੰ ਆਪਣੇ ਟੱਬਰ ਛੱਡਣ ਦੀ ਕੀ ਲੋੜ ਪੈਂਦੀ? ਇਹ ਸਮੱਸਿਆ ਦਾ ਹੱਲ ਜੇ ਪੁੱਛਣਾ ਹੈ ਤਾਂ ਗੁਰੂ ਕੋਲੋਂ ਪੁੱਛੋ, ਗੁਰੂ ਜੀ ਤੁਹਾਨੂੰ ਦੱਸਣਗੇ ਵੀ ਆਪਣੇ ਪੁੱਤਰ ਨੂੰ ਕਿਵੇਂ ਸਮਝਾਉਣਾ ਹੈ, ਘਰ ਵਿੱਚ ਰਹਿਣਾ ਕਿਵੇਂ ਹੈ, ਕਿਸੇ ਕੋਲ ਨਾ ਜਾਓ। ਇੱਦਾਂ ਤਾਂ ਸਾਰੀ ਜ਼ਿੰਦਗੀ ਤੁਸੀਂ ਬਾਬੇ ਬਦਲਦੇ ਰਹਿਣਾ। ਅੱਜ ਬਾਬਾ 20 ਸਾਲ ਦਾ, ਤੁਹਾਡੀ ਉਮਰ 40 ਸਾਲ ਦੀ ਹੈ, ਤੁਸੀਂ ਹੋ ਸਕਦਾ 100 ਸਾਲ ਦੀ ਉਮਰ ਭੁਗਣੀ ਹੋਵੇ, ਬਾਬੇ ਤੁਹਾਨੂੰ 4 ਬਦਲਣੇ ਪੈ ਜਾਣ, ਪਰ ਐਸੇ ਗੁਰੂ ਕੋ ਆਓ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ, ਜਿਹੜਾ ਜੰਮਣ ਮਰਨ ਤੋਂ ਰਹਿਤ, ਜਿਹੜਾ ਸਾਨੂੰ ਮੁਕਤ ਕਰ ਸਕਦਾ ਹੈ। ਹੁਣ ਕਿੰਨੀ ਕੀਮਤੀ ਗੱਲ ਭਾਈ ਗੁਰਦਾਸ ਜੀ ਨੇ ਕਹੀ, ਹੋਰ ਦਾਰੂ ਰੋਗ ਹੋਰ ਹੋਏ ਪਚੈੜ ਦੁੱਖ ਸਹੰਦਾ ਆਵੇ ਵੈਦ ਸੋ ਵੈਦ ਘਰ। ਜੇ ਕਿਤੇ ਸਿਆਣਾ ਵੈਦ ਆ ਜਾਏ ਘਰ 'ਚ, ਦੱਸੇ ਦਾਰੂ ਰੋਗ ਲਾ। ਪਹਿਲਾਂ ਸੀ ਕੱਚੇ ਵੈਦ ਦੀ ਗੱਲ, ਇੱਥੇ ਹੁਣ ਆ ਗਿਆ ਅਸਲੀ ਵੈਦ ਦੀ ਗੱਲ, ਅਸਲੀ ਵੈਦ ਘਰ ਆ ਗਿਆ। ਆਵੇ ਵੈਦ ਸੋ ਵੈਦ ਘਰ ਦੱਸੇ ਦਾਰੂ ਰੋਗ ਲਹੰਦਾ। ਜਦੋਂ ਦੱਸੇ ਉਹਨੇ ਰੋਗ ਦਾ, ਤਾਂ ਆਹ ਬਿਮਾਰੀ ਹੈ, ਆਹ ਪਰਹੇਜ ਹੈ, ਆਹ ਦਵਾਈ ਹੈ। ਪਰ ਯਾਦ ਰੱਖਣਾ, ਵੈਦ ਸਿਰਫ ਦਵਾਈ ਦੱਸ ਸਕਦਾ, ਠੀਕ ਤੂੰ ਆਪਣੇ ਆਪ ਨੂੰ ਆਪ ਕਰਨਾ ਹੈ। ਧਿਆਨ ਨਾਲ ਸਮਝੋ ਨੁਕਤਾ, ਵੈਦ ਸਿਰਫ ਦਵਾਈ ਦੱਸ, ਆਪਾਂ ਕਹਿੰਦੇ ਬੜਾ ਸਿਆਣਾ ਡਾਕਟਰ, ਡਾਕਟਰ ਤਾਂ ਸਿਆਣਾ, ਗੁਰੂ ਨਾਨਕ ਸਾਹਿਬ ਬਹੁਤ ਸਿਆਣੇ ਨੇ। ਸ੍ਰੀ ਚੰਦ ਆਪਣੇ ਆਪ ਨੂੰ ਨਹੀਂ ਸੀ ਠੀਕ ਕਰਨਾ ਚਾਹੁੰਦਾ, ਬਾਬੇ ਲੈਣੇ ਨੇ ਕਰ ਲਿਆ। ਪ੍ਰਿਥੀ ਚੰਦ ਆਪਣੇ ਆਪ ਨੂੰ ਨਹੀਂ ਸੀ ਠੀਕ ਕਰਨਾ ਚਾਹੁੰਦਾ, ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਆਪ ਨੂੰ ਉਹ ਵਿੱਚ ਉਸ ਵੈਦ ਦੇ ਕੋਲੋਂ ਗਿਆਨ ਪ੍ਰਾਪਤ ਕਰ ਲਿਆ। ਵੈਦ ਵਿੱਚ ਕੋਈ ਨੁਕਸ ਨਹੀਂ, ਵੈਦ ਤਾਂ ਪੂਰਾ ਹੈ। ਕਈ ਵਾਰੀ ਆਪਾਂ ਕਹਿੰਦੇ ਵੇਖੋ ਜੀ ਉਸ ਟੀਚਰ ਨੇ ਮੈਨੂੰ, ਟੀਚਰ ਨਹੀਂ ਪੜ੍ਹਾਉਂਦਾ, ਇਨਸਾਨ ਆਪ ਪੜ੍ਹਦਾ ਹੈ। ਟੀਚਰ ਤਾਂ ਉਹੀ ਹੁੰਦਾ ਸਾਰਿਆਂ ਲਈ, ਮਾਂ ਤਾਂ ਉਹੀ ਹੁੰਦੀ ਸਾਰਿਆਂ ਲਈ, ਬੱਚੇ ਨੇ ਆਪ ਉਹਦੇ ਕੋਲੋਂ ਗਿਆਨ ਲੈਣਾ ਹੈ, ਆਪ ਸਿੱਖਿਆ ਲੈਣੀ ਹੈ, ਆਪ ਵਿਚਾਰ ਪ੍ਰਾਪਤ ਕਰਨੇ ਹਨ। ਹੁਣ ਜਿਵੇਂ ਆਪਾਂ ਤੁਸੀਂ ਆਪਣੇ ਬੱਚੇ ਨੂੰ ਕੀਰਤਨ ਦੀ ਸਿਖਲਾਈ ਦਿਓ, ਟੀਚਰ ਤਾਂ ਸਾਰਿਆਂ ਨੂੰ ਸਬਕ ਦੇ ਜਾਂਦਾ, ਸਿੱਖਣਾ ਤਾਂ ਰਿਆਜ਼ ਤਾਂ ਆਪ ਕਰਨਾ ਪੈਣਾ ਹੈ ਨਾ। ਹੁਣ ਜਿਵੇਂ ਟੀਚਰ ਪੜ੍ਹਾਉਂਦਾ ਕਲਾਸ 'ਚ, ਪੜ੍ਹਾਉਂਦਾ ਤਾਂ ਸਾਰਿਆਂ ਨੂੰ ਹੈ, ਜੇ ਵਿਦਿਆਰਥੀ ਘਰ ਜਾ ਕੇ ਪੜ੍ਹੂਗਾ ਹੀ ਨਹੀਂ ਤਾਂ ਕਿਵੇਂ ਕਾਮਯਾਬ ਹੋਏਗਾ? ਦਵਾਈ ਡਾਕਟਰ ਕੋਲ ਲੈ ਕੇ, ਮੈਂ ਜੇ ਠੀਕ ਨਹੀਂ ਹੋਣਾ ਚਾਹੁੰਦਾ, ਦੁਨੀਆਂ ਦਾ ਕੋਈ ਡਾਕਟਰ ਨਹੀਂ ਮੈਨੂੰ ਠੀਕ ਕਰ ਸਕਦਾ, ਮੰਨੇ ਤੋਂ ਮੰਨਿਆ ਪਰ ਮੰਨਿਆ, ਕਿਉਂ ਭਲਾ? ਡਾਕਟਰ ਦਵਾਈ ਦੇਵੇਗਾ, ਮੈਂ ਘਰ ਜਾ ਕੇ ਰੱਖ ਦੇਣੀ, ਮੈਂ ਖਾਣੀ ਨਹੀਂ, ਜਿਹੜੀ ਗੱਲ ਤੋਂ ਡਾਕਟਰ ਨੇ ਮੈਨੂੰ ਰੋਕਿਆ ਮੈਂ ਉਹ ਖਾਈ ਜਾਣੀ ਆ, ਮੈਂ ਠੀਕ ਹੋ ਸਕਦਾ ਜੀ? ਆਵੇ ਵੈਦ ਸੋ ਵੈਦ ਘਰ ਦੱਸੇ ਦਾਰੂ ਰੋਗ ਲਹੰਦਾ। ਆਇਆ ਸਿਆਣਾ ਵੈਦ, ਉਹਨੇ ਦੱਸਿਆ ਆਹ ਰੋਗ ਹੈ, ਆਹ ਪਰਹੇਜ ਹੈ, ਆਹ ਦਵਾਈ ਖਾ। ਪਰ ਹੋਇਆ ਕੀ? ਸੰਜਮ ਰਹੇ, ਸੰਜਮ ਰਹੇ ਨਾ ਖਾਏ ਪਥ। ਡਾਕਟਰ ਨੇ ਤਾਂ ਦਵਾਈ ਦੱਸ ਦਿੱਤੀ, ਹੁਣ ਹੁਣ ਆਪ ਗਲਤ ਹੋ ਗਿਆ, ਹੁਣ ਸੰਜਮ ਨਹੀਂ ਰੱਖਦਾ, ਜਿਹੜੀਆਂ ਗੱਲਾਂ ਤੋਂ ਡਾਕਟਰ ਰੋਕਦਾ ਉਹ ਕੰਮ ਨਹੀਂ ਛੱਡਦਾ। ਗੁਰੂ ਨੇ ਆਖਿਆ ਮੜੀ 'ਤੇ ਨਾ ਜਾਈ, ਆਪਾਂ ਜਾਣਾ ਬੰਦ ਕਰ ਦਿੱਤਾ ਜੀ? ਸਤਿਸ਼੍ਰੀ ਜੀ ਬੋਲਿਓ, ਪਰ ਗੁਰੂ ਜੀ ਨੇ ਆਖਿਆ ਮੜੀ 'ਤੇ ਮੱਥਾ, ਆਪਾਂ ਪਰਹੇਜ ਕਰ ਲਿਆ। ਗੁਰੂ ਜੀ ਨੇ ਹੁਣ ਬੋਲੀ ਜਾਇਓ, ਗੁਰੂ ਜੀ ਨੇ ਆਖਿਆ ਕਿਸੇ ਸਰੀਰ ਅੱਗੇ ਮੱਥਾ ਨਹੀਂ ਟੇਕਣਾ, ਕਿਸੇ ਦੇਹਧਾਰੀ ਅੱਗੇ ਮੱਥਾ ਨਹੀਂ, ਆਪਾਂ ਇਹ ਗੱਲ ਇਹ ਪਰਹੇਜ ਕਰ ਲਿਆ। ਗੁਰੂ ਜੀ ਨੇ ਆਖਿਆ ਕਿਸੇ ਥਾਂ ਥਾਂ 'ਤੇ ਮੜੀਆਂ ਮਸਾਣਾਂ 'ਤੇ ਵਿਸ਼ਿਆਂ ਵਿਕਾਰਾਂ ਵਾਲਾ ਜੀਵਨ ਨਹੀਂ ਜਿਉਣਾ, ਕੀ ਇਹ ਪਰਹੇਜ ਕਰ ਲਿਆ? ਹੁਣ ਸੰਜਮ ਰਹੇ ਨਾ, ਸੰਜਮ ਵਿੱਚ ਨਹੀਂ ਰਿਹਾ। ਵੈਦ ਬੜਾ ਸਿਆਣਾ ਸੀ, ਇਹ ਵੈਦ ਬਾਬਾ ਫਤਿਹ ਸਿੰਘ ਵੇਲੇ ਵੀ ਉਹ ਸੀ, ਭਾਈ ਤਾਰੂ ਸਿੰਘ ਵੇਲੇ ਵੀ ਵੈਦ ਉਹ ਸੀ, ਪਰ ਉਹਨਾਂ ਨੇ ਤਰੀਕੇ ਨਾਲ ਦਵਾਈ ਖਾ ਲਈ, ਪਰਹੇਜ ਕਰ ਲਿਆ। ਵੈਦ ਸਾਡੇ ਵੇਲੇ ਵੀ, ਜਪਜੀ ਸਾਹਿਬ ਭਾਈ ਤਾਰੂ ਸਿੰਘ ਵੇਲੇ ਵੀ ਉਹ ਸੀ, ਆਸਾ ਕੀ ਵਾਰ
ਸਾਹਿਬਜ਼ਾਦਿਆਂ ਵੇਲੇ ਵੀ ਉਹ ਸੀ, ਸਾਡੇ ਵੇਲੇ ਵੀ ਉਹੀ ਹੈ। ਉਹਨਾਂ ਸੰਜਮ ਰੱਖ ਲਿਆ, ਪਰਹੇਜ਼ ਕਰ ਲਿਆ, ਆਪਾਂ ਨਹੀਂ ਕੀਤਾ। ਸੰਜਮ ਰਹੇ ਨਾ ਖਾਏ ਪਥ, ਸੰਜਮ ਵਿੱਚ ਨਹੀਂ ਰਹੇ ਪਥ, ਜਿਹਨਾਂ ਤੋਂ ਰੋਕਿਆ ਸੀ ਖਾਣ ਲੱਗ ਪਏ। ਖੱਟਾ ਮਿੱਠਾ ਸਾਓ ਚਖੰਡਾ, ਜਿਹਨਾਂ ਗੱਲਾਂ ਤੋਂ ਰੁਕਣ, ਡਾਕਟਰ ਕੋਲ ਚਲਾ ਗਿਆ ਸਿਆਣਾ ਡਾਕਟਰ ਬੜਾ। ਇੱਕ ਪਿੰਡ ਵਿੱਚ ਬੰਦਾ, ਫਲਾਣੇ ਡਾਕਟਰ ਬਲਗਮ ਸੀ, ਬੋਲਿਆ ਨਹੀਂ ਸੀ ਜਾਂਦਾ, ਰੇਸ਼ਾ ਬੜਾ ਆਉਂਦਾ ਸੀ। ਦਵਾਈ ਲੈ ਆਇਆ, ਠੀਕ ਹੋ ਗਿਆ। ਦੂਜੇ ਨੂੰ ਆਉਂਦਾ, ਤੂੰ ਵੀ ਉਸ ਡਾਕਟਰ ਕੋਲ ਜਾ। ਡਾਕਟਰ ਨੇ ਸੇਮ ਦਵਾਈ ਦਿੱਤੀ ਉਹਨੂੰ। ਦਵਾਈ ਤਾਂ ਲੈ ਆਇਆ, ਦਵਾਈ ਖਾਈ ਜਾਂਦਾ, ਪਰ ਜਿਹੜੀਆਂ ਗੱਲਾਂ ਤੋਂ ਪਰਹੇਜ਼ ਕਿਸੇ ਵੀ ਅਚਾਰ ਨਾ ਖਾਈ, ਚਾਵਲ ਨਾ ਖਾਈ, ਕੋਈ ਦਿਨ ਦਹੀਂ ਨਾ ਖਾਈ, ਜਿੰਨਾ ਤਲੀਆਂ ਚੀਜ਼ਾਂ ਨਾ ਖਾਈ। ਅਤੇ ਥੋੜ੍ਹੇ ਦਿਨਾਂ ਨੂੰ ਰਿਸ਼ਤੇਦਾਰਾਂ 'ਚ ਵਿਆਹ ਆ ਗਿਆ, ਉੱਥੇ ਪਲੇਟ ਪਕੌੜਿਆਂ ਦੀ ਤਾਂ ਟੀਸੀ ਲਾ ਕੇ ਭਰੀ ਹੈ, ਖਾ ਕੇ ਪਕੌੜੇ ਚੰਗੀ ਪਲੇਟਾਂ ਚਟਨੀ ਚੁਟਨੀ ਖਾ ਕੇ, ਫਿਰ ਪੰਜਵੇਂ ਸਮੇਂ ਦੇ ਡਾਕਟਰ ਦੇ, ਡਾਕਟਰ ਸਾਹਿਬ ਸਾਡੇ ਪਿੰਡੋਂ ਵੀ ਤੁਹਾਡੇ ਕੋਲ ਬੰਦਾ ਦਵਾਈ ਲੈ ਗਿਆ ਸੀ, ਉਹ ਤਾਂ ਠੀਕ ਹੋ ਗਿਆ, ਮੈਂ ਕਿਉਂ ਨਹੀਂ ਹੋਇਆ। ਲਾ ਕੇ ਇੱਕ ਬੰਦਾ ਹੋਰ ਆਉਂਦਾ, ਆਉਂਦਾ ਜੀ ਉਹਨੇ ਪਰਹੇਜ਼ ਕੀਤਾ ਸੀ, ਇਹ ਤਾਂ ਪਕੌੜਿਆਂ ਨੂੰ ਵੇਖ ਕੇ ਡਿੱਗ ਪੈਂਦਾ, ਇਹ ਤਾਂ ਮਰਨ ਵਾਲਾ ਹੋ ਜਾਂਦਾ ਵੇਖ ਕੇ ਤਲੀਆਂ ਚੀਜ਼ਾਂ। ਉੱਥੇ ਡਾਕਟਰ ਠੀਕ ਕਰ ਸਕਦਾ ਜੀ? ਹੁਣ ਇਹ ਕਹਿੰਦਾ ਗੁਰਦੁਆਰੇ 'ਤੇ ਆਪਾਂ ਵੀ ਜਾਂਦੇ ਹਾਂ, ਗੱਲ ਨਹੀਂ ਬਣਦੀ ਸਾਡੀ, ਪਾਠ ਤਾਂ ਅਸੀਂ ਵੀ ਕਰਦੇ ਹਾਂ, ਤਾਂ ਦੀਵੇ ਕੌਣ ਜਗਾਉਂਦਾ ਜੀ ਮੜੀਆਂ 'ਤੇ, ਸਾਧਾਂ ਦੇ ਪੈਰਾਂ 'ਤੇ ਮੱਥੇ ਕੌਣ ਟੇਕਦਾ? ਕੇਵਲ ਕਕਾਰ ਪਾਉਣਾ ਅੰਮ੍ਰਿਤਧਾਰੀ ਨਹੀਂ, ਕਕਾਰ ਤਾਂ ਉਹਨਾਂ ਨੇ ਵੀ ਪਾਏ ਜਿਹੜੇ ਸਾਧਾਂ ਦੇ ਪੈਰਾਂ 'ਤੇ ਜਾ ਕੇ ਨਮਸਕਾਰਾਂ ਕਰਦੇ ਨੇ। ਅੰਮ੍ਰਿਤਧਾਰੀ ਹੁਣ ਹੁਣੇ ਭਾਈ ਸਾਹਿਬ ਦੱਸ ਰਹੇ ਕਿੱਡੀ ਕਿੱਡੀ ਕੀਮਤੀ ਗੱਲ ਸੀ, ਵੀ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਦੇ ਨੇ, ਬਾਕੀ ਤਾਂ ਭੇਡਾਂ ਤਿਆਰ ਹੁੰਦੀਆਂ ਨੇ, ਭੇਡਾਂ ਆਪਣੇ ਆਪਣੇ ਵਾਲੇ ਦੀਆਂ ਭੇਡਾਂ ਨੇ, ਕਿਸੇ ਦੀਆਂ ਕਿਸੇ ਰੰਗ ਦੀਆਂ, ਕਿਸੇ ਦੀ ਕਿਸੇ ਰੰਗ ਦੀਆਂ, ਇੱਥੇ ਸਿੱਖ ਤਿਆਰ ਕੀਤੇ ਜਾਂਦੇ ਨੇ, ਇੱਥੇ ਸਿੱਖ ਤਿਆਰ ਹੁੰਦੇ ਨੇ, ਸਿੱਖ ਸਿੱਖ ਵਿਚਾਰ ਨਾਲ ਤਿਆਰ ਹੁੰਦੇ ਨੇ, ਗਿਆਨ ਨਾਲ ਤਿਆਰ ਕੀਤੇ ਜਾਂਦੇ ਨੇ। ਗੁਰੂ ਪਾਤਸ਼ਾਹ ਲਾਲਚ ਨਹੀਂ ਦਿੰਦੇ ਵੀ ਤੂੰ ਆ ਮੇਰੇ ਕੋਲ ਆਏਗਾ ਤੈਨੂੰ ਮੈਂ ਆਹ ਦੇਣਾ, ਨਾ, ਇੱਥੇ ਇੱਕੋ ਦੱਸਦੇ ਨੇ ਤੇਰਾ ਜੀਵਨ ਸਫਲ ਜਾਣਾ, ਬਸ ਤੈਨੂੰ ਜ਼ਿੰਦਗੀ ਜਿਉਣ ਦਾ ਆਨੰਦ ਆਏਗਾ, ਬਸ ਤੂੰ, ਤੈਨੂੰ ਮਾਣ ਹੋਏਗਾ ਆਪਣੀ ਜ਼ਿੰਦਗੀ 'ਤੇ। ਸੰਜਮ ਰਹੇ ਨਾ ਖਾਏ ਪਥ, ਖੱਟਾ ਮਿੱਠਾ ਸਾਓ ਚਖੰਦਾ, ਦੋਸ਼ ਨਾ ਦਾਰੂ ਵੈਦ ਨੂੰ। ਹੁਣ ਇੱਦਾਂ ਦਾ ਬੰਦਾ ਦੋਸ਼ ਨਾ ਦਾਰੂ ਵੈਦ ਨੂੰ, ਇਹੋ ਜਿਹਾ ਬੰਦਾ ਦੋਸ਼ ਦਾਰੂ ਅਤੇ ਵੈਦ ਨੂੰ ਦੇ ਸਕਦਾ ਜੀ? ਦੋਸ਼ ਨਾ ਦਾਰੂ ਵੈਦ ਨੂੰ, ਵਿਣ ਸੰਜਮ ਵਿਣ ਸੰਜਮ ਨਿਤ ਰੋਗ ਵਧੰਦਾ। ਦਵਾਈ ਖਾਈ ਜਾਂਦਾ ਪਰ ਬਿਨਾਂ ਸੰਜਮ ਤੋਂ ਰੋਗ ਵੱਧਦਾ ਜਾਂਦਾ। ਦਵਾਈ ਖਾਈ ਜਾਂਦਾ, ਜਪਜੀ ਸਾਹਿਬ ਦਾ ਪਾਠ ਵੀ ਕਰਦਾ, ਗੁਰਦੁਆਰੇ ਵੀ ਜਾਂਦਾ, ਮੱਥਾ ਵੀ ਟੇਕਦਾ, ਪਰ ਜਦੋਂ ਬਾਬਾ ਵੇਖਦਾ ਉਹਦੇ ਗਾੜੀ ਵੀ ਲੰਮੇ ਪੈ ਜਾਂਦਾ, ਮੜੀਆਂ ਦੇ ਦੀਵੇ ਵੀ ਜਗਾਈ ਜਾਂਦਾ, ਗੁਰਦੁਆਰੇ ਵੀ ਆਉਂਦਾ, ਪਾਠ ਵੀ ਕਰਦਾ, ਧਾਗੇ ਵੀ ਬੰਨ ਲੈਂਦਾ ਗੁੱਟਾਂ 'ਤੇ, ਜੋਸ਼ੀਆਂ ਨੂੰ ਹੱਥ ਵੀ ਵਿਖਾ ਲੈਂਦਾ, ਜੇ ਜੋਗੀ ਆਉਣ ਵੜੇ ਘਰ 'ਤੇ ਉਹਦੇ ਕੋਲੋਂ ਗਿੰਦਰ ਸਿੰਘ ਵੀ ਲੈ ਲੈਂਦਾ, ਜੇ ਕਿਤੇ ਜਗਰਾਤਾ ਹੋਵੇ ਤਾਂ ਉੱਥੇ ਜੈ ਮਈਆ ਵੀ ਕਰੂੰਗਾ, ਕੋਈ ਥਾਂ ਛੱਡਿਆ ਇਹਨੇ। ਜਿਵੇਂ ਮਿਕਸ, ਹੁਣ ਤੁਸੀਂ ਮੰਨ ਲਓ ਘਰ 'ਚ ਦਾਲ ਬਣਾਉਣੀ ਹੈ ਤਾਂ ਦਾਲ ਦਾ ਮਤਲਬ ਦਾਲ ਹੈ, ਗੋਭੀ ਮਤਲਬ ਗੋਭੀ ਹੈ, ਗਾਜਰਾਂ ਮਤਲਬ ਗਾਜਰਾਂ ਹੈ, ਜਿਹੜੀ ਮਿਕਸ ਸਬਜ਼ੀ ਹੁੰਦੀ ਹੈ ਉਹਦਾ ਕੋਈ ਹੱਦ ਹੁੰਦਾ ਜੀ? ਉਹਦੇ 'ਚ ਭਿੰਡੀਆਂ ਪਾ ਲਓ, ਬਤਾਊਂ ਪਾ ਲਓ, ਜਿਹੜੀ ਮਰਜ਼ੀ ਚੀਜ਼ ਪਾ ਲਓ, ਉਹਦੇ 'ਚ ਤੁਹਾਡੀ ਮਰਜ਼ੀ ਹੈ, ਤੁਸੀਂ 10 ਸਬਜ਼ੀਆਂ ਪਾ ਲਓ, ਮਿਕਸ ਸਬਜ਼ੀ ਆਲੂ ਪਾ ਲਓ, ਜੋ ਮਰਜ਼ੀ ਪਾਈ ਜਾਓ, ਮਿਕਸ ਦਾ ਕੋਈ ਹੱਦ ਬੰਨਾ ਥੋੜ੍ਹਾ ਹੈਗਾ ਵੀ ਕਿੰਨੀਆਂ ਪਾਉਣੀਆਂ ਤੁਸੀਂ? ਵੈਸੇ ਅੱਜ ਆਪਾਂ ਮਿਕਸ 'ਚ ਨਹੀਂ ਬਣ ਗਏ, ਕੋਈ ਥਾਂ ਰਹਿ ਗਿਆ ਜਿੱਥੇ ਆਪਾਂ ਨਾ ਗਏ ਹੋਈਏ? ਜਿੱਥੇ ਮਰਜ਼ੀ ਵੇਖ ਲਓ, ਉੱਥੇ ਜੇ ਕਿਤੇ ਉੱਥੇ ਗਊਸ਼ਾਲਾ ਦਾ ਕਿਤੇ ਲੰਗਰ ਲੱਗਾ ਉੱਥੇ ਵੀ ਖਲੋਤੇ ਹਾਂ ਆਪਾਂ, ਉੱਥੇ ਵਿਭਾਗ ਸੁਣਦੇ ਚੌਂਕੀਆਂ ਭਰਦੇ ਬਿਸ਼ਰਮਾ ਤਰ੍ਹਾਂ, ਉੱਥੇ ਵੀ ਸਿਰ ਮਾਰੀ ਜਾਂਦੇ ਹਾਂ, ਉੱਥੇ ਕੋਈ ਭੇਡਾ ਗਾਉਣ ਦਿਆ ਉੱਥੇ ਵੀ ਜਾ ਕੇ ਸਿਰ ਮਾਰੀ ਜਾਂਦੇ ਹਾਂ, ਉੱਥੇ ਸਾਧ ਆਇਆ ਚਿਮਟਿਆਂ ਵਾਲਾ ਉੱਥੇ ਵੀ ਚਾਰ ਬੈਠੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੇ ਕੋਲ ਵੀ ਬੈਠੇ ਹੋਏ ਨੇ, ਪੈਲਸਾਂ ਵਿੱਚ ਵੀ ਜਾ ਉੱਥੇ ਉਹ ਪਹੁੰਚਦਾ, ਕੋਈ ਥਾਂ ਛੱਡਿਆ ਆਪਾਂ?
ਸਾਰਿਆਂ ਥਾਵਾਂ 'ਤੇ ਜੋਸ਼ੀਆਂ ਕੋਲ ਵੀ ਉਹ ਤੁਰੇ ਜਾਂਦੇ। ਇੱਕ ਪਿੰਡ ਪੂਰਾ ਪੰਜਾਬੀਆਂ ਦਾ, ਸਰਦਾਰਾਂ ਦਾ, ਉੱਥੇ ਵੀ ਇੱਕ ਜੋਸ਼ੀ ਦੁਕਾਨ ਪਾ ਕੇ ਬੈਠਾ, 500-700 ਰੁਪਇਆ ਦੁਕਾਨ ਦਾ ਕਿਰਾਇਆ ਦਿੰਦਾ ਹੀ ਹੋਊਗਾ ਨਾ, ਉਹਦੀ ਚੱਲਦੀ ਕਿੱਦਾਂ ਭਲਾ। ਕਰਿਆਨੇ ਵਾਲਾ ਤਾਂ ਖੰਡ ਪੱਤੀ ਸਾਬਣ ਘਿਓ ਤੇਲ ਵੇਚਦਾ, ਉਹ ਕੀ ਵੇਚਦਾ ਭਲਾ, ਉਹਦੀ ਦੁਕਾਨ 'ਤੇ ਕੁਝ ਵੀ ਨਹੀਂ ਹੈ। ਇੱਕ ਪੰਜਾਬ ਦੇ ਪਿੰਡ ਵਿੱਚ ਜੋਸ਼ੀ ਦੁਕਾਨ ਪਾ ਕੇ ਬੈਠਾ, ਸਾਰਾ ਪਿੰਡ ਆਪ ਕਹਿੰਦੇ ਸਾਡੇ ਪਿੰਡ ਸਾਰਾ ਸਰਦਾਰਾਂ ਦਾ ਪਿੰਡ, ਉਹ 500-700 ਕਿਰਾਇਆ ਦਿੰਦਾ ਉਹ ਦੁਕਾਨ ਦਾ ਕਿ ਨਹੀਂ ਦਿੰਦਾ। ਜੇ 500-700 ਕਿਰਾਇਆ ਦਿੰਦਾ ਤਾਂ 2-4-5-7 ਹਜ਼ਾਰ ਰੁਪਇਆ ਕਮਾਉਂਦਾ ਵੀ ਹੋਊ। ਮੈਂ ਘੱਟ ਬੋਲਿਆ, ਉਹ ਤਾਂ ਜ਼ਿਆਦਾ ਕਮਾਉਂਦਾ, ਮੈਂ ਤਾਂ ਘੱਟ ਹੀ ਬੋਲਿਆ, 7-8 ਹਜ਼ਾਰ 'ਤੇ ਮੈਂ ਘੱਟ ਘੱਟ ਤਾਂ ਕਹਿ ਰਿਹਾ ਵੀ ਇਹਦਾ ਮਤਲਬ ਉਹਦੀ ਦੁਕਾਨ ਚੱਲਦੀ ਆ ਨਾ। ਜੇ 1000 ਰੁਪਇਆ ਵੀ ਦੁਕਾਨ ਦਾ ਕਿਰਾਇਆ ਤਾਂ ਟੱਬਰ ਉਹਦਾ ਰੋਟੀ ਖਾਂਦਾ, ਆਪ ਤਾਂ ਸ਼ਹਿਰ ਰਹਿੰਦਾ, ਸ਼ਹਿਰੋਂ ਆਉਂਦਾ ਪਿੰਡ 'ਚ, ਅਤੇ ਕਿਹੜੀ ਚੀਜ਼ ਕਰਕੇ ਦੁਕਾਨ ਪਾਈ ਜੀ ਉਹਨੇ? ਉਹਦੇ ਅੰਦਰ ਉਹਦੇ ਦੁਕਾਨ ਵਿੱਚ ਇੱਕ ਫਰਿੱਜ ਹੈਗੀ ਹੈ, ਇਹ ਏਸੀ ਵੀ ਲੱਗਾ, ਆਪਣੇ ਘਰਾਂ ਸਾਰਿਆਂ ਦੇ ਏਸੀ ਨਹੀਂ ਹੋਣਾ, ਉਹਦੇ ਦੁਕਾਨ 'ਚ ਏਸੀ ਵੀ ਲਵਾਇਆ, ਉਹਦੇ ਦੁਕਾਨ 'ਚ ਪੱਖਾ ਕੂਲਰ ਸਾਰਾ ਪ੍ਰਬੰਧ ਕੀਤਾ, ਉਹਦਾ ਸਾਰਾ ਬਿੱਲ ਕਿਹਦੇ ਸਿਰ ਤੋਂ ਤਰਦਾ ਜੀ ਭਲਾ, ਬੋਲ ਕੇ ਦੱਸਿਓ ਜੀ। ਹਾਂਜੀ, ਆਪਣੇ ਸਿਰ ਤੋਂ। ਆਪਾਂ ਕੀ ਲੈ ਕੇ ਆਉਂਦੇ ਉੱਥੋਂ ਜੀ ਭਲਾ, ਦੱਸਿਓ ਭਲਾ ਜੀ ਕੀ ਲੈ ਕੇ ਆਉਂਦੇ ਜੀ? ਮੈਂ ਇਕੱਲੇ ਨਹੀਂ ਬੋਲਣਾ, ਤੁਹਾਨੂੰ ਦੱਸਣਾ ਆਪਣਾ ਕੀ ਲੈ ਕੇ ਆਉਂਦੇ ਜੀ ਭਲਾ ਆਪਾਂ ਉੱਥੋਂ। ਬਾਬਾ ਜੀ ਦੱਸਿਓ ਭਲਾ ਜੀ, ਮੁੰਡਾ ਨਹੀਂ ਆ ਕੇ ਲੱਗਦਾ, ਤੁਹਾਨੂੰ ਪਤਾ ਵੀ ਜਿਹੜਾ ਸ਼ਹਿਰੋਂ ਆਇਆ ਤਾਂ ਲੱਗਦਾ, ਬਾਬਾ ਜੀ ਨੂੰਹ ਨਹੀਂ ਆ ਕੇ ਲੱਗਦੀ। ਜੋਸ਼ੀ ਨੂੰ ਪੁੱਛਦੇ ਆਪਾਂ ਜੀ ਸਾਡੇ ਕਹਿੰਦੇ ਕੁਝ ਕੀ, ਅਸੀਂ ਜਦੋਂ ਕਹਿੰਦੇ ਜੋਸ਼ੀ ਪਾਉਂਦੇ ਕੋਈ ਜਾਂਦੇ ਨਾ, ਜਾਂਦੇ ਕਹਿੰਦੇ ਸਾਡਾ ਕਾਰੋਬਾਰ ਨਹੀਂ ਚੱਲਦਾ ਜੀ, ਉਹ ਮਨ ਚਾਹੁੰਦਾ ਮੇਰਾ ਤਾਂ ਚੱਲਦਾ ਨਾ, ਜੇ ਤੁਹਾਡਾ ਚੱਲਣ ਲੱਗ ਪਿਆ ਤੁਸੀਂ ਮੇਰੇ ਕੋਲ ਕੀ ਲੈਣ ਆਓਗੇ? ਤੁਹਾਡਾ ਨਹੀਂ ਚੱਲੂਗਾ ਤਾਂ ਹੀ ਤਾਂ ਮੇਰਾ ਚੱਲੂ, ਜੇ ਸਾਰੇ ਪਿੰਡ ਦਾ ਕਾਰੋਬਾਰ ਚੱਲੇ ਤਾਂ ਮੈਂ ਦੁਕਾਨ ਦਾ ਕਿਰਾਇਆ ਸ਼ਹਿਰੋਂ ਬਣ ਕੇ ਦੇਣਾ, ਆਹ ਦੁਕਾਨ ਵੀ ਤੁਹਾਡੀ, ਤੁਹਾਡਾ ਹੀ ਪਿੰਡ ਹੈ, ਤੁਹਾਡੀ ਪਿੰਡ ਦੇ ਵਿੱਚੋਂ ਮੈਂ ਕਿਰਾਇਆ ਲੈ ਰਿਹਾ, ਕਿੱਥੋਂ? ਕਿਉਂਕਿ ਤੁਹਾਡੇ ਵਰਗੇ ਮੂਰਖ ਲੋਕ ਆਉਣਗੇ ਅਤੇ ਮੈਂ ਸਿਆਣਾ ਵਾਂ, ਜੇ ਤੁਸੀਂ ਸਿਆਣੇ ਬਣ ਗਏ ਤਾਂ ਫਿਰ ਮੈਂ ਸਿਆਣਾ ਥੋੜ੍ਹਾ, ਫਿਰ ਤਾਂ ਤੁਸੀਂ ਪਛਾਣ ਲੈਣਾ ਵੀ ਇਹ ਤਾਂ ਮੂਰਖ ਹੈ, ਇਹ ਤਾਂ ਪਤਾ ਕੁਝ ਨਹੀਂ। ਜੇ ਯਾਦ ਰੱਖਣਾ, ਜਿਸ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰ ਲਈ ਉਹਨੇ ਜੋਸ਼ੀ ਨੂੰ ਗੁੱਟੋਂ ਫੜ ਲੈਣਾ, ਪਤਾ ਕੀ ਕਹਿਣਾ ਵੀ ਤੇਰੇ ਬਾਰੇ ਸਾਡੇ ਬਾਬੇ ਨੇ ਪਤਾ ਕੀ ਆਖਿਆ ਵੀ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਅੰਕਾਰ, ਗਣ ਗਣ ਜੋਤ ਕਾਂਡੀ ਕੀ ਨਹੀਂ ਪੜ੍ਹਿਆ ਸੁਣਾ ਮੈਂ ਤੋਤ ਨਾ ਚਿਨੀ। ਉਹ ਦੂਜਿਆਂ ਦੀਆਂ ਪੱਤਰੀਆਂ ਵਾਚਣ ਵਾਲਿਆ, ਕਿਤੇ ਤੂੰ ਇੰਨਾ ਸਮਾਂ ਰੱਬ ਦੀ ਗੱਲ 'ਤੇ ਲਾਇਆ ਹੁੰਦਾ ਨਾ, ਤੂੰ ਵੀ ਭੁੱਖਾ ਨਹੀਂ ਸੀ ਮਰਨਾ, ਦੁਨੀਆਂ ਦਾ ਵੀ ਭਲਾ ਹੋ ਜਾਣਾ ਸੀ, ਤੂੰ ਵੀ ਭੁੱਖਾ ਨਹੀਂ ਸੀ ਮਰਨਾ, ਪਰ ਤੂੰ ਤਾਂ ਉਲਟਾ ਕੰਮ ਕੀਤਾ, ਲੋਕਾਂ ਨੂੰ ਗਲਤ ਰਸਤੇ ਪਾਇਆ। ਯਾਦ ਰੱਖਣਾ ਪਿਆਰੇ, ਦੁੱਧ ਵੀ ਵੇਚਿਆ ਜਾਂਦਾ ਅਤੇ ਨਸ਼ਾ ਵੀ ਵੇਚਿਆ ਜਾਂਦਾ, ਦੋਵਾਂ 'ਚ ਫਰਕ ਹੈ। ਦੁੱਧ ਵੇਚ ਕੇ ਵੀ ਪੈਸਾ ਕਮਾਇਆ ਜਾਂਦਾ, ਪਰ ਦੁੱਧ ਵੇਚਣ ਵਾਲਾ ਕਿਸੇ ਦਾ ਨੁਕਸਾਨ ਨਹੀਂ ਕਰਦਾ, ਜੇ ਪਿਓਰ ਦੁੱਧ ਵੇਚੇ ਤਾਂ ਉਹ ਬੱਚਿਆਂ ਦੇ ਮੂੰਹ 'ਚ ਵੀ ਪੈਂਦਾ, ਬਜ਼ੁਰਗਾਂ ਦੇ ਮੂੰਹ 'ਚ ਵੀ ਪੈਂਦਾ, ਹਰ ਬੰਦਾ ਆਪਣੇ ਘਰ ਦੁੱਧ ਨਹੀਂ ਪੈਦਾ ਕਰ ਸਕਦਾ, ਪਰ ਨਸ਼ਾ ਵੇਚਣ ਵਾਲਾ ਵੀ ਪੈਸਾ ਕਮਾਉਂਦਾ, ਪਰ ਉਹਦੇ ਨਸ਼ੇ ਨਾਲ ਕਿੰਨੀਆਂ ਮਾਵਾਂ ਦੇ ਪੁੱਤ ਮਰਦੇ ਨੇ, ਕਿੰਨੀਆਂ ਪਤਨੀਆਂ ਦੇ ਪਤੀ ਮਰਦੇ ਨੇ, ਕਿੰਨੇ ਬੱਚੇ ਅਨਾਥ ਹੁੰਦੇ ਨੇ, ਇਹ ਵੀ ਕਦੀ ਅੰਦਾਜ਼ਾ ਲਾ ਕੇ ਵੇਖਣਾ। ਜੇ ਸੱਚੀ ਸੁੱਚੀ ਬਾਣੀ ਦੀ ਵਿਚਾਰ ਕਰਕੇ ਜੋ ਪਿੰਡ ਵਿੱਚ ਤੁਹਾਡੇ ਕੋਲ ਗ੍ਰੰਥੀ ਆਪਣੀ ਰੋਟੀ ਖਾ ਰਿਹਾ ਹੈ ਨਾ, ਉਹਨੂੰ ਕੋਈ ਕਹੇ ਤੂੰ ਵੀ ਤਾਂ ਗੁਰੂ ਘਰੋਂ ਖਾਣਾ ਹੈ ਨਾ, ਜੇ ਉਹ ਗ੍ਰੰਥੀ ਪਿੰਡ ਦਿਆਂ ਲੋਕਾਂ ਨੂੰ ਵਹਿਮਾਂ 'ਚੋਂ ਢਾ ਕੇ ਸਹੀ ਰਸਤੇ ਪਾਉਂਦਾ ਪਿੰਡ ਦਾ ਗ੍ਰੰਥੀ, ਪਿੰਡ ਦਾ ਰਾਗੀ, ਅਤੇ ਜੇ ਉਹਦੇ ਉਹਨੂੰ 4 ਪੈਸੇ ਮਿਲਦੇ ਨੇ, ਉਹ ਇਸ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਆਪਣੇ ਘਰ ਦੁੱਧ ਵੇਚ ਕੇ ਆਪਣਾ ਟੱਬਰ ਪਾਲਦੇ ਹੋ, ਕਿਉਂਕਿ ਦੁੱਧ ਵੇਚ ਕੇ ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਪਰ ਨਸ਼ਾ ਵੇਚ ਕੇ ਨੁਕਸਾਨ ਕੀਤਾ ਜਾ ਰਿਹਾ, ਸਮੈਕਾਂ ਵੇਚ ਕੇ ਨੁਕਸਾਨ ਕੀਤਾ ਜਾ ਰਿਹਾ। ਅਤੇ ਯਾਦ ਰੱਖਣਾ, ਜੇ ਗਲਤ ਰਸਤੇ ਪਾ ਕੇ ਕੋਈ ਬੰਦਾ ਗੁਰੂ ਦੀ ਹਜ਼ੂਰੀ ਵਿੱਚ ਧਾਗੇ ਤਵੀਤ ਜੰਤਰ ਮੰਤਰ ਦੇ ਰਿਹਾ, ਇਹ ਸ਼ਾਇਦ ਨਸ਼ੇ ਨਾਲੋਂ ਵੀ ਜ਼ਿਆਦਾ ਖਤਰਨਾਕ ਕੰਮ ਹੈ। ਨਸ਼ੇ ਵਾਲੇ ਨੂੰ ਤਾਂ ਵਾਪਸ ਲਿਆਉਂਦਾ ਜਾ ਸਕਦਾ, ਪਰ ਜਿਹੜਾ ਵਹਿਮਾਂ ਦਾ ਸ਼ਿਕਾਰੀ ਹੋ ਗਿਆ ਉਹਨੂੰ ਵਾਪਸ ਲਿਆਉਣਾ ਬੜਾ ਔਖਾ। ਫਿਰ ਅਸੀਂ ਹਰ ਸਟੇਜ 'ਤੇ ਬੇਨਤੀ ਕਰਦੇ ਹਾਂ ਪਿੰਡਾਂ ਵਿੱਚ ਚੰਗੇ ਗ੍ਰੰਥੀ ਹੋਣ, ਚੰਗੇ ਪ੍ਰਚਾਰਕ ਹੋਣ, ਜਿਹੜੀ ਨਿਰੋਲ ਸਿੱਖ ਸੰਗਤ ਨੂੰ ਗੁਰਬਾਣੀ ਦੀ ਵਿਚਾਰ ਦੇਣ, ਉਹਨਾਂ ਦੀਆਂ ਚੰਗੀਆਂ ਤਨਖਾਹਾਂ ਹੋਣ,
ਉਹਨਾਂ ਦੇ ਬੱਚੇ ਚੰਗਿਆਂ ਸਕੂਲਾਂ 'ਚ ਪੜ੍ਹਨ, ਉਹ ਰੋਲ ਨਾ, ਉਹ ਇਹ ਨਾ ਹੋਵੇ ਕਿ ਉਹਦੀ ਤਨਖਾਹ ਇੰਨੀ ਹੋਵੇ ਉਹਨੂੰ ਦਰ ਦਰ 'ਤੇ ਭੀਖ ਮੰਗਣੀ ਪਵੇ, ਦੂਜਿਆਂ ਦੇ ਦਰਾਂ 'ਤੇ ਜਾ ਕੇ ਲੈਣ 'ਤੇ ਲੱਗਣਾ ਪਵੇ ਨਾ। ਐਂ ਜੇ ਅਸੀਂ ਉਹਦੀ ਤਨਖਾਹ ਪੂਰੀ ਦੇਵਾਂਗੇ ਫਿਰ ਅਸੀਂ ਉਹ ਤੋਂ ਉਮੀਦ ਵੀ ਰੱਖਾਂਗੇ ਵੀ ਸਾਡਾ ਸਾਡੇ ਬੱਚੇ ਨੂੰ ਸ਼ਾਮ ਨੂੰ ਪੜ੍ਹਾਇਆ ਵੀ ਕਰ, ਸਾਡੇ ਬੱਚੇ ਦੀ, ਕਿਉਂਕਿ ਉਹਨੂੰ ਉਹਦਾ ਘਰ ਤੁਸੀਂ ਪੂਰਾ ਕਰ ਦੇਣਾ, ਉਹਨੇ ਅੰਦਰ ਲਾਲਚ ਆਉਣਾ ਨਹੀਂ ਕਿ ਮੈਂ ਫਲਾਣੇ ਘਰ ਪਾਠ ਕਰਾਵਾਂ ਨਾ, ਨਹੀਂ ਤਾਂ ਜੇ ਉਹਦੀ ਤਨਖਾਹ ਨਾ ਪੂਰੀ ਹੋਈ ਉਹਨੇ ਆਪ ਚੇਤੇ ਕਰਾਉਂਦੇ ਫਿਰਨਾ, ਉਹ ਬਾਪੂ ਨੂੰ ਮਰੇ ਨੂੰ ਪੌਣਾ ਸਾਲ ਨਹੀਂ ਹੋਇਆ ਜੇ ਪਾਠ ਹੀ ਕਰਾ ਲਓ, ਉਹਨੇ ਰਾਹ ਲਾਉਂਦੇ ਫਿਰਨਾ ਤੁਹਾਡੇ ਘਰ ਆਉਣ ਦਾ। ਇਹ ਰਾਹ ਤੁਸਾਂ ਖੋਲ੍ਹਿਆ, ਕਿਉਂਕਿ ਗੁਰਦੁਆਰਾ ਬਣਾ ਤਾ, ਪੰਜਾਬ ਦਾ ਹਰ ਪਿੰਡ ਹੈ ਗੁਰਦੁਆਰਾ, 50-70 ਲੱਖ ਕਰੋੜ ਦਾ ਬਣ ਗਿਆ ਅਤੇ ਗ੍ਰੰਥੀ ਰੱਖਣ ਲੱਗਿਆ ਕੀ ਕਰਦੇ ਭਲਾ ਜੀ ਆਪਾਂ, ਤਨਖਾਹ ਘੱਟ ਅਤੇ ਜਦੋਂ ਉਹਨੂੰ ਤਨਖਾਹ ਵੀ ਕਾਹਦੀ ਘੱਟ, ਉਹਨੂੰ ਕਹਿਣਾ ਜੀ ਗਰਾਹੀ ਤੂੰ ਗਰਾਹੀ ਕਰ ਲਿਆ ਕਰ 6 ਮਹੀਨਿਆਂ ਬਾਅਦ, ਅਤੇ ਕਣਕ ਵੀ ਕਈ ਤਾਂ ਦਿੰਦੇ ਨੇ ਚੰਗੀ, ਕਈ ਘੁੰਡੀਆਂ ਜਿਹਾ ਨਹੀਂ ਮਸ਼ੀਨ ਦੇ ਥੱਲੇ ਪਈ ਹੁੰਦੀ, ਉਹ ਪੀਪਾ ਰੱਖਿਆ ਤਾਂ ਲੈ ਭਾਈ ਉੱਥੋਂ ਲੈ ਜਾ। ਪਿੰਡਾਂ ਵਿੱਚ ਅਜੇ ਵੀ, ਪਿੰਡਾਂ ਵਿੱਚ ਪੰਜਾਬ ਦੇ ਪਿੰਡਾਂ 'ਚ ਅਜੇ ਵੀ ਹੈ ਇੱਦਾਂ ਦੇ ਗ੍ਰੰਥੀ ਪਿੰਡਾਂ 'ਚ ਰੱਖੇ ਨੇ ਜਿਹੜੇ ਵਿਚਾਰੇ ਗਜਾ ਕਰਕੇ ਰੋਟੀ ਖਾਂਦੇ ਨੇ, ਸਕੂਲ ਦਾ ਹੋਵੇ ਪ੍ਰਿੰਸੀਪਲ, ਸਕੂਲ ਦਾ ਹੋਵੇ ਟੀਚਰ, ਅਤੇ ਨਾਲੇ ਤੁਹਾਡੇ ਬੱਚੇ ਨੂੰ ਪੜ੍ਹਾਵੇ ਅਤੇ ਨਾਲੇ ਪਿੰਡ 'ਚੋਂ ਮੰਗ ਕੇ ਰੋਟੀ ਖਾਵੇ। 2 ਮਿੰਟ ਸੋਚਣਾ ਜ਼ਰੂਰ ਇੱਕ ਵਾਰ, ਮੈਂ ਇਹ ਨਹੀਂ ਕਹਿੰਦਾ ਵੀ ਗ੍ਰੰਥੀਆਂ ਦਾ ਜੀਵਨ ਵੀ ਉੱਚਾ ਹੋਵੇ ਤਾਂ ਕਿ ਉਹਨਾਂ ਨੂੰ ਮੰਗ ਕੇ ਵਿੱਚੇ ਭਿੰਡੀਆਂ, ਵਿੱਚੇ ਕੜੀ, ਵਿੱਚੇ ਚੌਲਾਂ ਦੀ ਸਬਜ਼ੀ, ਕਿੰਨੇ ਕਿੰਨੇ ਸਮਾਨ ਸਤਨਾਜਾ ਜਿਹਾ ਬਣਿਆ ਹੁੰਦਾ ਜਦੋਂ ਘਰ ਲਿਆ ਕੇ ਖਾਂਦਾ, ਤਾਂ ਨਿਆਣੇ ਪੁੱਛਦੇ ਨੇ ਗ੍ਰੰਥੀ ਨੂੰ, ਪਾਪਾ ਜੀ ਕਿੰਨੀ ਕੁ ਦੇਰ ਖਾਵਾਂਗੇ, ਆਉਂਦਾ ਜਿੰਨੀ ਦੇਰ ਤੱਕ ਮਰਦਾ ਨਹੀਂ, ਜਿੰਨੀ ਦੇਰ ਤੱਕ ਮੈਂ ਗਲੋਂ ਲੈਂਦਾ ਨਹੀਂ ਨਾ ਉਨੀ ਦੇਰ ਤੱਕ ਪੋਤੇ ਖਾਣਾ ਪੈਣਾ, ਜਾਂ ਤਾਂ ਮੈਨੂੰ ਨੀਲਾ ਥੋਥਾ ਦੇ ਦਿਓ, ਤੁਸੀਂ ਆਪਣਾ ਆਪਣਾ ਕੰਮ ਲੱਭ ਲਿਓ, ਜਾਂ ਪ੍ਰਬੰਧਕਾਂ ਨੂੰ ਕਹੋ ਮੇਰੀ ਰੋਟੀ 'ਚ ਕੋਈ ਪਾ ਦੇਣਾ। ਇਹੋ ਹਾਲ ਹੈ, ਚੰਗੇ ਚੰਗੇ ਧਾਰਮਿਕ ਅਸਥਾਨ ਜਿੱਥੇ ਬਣਾਉਣੇ ਆ, ਗ੍ਰੰਥੀਆਂ ਦੀ ਵੀ ਰਜਵੀਂ ਤਨਖਾਹ ਹੋਵੇ, ਫਿਰ ਉਹਨਾਂ ਕੋਲ ਰਿਜ਼ਲਟ ਲਾਓ ਵੀ ਸਾਡੇ ਪਿੰਡ ਵਿੱਚ 15 ਨੌਜਵਾਨ ਨਸ਼ੇੜੀ ਹੋਏ, ਤੂੰ ਕੀ ਕਰ ਰਿਹਾ ਸੀ ਵੀ ਤੇਰੀ ਤਨਖਾਹ 15-20 ਹਜ਼ਾਰ ਰੁਪਈਆ, ਫਿਰ ਉਹ ਜਵਾਬ ਦੇਊਗਾ ਮੈਂ ਸ਼ਾਮਾਂ ਨੂੰ ਘੇਰ ਕੇ ਇਕੱਲੇ ਇਕੱਲੇ ਘਰ ਜਾਵੇ, ਹਾਂ ਭਾਈ ਸਾਹਿਬ ਜੀ ਤੁਹਾਡੇ ਪੁੱਤਰ ਬਾਰੇ ਮੈਂ ਕੋਈ ਗੱਲ ਕਰਨਾ ਚਾਹੁੰਦਾ, ਉਹਦਾ ਪ੍ਰਭਾਵ ਇੰਨਾ ਹੋਵੇ ਜਦੋਂ ਗੁਰਦੁਆਰੇ ਨੂੰ ਨਿਕਲੇ ਅਤੇ ਹਰ ਉਹਨੂੰ ਗੱਜ ਕੇ ਫਤਿਹ ਬੁਲਾਵੇ, ਅਸੀਂ ਤਾਂ ਨੌਕਰ ਬਣਾ ਕੇ ਰੱਖ ਦਿੱਤੇ ਧਾਰਮਿਕ ਸਥਾਨ ਦੇ ਗ੍ਰੰਥੀ ਵੀ ਮੈਂ ਆਵਾਂ ਤੂੰ ਚਾਹ ਬਣਾ, ਮੈਂ ਆਵਾਂ ਤੂੰ ਮੇਰੇ ਅੱਗੇ ਪਿੱਛੇ ਘੁੰਮ, ਮਾਫ਼ ਕਰਨਾ ਬਾਹਰਲੀਆਂ ਕੰਟਰੀਆਂ 'ਚ ਕੀ ਬਿਮਾਰੀ ਹੈ, ਬਾਹਰਲੀਆਂ ਕੰਟਰੀਆਂ 'ਤੇ ਜ਼ਿਆਦਾ ਹੀ ਹੈ, ਗ੍ਰੀਨ ਕਾਰਡ ਲੈਣ ਲਈ ਪ੍ਰਧਾਨ ਭਾਵੇਂ ਨਸ਼ੇੜੀ ਹੋਵੇ ਟ੍ਰੇ ਲੈ ਕੇ ਬੰਨੇ ਬੰਨੇ ਤੁਰ ਬਣ, ਲਓ ਜੀ ਚਾਹ ਪੀਓ ਜੀ, ਲਓ ਜੀ ਪਾਣੀ ਪੀਓ ਜੀ, ਇਹ ਬਾਹਰ ਜ਼ਿਆਦਾ ਬਿਮਾਰੀ ਹੈ, ਸਗੋਂ ਉੱਥੇ ਗ੍ਰੀਨ ਕਾਰਡ ਲੈਣ ਲਈ ਸਗੋਂ ਜ਼ਿਆਦਾ ਚਾਹ ਬਲੂਸੀ ਕਰਦੇ ਨੇ, ਉਹਦੇ ਤਾਂ ਹੱਥੋਂ ਵੱਡਿਆਂ ਦੇ ਨਾਮੀ ਰਾਗੀ ਪ੍ਰਚਾਰਕ ਟ੍ਰੇਆਂ ਲੈ ਕੇ ਸ਼ਰਾਬੀ ਕਬਾਬੀ ਪ੍ਰਬੰਧਕਾਂ ਦੇ ਅੱਗੇ ਪਿੱਛੇ ਘੁੰਮਦੇ ਫਿਰਦੇ ਨੇ, ਅਸੀਂ ਇੰਨੇ ਨਿਵਾਣ ਨੂੰ ਚਲੇ ਗਏ। ਮੈਂ ਫਿਰ ਬੇਨਤੀ ਕਰਨਾ ਚਾਹੁੰਦਾ, ਗ੍ਰੰਥੀਆਂ ਦਾ ਜੀਵਨ ਵੀ ਉੱਚਾ ਸੁੱਚਾ ਹੋਵੇ, ਕਮੇਟੀ ਅੱਗੇ ਪਿੱਛੇ ਘੁੰਮੇ, ਗ੍ਰੰਥੀ ਸਿੰਘ ਤੁਰੇ ਤੇ ਕਮੇਟੀ ਕਹੇ ਹਾਂ ਭਾਈ ਸਾਹਿਬ ਦੱਸੋ ਕੀ ਆਪਾਂ ਕਿੱਦਾਂ ਪ੍ਰਚਾਰ ਕਰਨਾ, ਆਉਣ ਵਾਲਾ ਪ੍ਰੋਗਰਾਮ ਬਣਾ ਕੇ ਗ੍ਰੰਥੀ ਦੱਸੇ ਉਹਨਾਂ ਨੂੰ, ਪਰ ਇਹ ਉਦੋਂ ਹੋਏਗਾ ਜਦੋਂ ਤਨਖਾਹ ਉਹਦੀ ਇੱਦਾਂ ਦੀ ਹੋਵੇ ਕਿ ਉਹਨੂੰ ਕਿਸੇ ਦੀ ਜੇਬ ਵੱਲ ਬੋਲ ਕੇ ਦੱਸੋ ਜੀ ਜੇਬ ਵੱਲ ਵੇਖਣਾ ਨਾ ਪਵੇ। ਅੱਜ ਦੇ ਗਲਤ ਰਸਤੇ ਪਏ ਨੇ, ਵਹਿਮਾਂ ਭਰਮਾਂ ਪਖੰਡਾਂ ਵਿੱਚ ਪਾਏ, ਸੋਚੋ ਨੌਜਵਾਨ ਵੀਰੋ ਭਰਾਓ ਤੁਹਾਨੂੰ ਆਉਣ ਵਾਲੇ ਸਮੇਂ ਜਾਗਣਾ ਪੈਣਾ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਪਿੰਡ ਦੇ ਗ੍ਰੰਥੀ ਦੀ ਇੰਨੀ ਤਨਖਾਹ ਹੋਣੀ ਚਾਹੀਦੀ ਹੈ ਜਿੰਨੀ ਇੱਕ ਇੰਜੀਨੀਅਰ ਦੀ ਤਨਖਾਹ ਹੈ, ਇਹ ਤੁਸੀਂ ਵੇਖੋ ਕਿੰਨੀ ਹੋ ਸਕਦੀ ਹੈ, ਅਤੇ ਉਹਦੀ ਤਨਖਾਹ ਦੇ ਉਹਦੇ ਬੱਚੇ ਚੰਗੇ ਸਕੂਲਾਂ ਕਾਲਜਾਂ 'ਚ ਪੜ੍ਹਨ, ਫਿਰ ਉਹ ਸ਼ਾਮਾਂ ਨੂੰ ਜਾਵੇ ਇਕੱਲੇ ਇਕੱਲੇ, ਰੋਜ਼ ਦੇ 5 ਘਰ ਰੋਜ਼ ਫਿਕਸ ਕਰੇ, 5 ਘਰਾਂ 'ਚ ਬਹਿ ਕੇ ਮੈਂ ਗੱਲਾਂ ਬਾਤਾਂ ਕਰਕੇ ਆਉਣੀਆਂ, ਬੱਚਿਆਂ ਦੇ ਹਾਲ ਚਾਲ ਪੁੱਛਣੇ, ਪੁੱਤ ਕੀ ਹਾਲ ਹੈ ਤੇਰਾ, ਮਾਂ ਦੱਸੇ ਬਾਬਾ ਜੀ ਪਾਠ ਨਹੀਂ ਕਰਦਾ, ਆ ਪੁੱਤ ਇੱਧਰ ਆ ਆਪਾਂ ਰਲ ਕੇ ਪਾਠ ਕਰਦੇ ਹਾਂ, ਕੱਲ੍ਹ ਮੈਂ ਦੂਜੇ ਘਰ ਜਾਣਾ, ਪਰਸੋਂ ਮੈਂ ਤੀਜੇ ਘਰ ਜਾਣਾ, ਚੌਥ ਮੈਂ 5ਵੇਂ ਘਰ ਜਾਣਾ, ਫਿਰ ਸ਼ਾਇਦ ਸੰਸਥਾਵਾਂ ਨੂੰ ਪਿੰਡਾਂ 'ਚ ਕੈਂਪ ਲਾਉਣ ਦੀ ਲੋੜ ਨਾ ਪੈਂਦੀ ਜੇ ਕੰਮ ਸਾਡੇ ਪਿੰਡਾਂ ਦੇ ਗੁਰਦੁਆਰੇ ਪੂਰੇ ਕਰ ਦਿੰਦੇ ਤਾਂ, ਜੇ ਅੱਜ ਡੇਰਿਆਂ ਵਾਲੇ ਬੰਦੇ ਤੁਰੇ ਹਾਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕਸੂਰ
ਬੋਲੋ ਜੀ ਸਾਡਾ ਹੈ ਅਸੀਂ ਤੇ ਯਾਦ ਰੱਖਣਾ ਕਿ ਨੁਕਸ ਸਾਡੇ 'ਚ ਵੀ ਹੈ। ਮੰਨ ਲਓ ਜੇ ਮੈਂ ਗੁਰਦੁਆਰੇ ਦੀ ਕਮੇਟੀ ਦਾ ਮੈਂਬਰ ਹਾਂ, ਮੇਰੇ 'ਚ ਕੋਈ ਨੁਕਸ ਹੈ, ਮੈਂ ਉਹੋ ਜਿਹਾ ਗ੍ਰੰਥੀ ਰੱਖਾਂਗਾ ਜਿਹੜਾ ਮੈਨੂੰ ਵੀ ਆਣ ਕੇ ਕਹੇ ਤੂੰ ਗਲਤ ਹੈ। ਮੈਂ ਕਹਿੰਦਾ ਮੇਰੇ ਤੋਂ ਥੱਲੇ ਰਹੇ ਥੋੜ੍ਹਾ ਜਿਹਾ, ਜਿਹੜਾ ਮੈਨੂੰ ਕਦੀ ਨਾ ਕਹੇ ਤੂੰ ਗਲਤ ਹੈ। ਪਿਆਰਿਓ ਜੇ ਚਾਹੁੰਦੇ ਆਪਾਂ ਆਪਣੇ ਆਪ ਨੂੰ ਇਸ ਬੰਨੇ ਤੋਰਨਾ ਤੇ ਸਾਨੂੰ ਚੰਗੀ ਵਿਚਾਰ ਦੇ ਮਾਲਕ ਬਣਨਾ ਪੈਣਾ ਹੈ। ਜਿਹੜੀ ਗੱਲ ਭਾਈ ਗੁਰਦਾਸ ਨੇ ਕਹੀ ਹੈ, ਕਹਿਣਗੇ ਦੋਸ਼ ਨਾ ਦਾਰੂ ਵੈਦ ਨੂੰ, ਵਿਣ ਸੰਜਮ ਨਿਤ ਰੋਗ ਵਧੰਦਾ। ਵੈਦ ਬੜਾ ਪੂਰਾ ਹੈ, ਆਵੇ ਵੈਦ ਸੋ ਵੈਦ ਘਰ, ਵੈਦ ਗੁਰੂ ਪੂਰਾ ਹੈ, ਪਰ ਅਸੀਂ ਪਰਹੇਜ ਨਹੀਂ ਕੀਤਾ, ਅਸੀਂ ਸੰਜਮ ਨਾਲ ਦਵਾਈ ਨਹੀਂ ਖਾਧੀ। ਦੋਸ਼ ਨਾ ਦਾਰੂ ਵੈਦ ਨੂੰ, ਵਿਣ ਸੰਜਮ ਨਿਤ ਰੋਗ ਵਧੰਦਾ। ਕਪਟ ਸਨੇਹੀ ਹੋਏ ਕਹਿ, ਸਾਧ ਸੰਗਤ ਵਿੱਚ ਆਏ ਬਹੰਦਾ। ਸੰਗਤ ਵਿੱਚ ਤਾਂ ਆ ਕੇ ਬਹਿ ਗਿਆ ਪਰ ਅੰਦਰੋਂ ਕਪਟੀ ਸੀ, ਅੰਦਰੋਂ ਕਿਸੇ ਡੇਰੇ ਦਾ ਪੁਜਾਰੀ ਸੀ। ਸਾਧ ਸੰਗਤ ਵਿੱਚ ਤਾਂ ਆਣ ਕੇ ਬਹਿ ਗਿਆ, ਅੰਦਰੋਂ ਕਿਸੇ ਮੜੀ ਤੇ ਦੀਵਾ ਜਗਾਉਣ ਵਾਲਾ ਸੀ। ਭਾਈ ਗੁਰਦਾਸ ਜੀ ਕਹਿੰਦੇ ਕਪਟ ਸਨੇਹੀ ਹੋਏ ਕਹਿ, ਕਪਟ ਸਨੇਹੀ ਹੋਏ ਕਹਿ, ਸਾਧ ਸੰਗਤ ਵਿੱਚ ਆਏ ਬਹੰਦਾ। ਦੁਰਮਤ ਦੂਜੇ ਭਾਉ ਪਚੰਦਾ। ਦੁਰਮਤ ਗੁਰੂ ਗੁਰੂ ਦੀ ਮਤ ਛੱਡ ਕੇ ਦੂਜੇ ਭਾਉ 'ਚ ਲੱਗਾ ਹੋਇਆ, ਦੂਜੇ ਭਾਉ 'ਚ। ਕਪਟ ਸਨੇਹੀ ਹੋਏ ਕਹਿ, ਸਾਧ ਸੰਗਤ ਵਿੱਚ ਆਏ ਬਹੰਦ। ਜਦੋਂ ਨਗਰ ਕੀਰਤਨ ਨਿਕਲਦਾ ਜੀ, ਜਦੋਂ ਵੱਡੇ ਵੱਡੇ ਨਗਰ ਕੀਰਤਨ ਨਿਕਲਦੇ ਆ, ਕਿੰਨੀ ਸੰਗਤ ਹੁੰਦੀ ਹੈ ਜੀ ਭਲਾ? ਉਦੋਂ ਸਾਰੀ ਹੁੰਦੀ ਸੰਗਤ। ਆਪਾਂ ਸੰਗਤ ਵੇਖ ਕੇ ਗਦਗਦ ਹੋ ਜਾਂਦੇ ਵੀ ਕਿੰਨੀ ਸੰਗਤ ਹੈ। ਵੀ ਕਈ ਵਾਰ ਇਹ ਵੀ ਸੋਚੇ ਪ੍ਰਚਾਰ ਕਿਵੇਂ ਰੌਲਾ ਪਾਈ ਜਾਂਦੇ, ਕਿੰਨੀ ਸੰਗਤ ਚੜ੍ਹਦੀ ਕਲਾ, ਕਿੰਨਿਆਂ ਨੇ ਪੀਲੀਆਂ ਨੀਲੀਆਂ ਕਾਲੀਆਂ ਚਿੱਟੀਆਂ ਦਸਤਾਰਾਂ ਸਜੀਆਂ, ਸਭ ਸੂਰਤ ਕਿੰਨੇ, ਸਭ ਕੁਝ ਠੀਕ ਠਾਕ ਵਧੀਆ। ਪਰ ਸ਼ਾਮਾਂ ਨੂੰ ਗਿਣਤੀ ਕਰਕੇ ਵੇਖਿਓ ਇਹਨਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਿਰ ਕਿੰਨੇ ਆ ਸ਼ਾਮਾਂ ਤੱਕ, ਇਹਦੇ ਵਿੱਚੋਂ ਕਿੰਨੇ ਨੇ ਚੌਂਕੀਆਂ ਭਰਨ ਵਾਲੇ, ਕਿੰਨੇ ਨੇ ਜਗਰਾਤਿਆਂ 'ਤੇ ਜਾਣ ਵਾਲੇ, ਕਿੰਨੇ ਨੇ ਮੜੀਆਂ 'ਤੇ ਦੀਵਾ ਜਗਾਉਣ ਵਾਲੇ। ਕਪਟ ਸਨੇਹੀ ਹੋਏ ਕਿ ਸਾਧ ਸੰਗਤ ਵਿੱਚ ਆਏ ਬੰਦਾ। ਸੰਗਤ ਵਿੱਚ ਬਹਿ ਗਿਆ ਪਰ ਅੰਦਰੋਂ ਕਪਟੀ ਸੀ, ਅੰਦਰੋਂ ਫਰੇਬੀ ਸੀ। ਇਸੇ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਦੁਰਮਤ ਦੂਜੇ ਭਾਉ ਪਚੰਦਾ। ਦੁਰਮਤ ਗੁਰੂ ਦੀ ਮਤ ਛੱਡ ਕੇ ਦੂਜੇ ਪ੍ਰੇਮ 'ਚ ਲੱਗਾ ਹੋਇਆ ਸੀ। ਅਤੇ ਐਸਿਆਂ ਨੂੰ ਪਤਾ ਕੀ ਆਖਿਆ ਬਾਬੇ ਕਬੀਰ, ਕਿਆ ਜਪ ਕਿਆ ਤਪ ਕਿਆ ਪ੍ਰਤ ਪੂਜਾ, ਜਾ ਕਰ ਦੇ ਭਾਉ ਹੈ ਦੂਜਾ ਰੇ ਜਾਣਾ। ਮਨ ਮਾਦੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਪ੍ਰਵਾਹ ਨਹੀਂ, ਚਤੁਰਾਈ ਚਲਾਕੀਆਂ ਨਾਲ ਨਹੀਂ ਮਾਲਕ ਮਿਲਦਾ, ਇੱਥੇ ਸਿਆਣਪਾਂ ਨਾਲ ਨਹੀਂ। ਮਨ ਦੀਆਂ ਚਤੁਰਾਈਆਂ ਚਲਾਕੀਆਂ ਛੱਡ, ਇੱਥੇ ਟੈਪਾ ਗੁਰੂ ਦੇ ਚਰਨਾਂ 'ਚ। ਮਹਾਰਾਜ ਮੈਂ ਤੁਹਾਡੇ ਕੋਲ ਦਵਾਈ ਲੈਣ ਆਇਆ ਹਾਂ, ਅਤੇ ਰੋਗੀਆਂ ਕੋਲ ਬਿਲਕੁਲ ਨਾ ਜਾਇਓ ਨਾ। ਰਾਖਾ ਏਕ ਹਮਾਰਾ ਸਵਾਮੀ, ਇਹ ਵਿਸ਼ਵਾਸ ਪਾਲੋ। ਇਹ ਤੁਕਾਂ ਆਪਣੇ ਘਰਾਂ 'ਚ ਬੜੀ ਖੁਸ਼ੀ ਹੋਈ ਵੇਖ ਕੇ, ਤੁਸੀਂ ਕਿੰਨੀਆਂ ਸੋਹਣੀਆਂ ਬਾਣੀ ਦੀਆਂ ਤੁਕਾਂ ਲਿਖ ਕੇ ਲਾਈਆਂ। ਇੱਦਾਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਲਾਓ, ਜਿਹੜੀਆਂ ਦੇਹਧਾਰੀ ਬਾਬਿਆਂ ਦੀਆਂ ਫੋਟੋਆਂ ਆਪਣੇ ਘਰਾਂ 'ਚ ਲਾਈਆਂ, ਜਾਂ ਮਨੋਕਲਪਤ ਗੁਰੂਆਂ ਦੀਆਂ ਤਸਵੀਰਾਂ ਲਾਈਆਂ, ਉਹਨਾਂ ਨੂੰ ਲਾਓ, ਸ਼ਬਦ ਗੁਰੂ ਦੇ ਨਾਲ ਜੁੜੋ, ਆਪਣੇ ਘਰਾਂ 'ਚ ਲਾਓ। ਰਾਖਾ ਏਕ ਹਮਾਰਾ ਸਵਾਮੀ, ਸਵੇਰੇ ਸ਼ਾਮ ਉੱਠਦਿਆਂ ਬਹਿੰਦਿਆਂ ਰੋਜ਼ ਪੜ੍ਹੀਏ। ਸਾਡੀ ਰੱਖਿਆ ਕਰਨ ਵਾਲਾ ਇੱਕੋ ਹੀ ਹੈ, ਦੂਜਾ ਕੋਈ ਨਹੀਂ ਹੈਗਾ। ਰਾਖਾ ਏਕ ਹਮਾਰਾ ਸਵਾਮੀ, ਪੜ੍ਹੋ ਜੀ ਨਾਲ ਨਾਲ, ਸਗਲ ਕਟਾਂ ਕਾ ਅੰਤਰਜਾਮੀ। ਰਾਖਾ ਏਕ ਹਮਾਰਾ ਸਵਾਮੀ, ਸਗਲ ਕਟਾਂ ਕਾ ਅੰਤਰਜਾਮੀ। ਬਸ ਬਣ ਚ ਕਿੱਡੀ ਪਿਆਰੀ ਗੱਲ ਕਹਿ ਦਿੱਤੀ। ਦੱਦਾ ਦਾਤਾ ਏਕ ਹੈ, ਕਿਤੇ ਆਖਿਆ ਦਾਤੇ ਦੋ ਇੱਕੋ ਹੀ ਹੈ। ਸਭ ਸੁਖ ਦਾਤਾ ਰਾਮ ਹੈ,
ਦੂਜਾ ਹੈ ਕੋਈ ਨਹੀਂ, ਦੂਜਾ ਹੈਗਾ ਜੀ ਕੋਈ? ਗੁਰੂ ਨਵੇਂ ਪਾਤਸ਼ਾਹ ਕੀ ਕਹਿੰਦੇ ਨੇ, ਸਭ ਸੁਖ ਦਾਤਾ ਦੂਸਰ ਨਾ ਹੈ ਨਾ, ਦੂਜਾ ਕੋਈ ਨਹੀਂ। ਅਤੇ ਆਪਾਂ ਮਹਾਰਾਜ ਤੋਂ ਜ਼ਿਆਦਾ ਸਿਆਣੇ ਹੋ ਗਏ ਕਿ ਨਹੀਂ ਮਹਾਰਾਜ ਉਹ ਵੀ ਹੈਗਾ, ਸਾਡੇ ਘਰ ਦਾ ਸੁੱਖ ਬਾਬੇ ਦੀ ਕਿਰਪਾ ਨਾਲ ਆਇਆ, ਕਹਿਤਾ ਨਾ ਆਪਾਂ, ਅਸੀਂ ਮਹਾਰਾਜ ਨਾਲ ਸਿਆਣੇ ਹੋ ਗਏ ਨਾ। ਉੱਦਾਂ ਅਸੀਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਸਰਬ ਕਲਾ ਸਮਰੱਥ, ਤੁਸੀਂ ਦੋ ਜਾਨਾਂ ਦੇ ਵਾਲੀ, ਪਰ ਅਸੀਂ ਇਹ ਸਿੱਧ ਕਰ ਦਿੱਤਾ ਬਾਬਰ ਬਾਬਿਆਂ ਦੇ ਗਦੇਲੇ ਆਸਣ ਗੱਦੀਆਂ ਮਹਾਰਾਜ ਦੇ ਬਰਾਬਰ ਲਾ ਕੇ ਮੱਥੇ ਟੇਕਣੇ ਸ਼ੁਰੂ ਕਰਤੇ। ਕਈਆਂ ਥਾਵਾਂ 'ਤੇ ਬਾਬਾ ਬੈਠਾ ਵੀ ਨਹੀਂ ਹੁੰਦਾ, ਬਾਬੇ ਦੇ ਗਦੇਲੇ ਨੂੰ ਉੱਦਾਂ ਹੀ ਮੱਥੇ ਟੇਕੀ ਜਾਂਦੇ ਨੇ, ਬਾਬੇ ਦੀ ਕੁਰਸੀ ਨੂੰ। ਅਸੀਂ ਇੰਨੇ ਨਿਵਾਣ ਨੂੰ ਜਾ ਚੁੱਕੇ ਹਾਂ, ਅਸ ਗੁਰਬਾਣੀ ਮਨੁੱਖ ਵਾਸਤੇ ਸੀ, ਅਸੀਂ ਕੁੱਤਿਆਂ ਬਿੱਲਿਆਂ ਦੇ ਸੰਬੰਧ ਵਿੱਚ ਬਾਣੀ ਦਾ ਪਾਠ ਕਰਾਉਣ ਲੱਗ ਪਏ। ਆਹ ਕਈਆਂ ਸ਼ਹਿਰਾਂ 'ਚ ਘਟਨਾਵਾਂ ਵਾਪਰੀਆਂ, ਪਿੱਛੇ ਜੇ ਕਿਸੇ ਦੇ ਪਾਲਤੂ ਕੁੱਤਾ ਰੱਖਿਆ ਸੀ, ਉਹ ਮਰ ਗਿਆ, ਉਹਦੀ ਆਤਮਕ ਸ਼ਾਂਤੀ ਵਾਸਤੇ ਪਾਠ ਰੱਖਿਆ। ਕਿਤੇ ਕੋਈ ਜਾਨਵਰ ਮਰ ਜਾਂਦਾ, ਉਹਦੀ ਆਤਮਕ। ਹੁਣ ਬੰਦੇ, ਹੁਣ ਕਈ ਵਾਰੀ ਬੰਦਾ ਵੀ ਸੋਚਣ ਲੱਗ ਪਿਆ ਵੀ ਹਾਂ ਹੁਣ ਸਾਡੇ ਵਾਸਤੇ ਦੇ ਕੰਮ ਨਿਬੜ ਗਿਆ, ਅਸੀਂ ਤਾਂ ਸੁਧਰ ਲੈਣੇ, ਚਲੋ ਇਹੋ ਕੰਮ ਹੀ ਕਰ ਲਓ। ਗ੍ਰੰਥੀ ਸਾਹਿਬ ਨੇ ਕੀ ਅਰਦਾਸ ਕੀਤੀ ਹੋਏਗੀ ਜੀ ਉੱਥੇ? ਭਲਾ ਕੀ ਅਰਦਾਸ ਕੀਤੀ ਹੋਏਗੀ? ਕੁੱਤੇ ਨੇ ਸਾਰਿਆਂ ਦੀ ਵਫਾਦਾਰੀ ਕੀਤੀ, ਕੀ ਅਰਦਾਸ ਕੀਤੀ? ਮਹਾਰਾਜ ਇਸ ਕੁੱਤੇ ਦੇ ਕੋਲੋਂ ਘਰ ਦੀ ਵਫਾਦਾਰੀ ਕਰਦਿਆਂ ਕਿਤੇ ਟੇਢਾ ਮੇਢਾ ਖਾਧਾ ਗਿਆ ਹੋਵੇ, ਕਿਤੇ ਵੱਧ ਘੱਟ ਵੱਢਿਆ ਗਿਆ ਹੋਵੇ, ਕਿਤੇ ਬਿਨਾਂ ਵਜ੍ਹਾ ਮਾਲਕ ਨੂੰ ਟੁੱਕ ਦਿੱਤਾ ਹੋਵੇ। ਆ ਜਿਹੜੇ ਬਲਦਾਂ ਦੇ ਮਰਿਆਂ 'ਤੇ ਵੀ ਕਈ ਵਾਰੀ ਪਾਠ ਹੋ ਜਾਂਦੇ, ਉਹ ਕੀ ਅਰਦਾਸ ਕੀਤੀ? ਮਹਾਰਾਜ ਕਿਤੇ ਬਿਨਾਂ ਵਜ੍ਹਾ ਕਿਸੇ ਨੂੰ ਸਿੰਗ ਮਾਰਤਾ ਹੋਵੇ, ਐਵੇਂ ਬਗਾਨੇ ਦੀ ਖੁਰਲੀ 'ਚ ਪੱਠੇ ਖਾ ਗਿਆ ਹੋਵੇ, ਇਹ ਸਾਰੀਆਂ ਭੁੱਲਾਂ ਨਾ ਚਿਤਾਰਨੀਆਂ। ਕਿਤੇ ਐਵੇਂ ਮਹਾਰਾਜ ਖੇਤਾਂ ਚੁੱਕਦਿਆਂ ਚੁੱਕਦਿਆਂ ਗੁਆਂਢੀਆਂ ਵੀ ਜਾ ਕੇ ਫਸਲ ਨੂੰ ਮੂੰਹ ਮਾਰ ਲਿਆ ਹੋਵੇ, ਹੈ ਕੋਈ ਡਾਂਗਾ ਸਾਨੂੰ? ਕੋਈ ਸਾਡਾ ਕੋਈ ਇਲਾਜ ਹੈ ਜੀ? ਕੋਈ ਇਹੋ ਜਿਹੇ ਬੰਦੇ ਨੂੰ ਡਾਂਗਾ, ਇਹ ਲੋਕ ਡਾਂਗਾਂ ਤੋਂ ਬਚੇ ਆ। ਸ਼ਬਦਾਵਲੀ ਸਾਡੀ ਸਿੱਧੀ ਹੈ, ਕਈਆਂ ਵਿੱਚ ਬੜੀ ਵੜੀ ਹੈ ਵੀ ਬਾਣੀ ਤੇ ਬੰਦੇ, ਬਾਣੀ ਤੇ ਯਾਦ ਰੱਖਣਾ, ਬਾਣੀ ਤੇ ਜਿਉਂਦੇ ਮਨੁੱਖ ਵਾਸਤੇ ਹੈ, ਜਾਨਵਰ ਦੀ ਗੱਲ ਛੱਡੋ, ਬੰਦੇ ਬਾਣੀ ਤੇਰੇ ਜਿਉਂਦੇ ਵਾਸਤੇ ਹੈ। ਇਹ ਡੇਰੇਦਾਰ ਕਹਿੰਦੇ ਨੇ ਵੀ ਤੇਰੇ ਮਰਨ ਤੋਂ ਬਾਅਦ ਆ ਹੋਜੂਗਾ, ਮਰਨ ਤੋਂ ਬਾਅਦ ਉਹ ਸ਼ਬਦਬਾਜ਼ ਵਿਖਾਉਂਦੇ ਨੇ ਤੁਹਾਨੂੰ। ਬਾਣੀ ਦੇ ਜਿਉਂਦੇ ਮਨੁੱਖ ਵਾਸਤੇ, ਜਿਉਂਦੇ ਬੰਦਰਾਂ ਤੋਂ ਮੁਕਤ ਕਰਦੀ ਹੈ ਬਾਣੀ ਸਾਨੂੰ। ਅਸੀਂ ਲਿਆ ਕੇ ਜਾਨਵਰਾਂ ਕੁੱਤਿਆਂ ਬਿੱਲਿਆਂ ਦੇ ਸੰਬੰਧ ਵਿੱਚ ਬਾਣੀ ਦੇ ਪਾਠ ਕਰਨ ਲੱਗ ਪਏ ਹਾਂ। ਅਤੇ ਜੇ ਕੋਈ ਰਾਗੀ ਪ੍ਰਬੰਧਕ ਰੋਕਦਾ ਹੈ, ਅਤੇ ਜਿਨ੍ਹਾਂ ਨੂੰ ਗੁਰਮਤੀ ਇਹ ਵੀ ਸੀ ਨਹੀਂ ਆਉਂਦੀ, ਕਹਿੰਦੇ ਤੂੰ ਜ਼ਿਆਦਾ ਸਿਆਣਾ ਹੋ ਗਿਆ। ਭਾਗਾਂ ਵਾਲੇ ਇੱਕ ਬੇਨਤੀ ਕਰਾਂ, ਇਹਨਾਂ ਅਧੂਰੇ ਲੋਕਾਂ ਨੇ ਜਿੰਨਾ ਸਿੱਖੀ ਦਾ ਨੁਕਸਾਨ ਕੀਤਾ ਹੈ ਨਾ, ਜੇ ਅਸੀਂ ਸਾਫ਼ ਨਹੀਂ ਨਾ ਕਰ ਸਕਦੇ, ਸਾਨੂੰ ਸਿੱਖੀ ਦੇ ਵਿਹੜੇ 'ਚ ਗੰਦ ਪਾਉਣ ਦਾ ਕੋਈ ਹੱਕ ਨਹੀਂ। ਇਹ ਗੰਦ ਪਾਉਣ ਵਾਲਾ ਜਿਹੜਾ, ਇਹੋ ਹੀ ਤਾਂ ਤੁਹਾਡੀਆਂ ਕਮਜ਼ੋਰੀਆਂ ਵੇਖ ਕੇ ਅਗਲੇ ਕਹਿ ਰਹੇ ਨੇ, ਅਸੀਂ 2021 ਤੱਕ ਸਾਰਿਆਂ ਨੂੰ ਆਪਣੇ ਘੇਰੇ 'ਚ ਲੈ ਆਉਣਾ, ਤੁਹਾਡੀਆਂ ਇਹਨਾਂ ਕਮਜ਼ੋਰੀਆਂ ਕਰਕੇ, ਇਹਨਾਂ ਕਮਜ਼ੋਰੀਆਂ ਕਰਕੇ ਅਗਲੇ ਉੱਦਾਂ ਪੜ੍ਹੀ ਜਾਓ, ਰੋਜ਼ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਦੇਗ ਤੇਗ ਫਤਿਹ ਪੰਥ ਕੀ ਜੀਤ, ਕਹੀ ਜਾਓ। ਸੋਚ ਤੇ ਇੱਥੇ ਬੈਠੀ ਹੋਈ ਹੈ, ਕੋਈ ਬਿੱਲੀ ਦੇ ਮਰਦ ਦੇ ਪਾਠ ਕਰਾ ਰਿਹਾ, ਕੋਈ ਕੁੱਤੇ ਦੇ ਮਰਦ ਦੇ ਪਾਠ ਕਰਾ ਰਿਹਾ, ਕੋਈ ਮੱਝ ਦੇ ਮਰਦ ਦੇ ਪਾਠ ਕਰਾ ਰਿਹਾ। ਹਾਲਾਤ ਸਾਡੇ ਕਿੰਨੇ ਖਤਰਨਾਕ ਬਣੇ ਪਏ ਨੇ, ਅਤੇ ਉਹੋ ਜਿਹੇ ਗ੍ਰੰਥੀ, ਫਿਰ ਗੱਲ ਉੱਥੇ ਆ ਜਾਂਦੀ ਹੈ, ਜੇ ਗ੍ਰੰਥੀ ਰਜਵਾ ਹੁੰਦਾ ਉਹ ਰੋਕਦਾ ਨਾ ਪ੍ਰਬੰਧ ਕਰੂ ਵੀ ਭਾਈ ਮੈਂ ਨਹੀਂ ਪੜ੍ਹਦਾ। ਆੜੇ ਮੜੀਆਂ ਕਬਰਾਂ ਦੇ ਪਾਠ ਕਰਨ ਜਾਂਦੇ ਨੇ, ਕੌਣ ਜਾਂਦੇ ਜੀ ਭਲਾ? ਗ੍ਰੰਥੀ, ਜੇ ਇਹਨਾਂ ਦੇ ਘਰ ਪੂਰੇ ਹੁੰਦੇ ਗੁਰਮਤ, ਤੁਸੀਂ ਤਨਖਾਹ ਪੂਰੀ ਦਿੰਦੇ ਤਾਂ ਉਹਨੂੰ ਗੁਰਮਤ ਦਾ ਗਿਆਨ ਵੀ ਪੂਰਾ ਹੁੰਦਾ, ਉਹ ਕਿਉਂ ਜਾਂਦਾ ਮੜੀ ਦੇ ਪਾਠ ਕਰਨ ਲਈ? ਕਿਉਂ ਜਾ ਕੇ ਮਗਰੋਂ ਉਹਨਾਂ ਨੂੰ ਮੋੜ ਮੋੜ ਕੇ ਲਿਆਉਣਾ ਪੈਂਦਾ? ਅੱਜ ਲਖਪਤ ਰਾਏ, ਜਿਹੜੀ ਭਾਈ ਸਾਹਿਬ ਗੱਲ ਦੱਸ ਰਹੇ ਸੀ, ਲਖਪਤ ਰਾਏ ਨੂੰ ਬਾਹਰੋਂ ਆਉਣ ਦੀ ਲੋੜ ਥੋੜ੍ਹਾ, ਉਹਨਾਂ ਦਾ ਕੰਮ ਅਧੂਰਾ ਅਸੀਂ ਕਰ ਰਹੇ ਹਾਂ। ਅੱਜ ਵਾਪਸ ਪਰਤਾਓ, ਆਪਣੇ ਅੰਦਰ ਇੱਕ ਵਿਸ਼ਵਾਸ ਪਾ ਲਓ ਵੀ ਸਭ ਸੁੱਖ ਦਾਤਾ ਦੂਸਰ ਰਾਹੇ ਨੂੰ ਕੋਏ, ਇੱਕੋ ਹੀ ਹੈ ਜਿਹੜਾ ਸਾਨੂੰ ਮੁਕਤ ਕਰ ਸਕਦਾ ਹੈ, ਮੇਰਾ ਗੁਰੂ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਉਹ ਖੁਦ ਮੁਖ ਦੇਵੈ,
ਕਾਟੈ ਜਮ ਕੀ ਫੰਦਾ, ਇਹ ਜਮਾਂ ਦੀਆਂ ਫਾਈਆਂ ਕੱਢ ਦਿੰਦਾ। ਅਵਰ ਪੰਚ ਆਇ ਜਮ, ਅਵਰ ਪੰਚ ਹਮ ਇੱਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਮਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ। ਉੱਤੇ ਪੰਜ ਕਿਹਾ, ਅੱਗੇ ਜਮਾਂ ਦਾ ਦਲ ਕਹਿਤਾ, ਇਹਦਾ ਮਤਲਬ ਪੰਜ ਹੀ ਜਮ ਨੇ। ਆ ਗਏ ਜਮ ਦਲ ਬਿਖਮਖਨਾ, ਇਹ ਪੰਜੇ ਜਮ ਮੈਨੂੰ ਧੂਈ ਫਿਰਦੇ ਨੇ, ਇਹਨਾਂ ਜਮਾਂ ਨੇ ਬਰਬਾਦ, ਇਹਨਾਂ ਜਮਾਂ ਦੀ ਫਾਈ ਨੂੰ ਗੁਰੂ ਕੱਢ ਦਿੰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਉਹ ਖੁਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਜਨਮ ਜਨਮ ਕੇ ਦੁੱਖ ਨਿਵਾਰੈ। ਜਨਮ ਜਨਮ ਕੇ, ਕਿਹੜੇ ਜਨਮ ਜਨਮ ਦੇ ਸੀ? ਜਦੋਂ ਦਾ ਮੈਂ ਮਾਤਾ ਦੇ ਗਰਭ ਤੋਂ ਦੁਨੀਆਂ ਤੇ ਆ ਚੁੱਕਾ, ਉਸ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਜਨਮ ਲੈ ਚੁੱਕਾ ਮੈਂ। ਕਦੀ ਮੈਂ ਕਿਸੇ ਦਾ ਘਰ ਵੇਖ ਕੇ ਮਰ ਜਾਂਦਾ, ਕਦੀ ਮੈਂ ਕਿਸੇ ਦਾ ਤਨ ਵੇਖ ਕੇ ਮਰ ਜਾਂਦਾ। ਇਹ ਜੰਮਣ ਮਰਨ ਦੀ ਕਿਰਿਆ ਮੁੱਕਦੀ। ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ, ਜੇ ਘਰ ਕਥਾ ਹੋਤ ਹਰ ਸੰਤਨ। ਜਿੱਥੇ ਬੈਠ ਕੇ ਰੱਬ ਦੀ ਕਥਾ ਹੁੰਦੀ ਹੈ ਨਾ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤ ਸਰ। ਇਹ ਸੰਪੈ ਮੋਮ, ਇਹ ਸੰਪਤੀ ਹੈ ਮੇਰੇ ਮਨ ਦੀ, ਇਹ ਜਾਇਦਾਦ ਆ, ਇਹ ਮੇਰਾ ਬੈਂਕ ਬੈਲੈਂਸ ਆ ਮੇਰੇ ਮਨ ਦਾ। ਇਹ ਸੰਪੈ ਮੋ ਮਾਹੀ, ਕੀ ਨਹੀਂ ਹੈਗਾ ਮੇਰੇ ਕੋਲ? ਦਇਆ ਧਰਮ ਅਰ ਗੁਰ ਕੀਨ ਸੇਵਾ, ਇਹ ਸੁਪਨੰਤਰ ਨਾਹੀ, ਇਹਦਾ ਤਾਂ ਮੈਨੂੰ ਕਦੀ ਸੁਪਨਾ ਵੀ ਨਹੀਂ ਆਇਆ। ਜਨਮ ਜਨਮ ਕੇ ਦੁੱਖ ਨਿਵਾਰੇ, ਸੂਕਾ ਮਨ ਸਾਧਾਰੈ। ਇਹ ਜਨਮ 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 ਦੇ ਜਿਹੜੇ ਦੁੱਖ ਸੀ ਉਹ ਦੂਰ ਕਰ ਦਿੱਤੇ, ਕਿਵੇਂ? ਮੇਰੇ ਵੈਦ ਗੁਰੂ ਗੋਬਿੰਦੇ ਨੇ, ਮੇਰੇ ਗੁਰੂ ਨੇ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ, ਇਹ ਸੁੱਕਾ ਮਨ, ਇਸ ਮਨ ਨੂੰ ਹਰਿਆ ਕੌਣ ਕਰੇਗਾ ਜੀ? ਪੜ੍ਹੋ ਇੱਕ ਵਾਰ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਪੌਦਾ ਸੁੱਕ, ਘਰ ਚ ਪੌਦਾ ਸੁੱਕ ਰਿਹਾ ਹੋਵੇ, ਉਹਦੇ ਪੱਤਿਆਂ ਤੇ ਪਾਣੀ ਪਾਈ ਜਾਓ, ਹਰਿਆ ਨਹੀਂ ਹੋਣਾ। ਬਾਲਟੀ ਭਰ ਕੇ ਉਹਦੀਆਂ ਜੜਾਂ ਚ ਪਾ ਦਿਓ, ਦਿਨ ਚੜ੍ਹਦੇ ਨੂੰ ਕਰੂੰਬੜੀਆਂ ਫੁੱਟ ਆਉਣੀਆਂ। ਇਹ ਮਨ ਕਮਲਾਇਆ ਪਿਆ, ਕਦੀ ਅੱਖਾਂ ਦੇ ਜਲ ਪਾਉਂਦੇ ਹਾਂ, ਕਦੀ ਕਿਤੇ ਜਲ ਪਾਉਂਦੇ ਹਾਂ, ਕਦੀ ਕਿਤੇ ਨਾਟਕ ਕਰਦੇ ਹਾਂ। ਇਸ ਮਨ ਨੂੰ ਸਤਸੰਗਤ ਦਾ ਜਲ ਦੇ ਦਿਓ, ਅੱਖਾਂ ਆਪਣੇ ਆਪ ਭੇਰੀਆਂ ਹੋ ਜਾਣੀਆਂ। ਇਸ ਮਨ ਨੂੰ ਸਤ ਸੰਗਤ ਨਾਲ ਜੋੜ ਦਿਓ, ਇਸ ਮਨ ਵਿੱਚ ਸੱਤ ਦੀਆਂ ਵਿਚਾਰਾਂ ਪੈਦਾ ਕਰ ਦਿਓ, ਆਪਣੇ ਆਪ ਹੀ ਜੀਵਨ ਵਿੱਚ ਰੂਹਾਨੀਅਤ ਆ ਜਾਣੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਨਮ ਜਨਮ ਕੇ ਦੁੱਖ ਨਿਵਾਰੈ, ਜਨਮਾਂ ਜਨਮਾਂਤਰਾਂ ਦੇ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੀ ਮਰ ਨਹੀਂ ਜੋ ਮਰੈ, ਬਹੁਤ ਬਹੁਤ ਨਾ ਮਰਨਾ ਹੋਏ, ਸ਼ਬਦ ਮਰੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ। ਨਾਨਕ ਜੀਵਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈ ਹੈ, ਵਾਜੇ ਬਾਜੋ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈ ਹੈ,
ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਤਾਂ ਪਾਈ ਹੈ। ਕਿੱਡੇ ਪਿਆਰੇ ਤਰੀਕੇ ਦੱਸ ਦਿੱਤੇ, ਕਿੱਡੇ ਪਿਆਰੇ ਵਜਨਦਾਰ ਸ਼ਬਦ ਕਹਿ ਦਿੱਤੇ ਮਹਾਰਾਜ ਨੇ। ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ ਜ਼ਬਾਨ ਤੋਂ ਬਗੈਰ ਬੋਲਣਾ, ਵਿਣ ਹੱਥਾਂ ਕਰਨਾ ਜ਼ਬਾਨ ਤੋਂ ਬਗੈਰ ਬੋਲਣਾ। ਬਿਨਾਂ ਹੱਥਾਂ ਤੋਂ ਕੰਮ ਕਰਨ ਦਾ ਅਰਥ ਕੀ ਹੈ? ਇਹਨਾਂ ਹੱਥਾਂ ਨਾਲ ਬੁਰੇ ਕੰਮ ਛੱਡ ਦੇ, ਇਹ ਜ਼ਬਾਨ ਨਾਲ ਮਾੜਾ ਬੋਲਣਾ ਛੱਡ ਦੇ, ਇਹਨਾਂ ਕੰਨਾਂ ਨਾਲ ਗਲਤ ਸੁਣਨਾ ਛੱਡ ਦੇ, ਇਹਨਾਂ ਪੈਰਾਂ ਨਾਲ ਗਲਤ ਰਸਤੇ ਤੁਰਨਾ ਛੱਡ ਦੇ। ਨਾਨਕ ਹੁਕਮ ਪਛਾਣ ਕੇ ਤਾਂ ਖਸਮ ਹੈ, ਇਹਨਾਂ ਨਾਲ ਹੁਕਮ ਨੂੰ ਪਛਾਣ ਕੇ ਖਸਮ ਦੀ ਪ੍ਰਾਪਤੀ ਹੋਏਗੀ, ਖਸਮ ਮਿਲੇਗਾ ਤੈਨੂੰ। ਪਰ ਕਦੋਂ? ਜਦੋਂ ਤੂੰ ਆਪਣੇ ਪੂਰੇ ਗੁਰੂ ਦੇ ਕੋਲ ਪਹੁੰਚ ਗਿਆ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਦਰਸ਼ਨ ਭੇਟਤ, ਜਦੋਂ ਗੁਰੂ ਦੇ ਦਰਸ਼ਨ ਕਰ ਲੈ। ਹੁਣ ਗੁਰੂ ਦੇ ਦਰਸ਼ਨ ਕਈ ਜਦੋਂ ਮਹਾਰਾਜ ਦਾ ਰਮਾਲਾ ਚੱਕਦੇ ਨੇ, ਕਈ ਭੋਲੇ ਸਿੱਖ ਖੜੇ ਹੋ ਕੇ ਸੋਚਦੇ ਸ਼ਾਇਦ ਮਹਾਰਾਜ ਦੀ ਤਾਂ ਪਤਨੀ ਵੇਖਣਾ, ਅਸੀਂ ਤੇ ਮੁਕਤ ਹੋ ਜਾਣਾ। ਪਿਆਰੇ ਨਹੀਂ, ਸਤਿਗੁਰ ਨੂੰ ਸਭ ਕੋ ਵੇਖਦਾ ਵਡਹੰਸ ਕੀ ਵਾਰ। ਗੁਰੂ ਰਾਮਦਾਸ ਦੀ ਉਹ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਹੈ, ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਸਾਰੀ ਦੁਨੀਆਂ ਗੁਰੂ ਨੂੰ ਵੇਖਦੀ ਹੈ। ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨ ਹੋਵਈ ਜਿਚਰ। ਜੇ ਵੇਖਣ ਵਾਲੀ ਗੱਲ ਬਣਦੀ ਹੋਵੇ ਤੇ ਇੱਕ ਪਿੰਡ 'ਚ ਪੜ੍ਹਿਆ ਲਿਖਿਆ ਟੀਚਰ ਪ੍ਰਿੰਸੀਪਲ ਰਹਿੰਦਾ, ਸਾਰਾ ਪਿੰਡ ਵੇਖਦਾ ਉਹਨੂੰ, ਸਾਰਿਆਂ ਨੂੰ ਪੜ੍ਹਨ ਆ ਗਿਆ। ਮੰਨ ਲਓ ਜੇ ਵੇਖਣ ਨਾਲ ਗੱਲ ਬਣਦੀ ਹੋਵੇ ਤੇ ਜਿੱਥੇ ਬਿਮਾਰੀਆਂ ਜ਼ਿਆਦੀਆਂ, ਡਾਕਟਰ ਜਿਹੜੇ ਚੰਗੇ ਡਾਕਟਰ, ਉਹਨਾਂ ਦਾ ਤਰਲਾ ਲਿਆ ਜਾਵੇ ਜੀ, ਤੁਹਾਡਾ ਨਗਰ ਕੀਰਤਨ ਕੱਢਣਾ, ਤੁਹਾਨੂੰ ਖੁੱਲ੍ਹੀ ਜਿਹੀ ਗੱਡੀ 'ਚ ਬਿਠਾ ਕੇ ਘੁਮਾਉਣਾ ਤਾਂ ਕਿ ਤੁਹਾਨੂੰ ਲੋਕ ਵੇਖ ਕੇ ਠੀਕ ਹੋ ਜਾਣ, ਗੱਲ ਬਣ ਜੂਗੀ? ਅਤੇ ਆ ਕੀ ਹੋ ਰਿਹਾ ਜੀ ਭਲਾ? ਕੋਈ ਮਹਾਰਾਜ ਸ਼ਸਤਰਾਂ ਦਾ ਘੁਮਾ ਰਿਹਾ ਸਾਨੂੰ, ਕਿੱਦਾਂ ਕਿੱਥੇ ਕਿੱਥੇ ਉਲਝਾਇਆ ਜਾ ਰਿਹਾ ਜੀ? ਕਿਤੇ ਕੋਈ ਸ਼ਸਤਰ ਲੈ ਕੇ ਘੁੰਮ ਰਿਹਾ, ਕਿਤੇ ਕਦੀ ਕੋਈ ਆ ਜਾਂਦਾ ਜੀ ਇਹ ਗੰਗਾ ਸਾਗਰ ਹੈ ਜੀ, ਆਹ ਮਾਤਾ ਜੀ ਦੀ ਮਾਲਾ ਹੈ ਜੀ, ਕੋਈ ਗੁਰੂ ਸਾਹਿਬ ਦੀ ਉਹ ਵੰਸ਼ ਦਾ ਘੋੜਾ ਲੈ ਕੇ ਆ ਜਾਂਦਾ ਜੀ। ਉਹ ਭਲਿਓ ਗੁਰੂ ਦੇ ਸਿੱਖ ਬਣਨਾ ਅਸੀਂ, ਸ਼ਸਤਰਾਂ ਦੇ ਸਿੱਖ ਨਹੀਂ ਬਣਨਾ। ਕੋਈ ਲਿੱਦ ਚੁੱਕ ਕੇ ਘੋੜੇ ਦੀ ਘਰ ਨੂੰ ਲਈ ਜਾਂਦਾ, ਕੋਈ ਸ਼ਸਤਰਾਂ ਨੂੰ ਬੀਬੀਆਂ ਚੁੰਨੀ ਲੈ ਕੇ ਗੱਡੀਆਂ ਸਾਫ ਕਰਨੀਆਂ, ਕੋਈ ਸਤਨਾਮ ਤੇ ਮਹਾਰਾਜ ਦੇ ਸਰੂਪ ਦੇ ਲਾ ਕੇ ਬਹਿਣ ਨੂੰ ਤਿਆਰ ਨੇ। ਉੱਥੇ ਗ੍ਰੰਥ ਸਿੰਘ ਇਕੱਲਾ ਪੜ੍ਹੀ ਜਾਂਦਾ, ਉੱਥੇ ਸ਼ਸਤਰਾਂ ਨੂੰ ਮੱਥੇ ਟੇਕੇ ਜਾ ਰਹੇ ਨੇ। ਕਦੀ ਸਿਆਣੇ ਬਣਨ ਦੀ ਕੋਸ਼ਿਸ਼ ਕਰਨਾ ਵੀ ਸਾਨੂੰ ਉਲਝਾਇਆ ਕਿਵੇਂ ਜਾ ਰਿਹਾ। ਇਹ ਰਾਜਨੀਤੀ ਦੇ ਪੈਂਤੜੇ ਹੁੰਦੇ ਨੇ, ਧਿਆਨ ਖਿਡਾਉਣ ਵਾਸਤੇ ਅਗਲੇ ਨਵੇਂ ਨਵੇਂ ਪੈਂਤੜੇ ਵਰਤਦੇ ਨੇ। ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ, ਹਰ ਗੱਲ ਬੋਲਣੀ ਨਹੀਂ ਪੈਂਦੀ, ਇਸ਼ਾਰਾ ਵੀ ਸਮਝ ਆਇਆ ਕਰੋ। ਅਗਲੇ ਧਿਆਨ ਖਿਡਾਉਂਦੇ ਨੇ ਸਾਡਾ ਵੀ ਜੇ ਇੱਥੇ ਘਟਨਾ ਵਾਪਰ ਗਈ ਤਾਂ ਧਿਆਨ ਉੱਧਰ ਲੈ ਜਾਓ। ਇਹ ਭਾਵਕ ਬੜੀ ਛੇਤੀ ਹੋ ਜਾਂਦੇ ਨੇ, ਫਿਰ ਚੁੰਨੀ ਲੈਂਦੇ ਨੇ, ਐਂ ਸਾਫ਼ ਕਰਦੇ ਨੇ ਅਤੇ ਘਰ 'ਚ ਮਹਾਰਾਜ ਸਰੂਪ ਆ ਜਾਏ ਤਾਂ ਕੋਲ ਬਹਿਣ ਨੂੰ ਤਿਆਰ ਨੇ। ਜਿੰਨੀਆਂ ਮਰਜ਼ੀ ਚੁੰਨੀਆਂ ਨਾਲ ਸਾਫ਼ ਕਰੀ ਜੇ ਪਖੰਡ ਨਹੀਂ ਛੱਡਣੇ ਦੇ, ਜਿੰਨੇ ਮਰਜ਼ੀ ਦੀਵੇ ਮੜੀਆਂ ਮਸਾਣਾਂ 'ਤੇ ਜਗਾਈ ਜਾਈਏ ਜੇ ਪਖੰਡ ਨਹੀਂ ਛੱਡਣੇ ਤਾਂ ਕੀ ਹੋ ਜਾਏਗਾ ਭਲਾ? ਯਾਦ ਰੱਖਣਾ ਗੁਰੂ ਸ਼ਸਤਰਾਂ ਦਾ ਪੁਜਾਰੀ ਨਹੀਂ, ਗੁਰੂ ਦੇ ਸਿੱਖ ਨੇ ਸ਼ਬਦ ਨਾਲ ਜੁੜਨਾ, ਸਾਂਝ ਸ਼ਬਦ ਨਾਲ ਪਾਉਣੀ ਹੈ। ਇਹ ਰਾਜਨੀਤੀ ਲੋਕਾਂ ਦੇ ਪੈਦਲੇ ਹੁੰਦੇ ਨੇ, ਜੇ ਕੋਈ ਗਲਤ ਕੰਮ ਹੋ ਜਾਏ ਨਾ ਉਹਨਾਂ ਕੋਲ ਇੱਕ ਬੜਾ ਸੌਖਾ ਤਰੀਕਾ ਧਿਆਨ ਖਿਡਾਉਣ ਲਈ, ਹੋਰ ਹੀ ਕਿਸੇ ਬਾਰੇ ਲੈ ਜਾਂਦੇ ਨੇ, ਅਸੀਂ ਬੜੇ ਭਾਵੁਕ ਹੋ ਜਾਂਦੇ ਹਾਂ। ਵਾਪਸ ਪਰਤ ਆਈਏ, ਕੋਈ ਤੁਰਦਾ, ਮੈਂ ਤਾਂ ਕਈ ਵਾਰੀ ਸੌਖੀ ਜਿਹੀ ਉਦਾਹਰਨ ਦਿੰਦਾ ਹੁੰਦਾ, ਇੱਥੇ ਪੁਰਾਣੀਆਂ ਜੇ ਖੜਾਵਾਂ ਲੱਭ ਲਓ ਕਿਤੇ ਵੀ ਅਤੇ ਉੱਦਾਂ ਹੀ ਤੁਸੀਂ ਰੱਖ ਲਓ ਗੱਡੀ 'ਤੇ, ਸੋਹਣੀ ਏ ਸੀ ਗੱਡੀ 'ਚ ਰੱਖ ਲਓ ਅਤੇ ਕਹੋ ਫਲਾਣੇ ਥਾਂ 'ਤੇ ਅਸੀਂ ਸੇਵਾ ਕਰ ਰਹੇ ਸੀ, ਪਤਾ ਲੱਗਾ ਅਤੇ ਲਿਖਿਆ ਵੀ ਇਹ ਫਲਾਣੇ ਗੁਰੂ ਸਾਹਿਬ ਦੀਆਂ ਇਹਨੂੰ ਚਰਨ ਛੋਹ ਪ੍ਰਾਪਤ ਹੋਈ ਹੈ। ਮੇਰੇ ਖਿਆਲ 3-3 ਚੌਂ ਦਿਨਾਂ 'ਚ ਤੁਸੀਂ ਅਰਬਾਂ ਰੁਪਈਆ ਇਕੱਠਾ ਕਰ ਲੈਣਾ, ਜਦੋਂ ਤੱਕ ਲੋਕਾਂ ਨੂੰ ਪਤਾ ਲੱਗਣਾ ਉਦੋਂ ਤੱਕ ਤੁਹਾਡੀਆਂ ਬੈਂਕਾਂ ਭਰ ਚੁੱਕੀਆਂ ਹੋਣੀਆਂ। ਸਿਆਣਾ ਕੌਣ ਆਖੂ ਸਾਨੂੰ ਜੀ? ਗੁਰਦੁਆਰੇ ਨਮਸਕਾਰ ਕਰਨ ਲੱਗੇ ਹਾਂ ਅਸੀਂ, ਮੱਥਾ ਟੇਕਣ ਲੱਗੇ ਹਾਂ, 100 ਵਾਰ ਸੋਚਣਾ ਉਸ ਤੇ ਕਹਿਣਾ ਬੱਲੇ ਬੱਲੇ। ਅਸੀਂ ਪਤਾ ਕੀ ਹੋ ਰਿਹਾ, ਅਸੀਂ ਅਸਲ 'ਚ ਦੁਖੀ ਹਾਂ। ਜਿਵੇਂ ਕੋਈ ਬੰਦਾ ਘਰੋਂ ਸਬਜ਼ੀ ਲੈਣ ਤੁਰਦਾ ਨਾ, ਘਰੋਂ ਸਬਜ਼ੀ ਲੈਣ, ਘਰ ਵਾਲੇ ਕਹਿੰਦੇ ਸਬਜ਼ੀ ਲੈ ਕੇ ਆਇਓ,
ਠੀਕ ਹੈ, ਉਹ ਫਿਰ ਕੀ ਕਰਦਾ ਜੇ ਗੋਭੀ ਨਹੀਂ ਮਿਲਦੀ ਤਾਂ ਬੇਂਗਣ ਲੈ ਜਾਂਦਾ। ਹੁਣ ਸਬਜ਼ੀ ਕਿਹਾ ਨਾ, ਸਬਜ਼ੀ ਤਾਂ ਸਾਰੀ ਸਬਜ਼ੀ ਹੈ, ਜੇ ਉਹ ਘਰੋਂ ਕਹਿੰਦੇ ਵੀ ਇਕੱਲੇ ਪਿਆਜ਼ ਇਕੱਲੇ ਤੁਸੀਂ ਗੋਭੀ ਲੈ ਕੇ ਆਉਣੀ, ਉਹਦਾ ਟਾਰਗੇਟ ਹੈ ਵੀ ਗੋਭੀ ਖਾਣੀ ਅੱਜ ਘਰਦਿਆਂ ਦੇ ਗੋਭੀ ਲੈ ਕੇ ਆਉਣੀ। ਅਸੀਂ ਚਾਹੁੰਦੇ ਹਾਂ ਵੀ ਅਸੀਂ ਸੁੱਖ ਚਾਹੀਦਾ ਸਾਨੂੰ, ਸੁੱਖ ਜਿੱਥੋਂ ਮਰਜ਼ੀ ਮਿਲੇ, ਸੁੱਖ ਲੈਣ ਵਾਸਤੇ ਭਾਵੇਂ ਖੜਾਵਾਂ 'ਤੇ ਮੱਥਾ ਟਿਕਾ ਲਓ, ਭਾਵੇਂ ਜੜਾਵਾਂ 'ਤੇ ਮੱਥਾ ਟਿਕਾ ਲਓ, ਭਾਵੇਂ ਬਾਬਿਆਂ ਦੇ ਜਿਹੜੇ ਦਰਖਤ ਉੱਥੇ ਮੱਥਾ ਟਿਕਾ ਲਓ, ਭਾਵੇਂ ਖੂੰਡੀਆਂ 'ਤੇ ਮੱਥਾ ਟਿਕਾ ਲਓ, ਭਾਵੇਂ ਬਾਬਿਆਂ ਦੀਆਂ ਲੈਟਰਿੰਗਾਂ 'ਤੇ ਮੱਥਾ ਟਿਕਾ ਲਓ, ਭਾਵੇਂ ਬਾਬਿਆਂ ਦੀਆਂ ਗੱਡੀਆਂ 'ਤੇ ਮੱਥਾ ਟਿਕਾ ਲਓ, ਭਾਵੇਂ ਬਾਬਿਆਂ ਦੀ ਜੁੱਤੀਆਂ 'ਤੇ ਮੱਥਾ ਟਿਕਾ ਲਓ, ਫਿਰ ਜਿਹਦੇ ਕਿ ਬੰਦਾ ਮੱਥਾ ਟੇਕਦਾ ਸਿੱਖ ਉਹਦਾ ਹੀ ਆ। ਫਿਰ ਕੀ ਕਹਿਣਾ ਪਵੇਗਾ, ਇਹ ਜੁੱਤੀਆਂ ਦਾ ਸਿੱਖ, ਇਹ ਮਾੜਾ ਦਾ ਸਿੱਖ, ਇਹ ਖੂੰਡੀ ਦਾ ਸਿੱਖ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਮਸਕਾਰ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ। ਇਹ ਫੈਸਲਾ ਆਪਾਂ ਕਰਨਾ ਹੁਣ, ਜਾਵੇ ਟੇਕੀ ਜਾਓ। ਅਸੀਂ ਕਈ ਕਹਿੰਦੇ ਜੀ, ਇੱਕ ਜਗ੍ਹਾ ਮੈਂ ਪਿੰਡ ਸਮਾਗਮ ਕਰਨ ਗਿਆ, ਕਹਿੰਦੇ ਜੇ ਅਸੀਂ ਉੱਥੇ ਟੇਕਦੇ ਮਹਾਂਪੁਰਖਾਂ ਦਾ ਉਹਨਾਂ ਨੂੰ ਸਰੀਰ ਲੱਗਾ ਇਸ ਕਰਕੇ ਅਸੀਂ ਤਾਂ ਮੱਥਾ ਟੇਕਦੇ ਹਾਂ। ਟੇਕੀ ਜਾਓ, ਫਿਰ ਸਿੱਖ ਵੀ ਤੁਸੀਂ ਉਸੇ ਦੇ ਬਣਨਾ, ਗੁਰੂ ਦੇ ਨਹੀਂ। ਗੁਰੂ ਦੇ ਸਿੱਖ ਬਣਨ ਲਈ ਗੁਰੂ ਦੀ ਵਿਚਾਰ ਕਰਨੀ ਪੈਣੀ ਹੈ ਤੁਹਾਨੂੰ, ਇਹ ਤਾਂ ਗੁਰੂ ਕੋਲ ਆਉਣਾ ਪੈਣਾ ਹੈ, ਗੁਰੂ ਦੀ ਵਿਚਾਰ ਸਮਝਣੀ ਪੈਣੀ ਹੈ, ਬਾਣੀ ਨਾਲ ਜੁੜਨਾ ਪੈਣਾ। ਮੇਰਾ ਬੈਦ ਗੁਰੂ ਗੋਬਿੰਦਾ, ਦਰਸ਼ਨ ਭੇਟਤ ਹੋਤ ਨਿਹਾਲਾ। ਦਰਸ਼ਨ ਭੇਟਤ, ਕਿੱਦਾਂ ਦਰਸ਼ਨ ਕਰਨੇ ਜੀ ਭਲਾ? ਆ ਹੈ ਦਰਸ਼ਨ ਗੁਰੂ ਦੇ, ਸਮਝਣਾ ਗੁਰੂ ਨੂੰ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਪੂਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਅੰਦਰ ਦੀ ਆ। ਕਦੋਂ ਬੁਝਣੀ ਆ? ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਅੰਦਰ ਟਿਕਾਇਆ। ਜਦੋਂ ਅੰਦਰ ਵਸੇਗੀ ਨਾ ਗੁਰੂ ਦੀ ਗੱਲ, ਬਿਮਾਰੀ ਕਦੋਂ ਠੀਕ ਹੋਏਗੀ? ਜਦੋਂ ਡਾਕਟਰ ਦੀ ਦਵਾਈ ਖਾਵਾਂਗੇ। ਅਨਪੜ੍ਹਤਾ ਕਦੋਂ ਦੂਰ ਹੋਏਗੀ? ਜਦੋਂ ਪੜ੍ਹਨਾ ਲਿਖਣਾ ਸ਼ੁਰੂ ਕਰਾਂਗੇ। ਬਸ ਇੰਨੀ ਗੱਲ ਹੈ। ਜੇ ਕੇਵਲ ਬਾਹਰੋਂ ਵੇਖਣ ਨਾਲ ਗੱਲ ਬਣਦੀ ਹੁੰਦੀ, ਜਿਹੜੇ ਮਹਾਰਾਜ ਦੇ ਸਰੂਪਾਂ ਦੀ ਸੋਧ ਸੁਧਾਈ ਕਰਦੇ ਆ, ਔਂਕੜ ਸਿਹਾਰੀ ਬਿਹਾਰੀ ਚੈੱਕ ਕਰਦੇ ਆ, ਉਹ ਤਾਂ ਪਤਾ ਨਹੀਂ ਕਿੰਨੀ ਵਾਰ ਮਹਾਰਾਜ ਦੇ ਸਰੂਪ ਦੇ ਇਕੱਲੇ ਇਕੱਲੇ ਅੰਕ ਨੂੰ ਵੇਖਦੇ। ਉਹ ਤਾਂ ਸਾਰੇ ਦੇਵਤੇ ਬਣ ਜਾਣੇ ਚਾਹੀਦੇ ਸੀ ਹੁਣ ਤੱਕ। ਅਸੀਂ ਤਾਂ ਸਿਰਫ ਦੋ ਮਿੰਟਾਂ 'ਚ ਸੌਖਾ ਰਾਹ ਲੱਭਦੇ ਹਾਂ। ਜਦੋਂ ਭਾਈ ਸਾਹਿਬ ਮੁੱਖ ਵਕਲੇ ਦੇ ਐਂ ਪੱਬਾਂ ਪਾਰ ਹੋ ਕੇ ਵੀ ਨੇ, ਸ਼ਾਇਦ ਇੱਦਾਂ ਗੱਲ ਬਣ ਜੇ। ਨਹੀਂ ਪਿਆਰੇ, ਹੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪੈਣੀ। ਫਿਰ ਪੜ੍ਹ ਲਓ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿੱਚਰ, ਸ਼ਬਦ ਨਾ ਕਰੇ। ਦਰਸ਼ਨ ਭੇਟ ਤੋਤ ਨਿਹਾਲਾ, ਜਿਹਦਾ ਦਰਸ਼ਨ ਭੇਟਦਾ ਗੁਰੂ ਦੇ ਸ਼ਬਦ ਨੂੰ ਸਮਝਦਾ, ਨਿਹਾਲ ਹੋ ਜਾਂਦਾ। ਫਿਰ ਕੀ ਹੁੰਦਾ? ਹਰ ਕਾ ਨਾਮ ਵਿਚਾਰ ਹੈ, ਆਪਣੀ ਸੁਰਤ ਦੇ ਇਸ ਮੰਡਲ ਵਿੱਚ, ਇਸ ਸੁਰਤ ਰੂਪੀ ਭਾਂਡ ਵਿੱਚ ਵਿਚਾਰ ਕਰਦਾ। ਹਾਣ ਹਟ ਕਰ ਯਾਰ ਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਹਿਬ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸੀ, ਵਣਜ ਕਰ ਲੈ ਲਾਹਾ ਮਨ ਆਸ। ਫਿਰ ਖੁਸ਼ ਹੋ ਜਾਂਦਾ ਜਦੋਂ ਸੁਰਤ ਰੂਪੀ ਭਾਂਡ ਵਿੱਚ ਇਸ ਗੱਲ ਦਾ ਮੰਥਨ ਕਰਦਾ, ਸੁਰਤ ਕਰਕੇ ਜਦੋਂ ਸਿੱਖ ਬਣਦਾ। ਦਰਸ਼ਨ ਭੇਟ ਤੋਤ ਨਿਹਾਲਾ, ਹਰ ਕਾ ਨਾਮ ਵਿਚਾਰ ਹੈ, ਮੇਰਾ ਬੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔ ਖੁਦ ਮੁਖ ਦੇਵੇ, ਘਟੇ ਜਮ ਕੀ ਫੰਦਾ ਸਮਰੱਥ ਪੁਰਖ ਪੂਰਨ ਵਿਧਾਤੇ। ਉਹ ਸਮਰੱਥ ਹੈ, ਪੂਰਨ ਪੁਰਖ ਵਿਧਾਤਾ, ਸਭ ਕੁਝ ਪੈਦਾ ਕਰਨ ਵਾਲਾ ਹੈ। ਆਪੇ ਕਰਨੇ ਹਾਰਾ, ਰੱਬ ਦੀ ਗੱਲ ਹੋ ਰਹੀ ਹੈ, ਉਹ ਆਪ ਰੱਬ ਹੀ ਐਸੇ ਵੈਦ ਗੁਰੂ ਨੂੰ ਪੈਦਾ ਕਰਨ ਵਾਲਾ ਹੈ ਜਿਹੜਾ ਉਹਦੇ ਨਾਲ ਜੋੜਦਾ ਹੈ, ਕਿਉਂਕਿ ਹੈ ਇੱਕ ਹੈ ਨਾ, ਗੁਰੂ ਤੇ ਰੱਬ ਇੱਕ ਹੈ। ਕਹਿੰਦੇ ਆਪ ਹੀ ਪੈਦਾ ਕਰਨ ਵਾਲੇ, ਸਾਰੀ ਉਹਦੀ ਬਖਸ਼ਿਸ਼ ਹੈ। ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨੇ ਹਾਰਾ, ਆਪਣਾ ਦਾਸ ਹਰ ਆਪ ਉਭਾਰਿਆ। ਰੱਬ ਨੇ ਆਪਣੇ ਸੇਵਕ ਨੂੰ ਆਪ ਬਚਾਇਆ ਤੇ ਆਪ ਹੀ ਐਸੇ ਵੈਦ ਗੁਰੂ ਕੋਲ ਭੇਜਿਆ। ਉਹਦੇ ਕੋਲ ਜਾ, ਉਹ ਤੈਨੂੰ ਠੀਕ ਕਰੂਗਾ, ਉਹਨੂੰ ਤੇਰੀਆਂ ਬਿਮਾਰੀਆਂ ਦਾ ਪਤਾ, ਤੂੰ ਉਹਦੇ ਕੋਲ ਜਾ, ਉਹਦੇ ਕੋਲੋਂ ਦਵਾਈ ਲੈ ਤੇ ਠੀਕ ਹੋ ਜਾਏਗਾ। ਐਸੇ ਮਹਾਨ ਸਤਿਗੁਰ ਦੇ ਕੋਲ ਆਪਾਂ ਬੈਠੇ ਹਾਂ,
ਆਪਣਾ ਦਾਸ ਹਰ ਆਪ ਉਭਾਰਿਆ, ਨਾਨਕ ਨਾਮ ਆਧਾਰਾ। ਹੇ ਨਾਨਕ ਆਖ ਆਪਣੇ ਨਾਮ ਦਾ ਆਸਰਾ ਦੇ ਕੇ ਉਹਨੇ ਆਪਣੇ ਸੇਵਕ ਨੂੰ ਜੰਮਣ ਮਰਨ ਦੀ ਇਸ ਕਿਰਿਆ ਤੋਂ ਬਚਾ ਕੇ ਉਹਦੇ ਅੰਦਰ ਨੂੰ ਠੰਡਿਆ ਠਾਰ ਕਰ ਦਿੱਤਾ। ਐਸੇ ਮਹਾਨ ਸਤਿਗੁਰ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇੱਕ ਵਾਰ ਸਾਰੇ ਸੰਗਤ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰ ਲਓ ਜੀ। ਅਖੀਰ ਵਿੱਚ ਜਿਹੜੀ ਗੱਲ ਸਤਿਗੁਰ ਨੇ ਨਿਚੋੜ ਕੱਢਿਆ ਹੈ ਕਿ ਪੂਰਾ ਗੁਰੂ ਜਿਹੜਾ ਹੈ ਉਹਨੂੰ ਜੇ ਕੋਈ ਧਿਆਉਂਦਾ ਹੈ ਤੇ ਉਹ ਆਪਣੀ ਜ਼ਿੰਦਗੀ ਵਿੱਚ ਨਿਹਾਲ ਹੋ ਜਾਂਦਾ ਹੈ। ਗੁਰਪੂਰਾ ਜਿਨਾ ਸਿਮਰਿਆ, ਗੁਰਪੂਰਾ ਜਿਨਾ ਸਿਮਰਿਆ, ਸੇਈ ਪੈ ਨਿਹਾਲੋ ਨਾਨਕ ਨਾਮ ਆਰਾਧਣਾ, ਨਾਨਕ ਨਾਮ ਆਰਾਧਣਾ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਐਸੇ ਮਹਾਨ ਸਤਿਗੁਰ ਦੀ ਗੋਦ ਵਿੱਚ ਆਪਾਂ ਅੱਜ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਹੁਣ ਕੁਝ ਸਮਾਂ ਸਵਾਲ ਜਵਾਬ ਹੋਣਗੇ। ਜਿਨ੍ਹਾਂ ਦੇ ਸੁਰਤ ਵਿੱਚ ਕੋਈ ਸਵਾਲ ਹੈ, ਕੋਈ ਇਤਿਹਾਸ ਦਾ, ਕੋਈ ਬਾਣੀ ਦਾ, ਇਸ ਕਥਾ ਵਿੱਚੋਂ ਵੀ ਜੇ ਕੋਈ ਗੱਲ ਸਮਝ ਵਿੱਚ ਨਾ ਆਈ ਹੋਵੇ ਤਾਂ ਆਪ ਜੀ ਭਾਈ ਗੁਰਜੰਟ ਸਿੰਘ ਜੀ ਰੂਪ ਵਾਲੀ ਸੰਗਤ ਵਿੱਚ ਬੈਠੇ ਨੇ, ਉਹ ਤੁਹਾਡੇ ਵੱਲੋਂ ਆਏ ਹੋਏ ਸਵਾਲ ਸਟੇਜ 'ਤੇ ਬੋਲਣਗੇ। ਉਹਨਾਂ ਸਵਾਲਾਂ ਦੇ ਜਵਾਬ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪਨਵਾ ਅਤੇ ਭਾਈ ਸੁਖਵਿੰਦਰ ਸਿੰਘ ਜੀ ਦਦੇਰ ਗੁਰਬਾਣੀ ਦੀ ਕਸਵੱਟੀ ਅਤੇ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝੇ ਕਰਨਗੇ। ਆਪ ਜੀ ਨੇ ਇਸੇ ਇਕਾਗਰਤਾ ਦੇ ਨਾਲ ਬੈਠੇ ਰਹਿਣਾ। ਜਿੰਨਾ ਕੁ ਸਮਾਂ ਆਪਾਂ ਟਿਕਾ ਨਾਲ ਬੈਠਾਂਗੇ ਉਨਾ ਕੁ ਸਮਾਂ ਸਤਿਗੁਰੂ ਦੀ ਬਾਣੀ ਦੀਆਂ ਵਿਚਾਰਾਂ ਇਹ ਸਵਾਲ ਜਵਾਬ ਸਾਡੇ ਨਾਲ ਸਾਂਝੇ ਕਰਨਗੇ। ਆਸ ਹੈ ਕਿ ਆਪ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਪਰਮਾਤਮਾ ਦਾ ਜਿਨ੍ਹਾਂ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਕੀਤੀ ਹੈ। ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਆਪਣੇ ਇਸ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲ ਕੀਤਾ ਹੈ। ਫਿਰ ਬੇਨਤੀ ਹੈ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਗੁਰੂ ਵਾਲੇ ਬਣੀਏ, ਖੰਡੇ ਬਾਟੇ ਦੀ ਪੌਲ ਲੈ ਕੇ ਅੰਮ੍ਰਿਤਧਾਰੀ ਹੋ ਕੇ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਜਿਹੜੀ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਹੈ ਉਹ ਆਪ ਪੜ੍ਹੀਏ ਅਤੇ ਵਿਚਾਰੀਏ। ਬਾਹਰ ਸਟਾਲ ਦੇ ਉੱਪਰ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਜਾਂ ਉਹਦੇ ਨਾਲ ਸੰਬੰਧਿਤ ਕਿਤਾਬ ਭਾਈ ਹਰਜਿੰਦਰ ਸਿੰਘ ਸਭਰਾ ਦੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ, ਕਿਉਂਕਿ ਅੱਜ ਡੇਰਿਆਂ 'ਤੇ ਅਸੀਂ ਸਿੱਖ ਬਣਦੇ ਜਾ ਰਹੇ ਹਾਂ, ਥਾਂ ਥਾਂ 'ਤੇ ਅਸੀਂ ਭਟਕ ਰਹੇ ਹਾਂ। ਵਾਪਸ ਪਰਤੀਏ ਅਕਾਲ ਤਖਤ ਵੱਲੋਂ ਪ੍ਰਵਾਨ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਮੁਤਾਬਕ ਜਿਹੜੇ ਸਾਡੇ ਘਰਾਂ ਦੇ ਕਾਰਜ ਨੇ ਆਪਾਂ ਯਤਨ ਕਰੀਏ, ਤਾਂ ਹੀ ਅਸੀਂ ਇਹ ਦੇਹਧਾਰੀ ਗੁਰੂ ਡੰਬ ਤੋਂ ਖਲਾਸੀ ਪਾ ਸਕਦੇ ਹਾਂ, ਗੁਰੂ ਦੀ ਵਿਚਾਰ ਦੇ ਪਾਤਰ ਬਣ ਸਕਦੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਪਰਮਾਤਮਾ ਦਾ। ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।